ਪੰਜਾਬ ਲਲਤਕਲਾ ਅਕੈਡਮੀ ਨੇ ਆਪਣੇ ਸਟੂਡੀਓ ਦੇ ਵਿੱਚ ਸੁਭਾਸ਼ ਪ੍ਰਿਹਾਰ ਜੀ ਨੂੰ ਬੁਲਾ ਕੇ ਕਲਾ ਅਤੇ ਕਲਾ ਇਤਿਹਾਸ ਨਾਲ ਜੁੜੇ ਹੋਏ ਪੱਖ ਨੂੰ ਉਜਾਗਰ ਕਰਨ ਦੇ ਲਈ ਇਹਨਾਂ ਨਾਲ ਜੋ ਰੂਬਰੂ ਕਰਨ ਦਾ ਉਪਰਾਲਾ ਕੀਤਾ ਹੈ ਪੰਜਾਬ ਦੇ ਉਸ ਕਲਾ ਇਤਿਹਾਸ ਨੂੰ ਸਹਿਜ ਅਵਸਥਾ ਦੇ ਵਿੱਚ ਸਜਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਬਾਰੇ ਸੁਭਾਸ਼ ਪ੍ਰਿਹਾਰ ਜੀ ਜਿਸ ਵਰਤਾਂਤ ਨਾਲ ਦੱਸਣਗੇ ਉਹ ਇੱਕ ਆਪਣੇ ਆਪ ਦੇ ਵਿੱਚ ਹੀ ਵੱਡੀ ਮੁੱਲੀ ਗੱਲ ਹੋਏਗੀ ਸੁਭਾਸ਼ ਪਰੀਹਾਰ ਜੀ ਗੱਲ ਇਸ ਤਰ੍ਹਾਂ ਹੈ ਕਿ ਆਪ ਜੀ ਮੈਂ ਆਪਣੇ ਆਪ ਨੂੰ ਸਾਇੰਸ ਦੇ ਵਿਦਿਆਰਥੀ ਰੂਪ ਵਿੱਚ ਲਿਆ ਅਚਾਨਤ ਚੇਤ ਮਤਲਬ ਸਾਇੰਸ ਤੋਂ ਕਲਾ ਵੱਲ ਨੂੰ ਆਣ ਦਾ ਰੁਝਾਨ ਕਿਸ ਤਰ੍ਹਾਂ ਬਣ ਗਿਆ ਐਕਚੁਅਲੀ ਮੇਰਾ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਕਲਾ ਮੇਰਾ ਹੀ ਨਹੀਂ ਸਾਡੇ ਸਾਰੇ ਬ੍ਰਦਰਜ਼ ਦਾ ਪੇਂਟਿੰਗ ਵਿੱਚ ਰੁਝਾਨ ਰਿਹਾ ਹੈ ਮੇਰੇ ਫਾਦਰ ਸਾਹਿਬ ਵੀ ਵਾਟਰ ਕਲਰ ਕਰਦੇ ਸੀ ਥੋੜਾ ਬਹੁਤ ਉਹਨਾਂ ਨੂੰ ਵੀ ਇਹ ਵੇਖ ਕੇ ਸਾਡੀ ਕੋਸ਼ਿਸ਼ ਹੁੰਦੀ ਸੀ ਤੇ ਇੱਕ ਇਤਫਾਕ ਸੀ ਕਿ ਜਦੋਂ ਬੀਐਡ ਮੈਂ ਕਰ ਰਿਹਾ ਸੀਗਾ ਬੀਐਡ ਦੇ ਵਿੱਚ ਫਾਈਨ ਆਰਟ ਇੱਕ ਵਿਸ਼ਾ ਰੱਖਿਆ ਹੋਇਆ ਸੀ ਤੇ ਉਦੋਂ ਸਾਡੇ ਟੀਚਰ ਉੱਥੇ ਸੀ ਡਾਕਟਰ ਕਮਰਜੀਤ ਸਿੰਘ ਕੰਗ ਜੀ ਉਹਨਾਂ ਨੂੰ ਵੇਖ-ਵੇਖ ਕੇ ਉਹਨਾਂ ਦੀ ਪਰਸਨੈਲਿਟੀ ਉਹਨਾਂ ਦਾ ਲਾਈਫ ਸਟਾਈਲ ਉਹ ਮੈਨੂੰ ਬਹੁਤ ਪ੍ਰਭਾਵਿਤ ਕਰਦਾ ਸੀ ਤੇ ਮੈਨੂੰ ਇਹੀ ਲੱਗਦਾ ਸੀ ਮੈਂ ਕਿਸੇ ਤਰ੍ਹਾਂ ਇਸ ਫੀਲਡ ਦੇ ਵਿੱਚ ਆਣਾ ਹੈ ਮੈਂ ਉਹਨਾਂ ਨੂੰ ਵੀ ਪੁੱਛਿਆ ਕਿ ਮੈਂ ਇਸ ਤਰ੍ਹਾਂ ਵੀ ਮੈਂ ਆਰਟਿਸਟ ਬਣਨਾ ਚਾਹੁੰਦਾ ਮੇਰੀ ਹਰੇ ਹਰੇ ਮਤਲਬ ਜਿਹੜੀ ਸ਼ੁਰੂ ਤੋਂ ਤਮੰਨਾ ਸੀ ਪੇਂਟਰ ਬਣਨ ਦੀ ਤੇ ਮੈਂ ਇਸ ਤਰ੍ਹਾਂ ਪੇਂਟਿੰਗ ਕਰਨਾ ਚਾਹੁੰਦਾ ਵੀ ਕਿਵੇਂ ਕਰਾਂ ਜੀ ਮੇਰੀ ਮੈਰਿਜ ਹੋ ਚੁੱਕੀ ਸੀ ਉਹਦੋਂ ਨੂੰ ਤੇ ਮੈਂ ਕਿਹਾ ਮੈਂ ਰੈਗੂਲਰ ਨਹੀਂ ਕਰ ਸਕਦਾ ਕੁਝ ਵੀ ਫਾਈਨ ਆਰਟ ਦੀ ਐਮ ਰੈਗੂਲਰ ਹੋ ਕੇ ਕਰਨੀ ਪੈਣੀ ਸੀ ਉਹਨਾਂ ਨੇ ਦੱਸਿਆ ਕਿ ਇੱਕ ਪ੍ਰਾਈਵੇਟ ਹੋ ਜਾਂਦੀ ਹੈ ਐਮਏ ਹਿਸਟਰੀ ਆਫ ਆਰਟ ਤੇ ਮੈਂ ਉਹ ਜੁਆਇਨ ਕਰ ਲਈ ਉਸ ਵਕਤ ਆਪਜੀ ਕੋਟਕਪੂਰਾ ਦੇ ਵਿੱਚ ਮੈਂ ਕੋਟਕਪੂਰਾ ਵਿੱਚ ਕੋਟਕਪੂਰਾ ਕੋਟਕਪੂਰਾ ਚ ਮੈਂ ਫਰੀਦਕੋਟ ਇਹਨਾਂ ਕੋਲ ਪੜਦਾ ਸੀ ਅੱਛਾ ਗਵਰਨਮੈਂਟ ਟ੍ਰੇਨਿੰਗ ਕਾਲਜ ਚ ਤੇ ਉਦੋਂ ਬਸ ਮੈਂ ਉਹਨਾਂ ਉਦੋਂ ਤਾਂ ਉਹਨਾਂ ਨੇ ਵੀ ਸੀਰੀਅਸਲੀ ਨਹੀਂ ਲਿਆ ਵੀ ਚੱਲ ਜੋਸ਼ ਹੁੰਦਾ ਲੈਕਿਨ ਮੈਂ ਜੋ ਐਮਏ ਆਫ ਆਰਟ ਤੇ ਸੈਕੰਡ ਕਰਕੇ ਮੈਂ ਯੂਨੀਵਰਸਿਟੀ ਚੋ ਸੈਕੰਡ ਸਟੈਂਡ ਕੀਤਾ ਸੀ ਐਮਏ ਹਿਸਟਰੀ ਆਫ ਆਰਟ ਫਿਰ ਮੈਂ ਉਹਨੂੰ ਦੱਸਿਆ ਕਿ ਇਸ ਤਰ੍ਹਾਂ ਮੈਂ ਕਰ ਲਿਆ ਤੇ ਇਹ ਮੇਰੀ ਪੋਜੀਸ਼ਨ ਨਹੀਂ ਫਿਰ ਉਹਨੂੰ ਲੱਗਿਆ ਵੀ ਇਹ ਸੀਰੀਅਸ ਹੈ ਜੀ ਤਾਂ ਉਦੋਂ ਤੋਂ ਚੱਲਦੇ ਹੋਏ ਮੈਂ ਪੇਂਟਿੰਗ ਸ਼ੁਰੂ ਪੇਂਟਿੰਗ ਤੋਂ ਕੀਤਾ ਕੋਲਾਜ ਕੀਤਾ ਲੇਕਿਨ ਮੈਂ ਬੈਠਾ ਬਹੁਤ ਰਿਮੋਟ ਥਾਂ ਤੇ ਸੀ ਉਸ ਦੀ ਇੱਕ ਦਿੱਕਤ ਇਹ ਆਂਦੀ ਸੀ ਕਿ ਵੱਡੀਆਂ ਕੈਨਵਸਸ ਪੇਂਟ ਕਰਕੇ ਚੰਡੀਗੜ੍ਹ ਲਿਜਾਣਾ ਐਗਜ਼ੀਬਿਸ਼ਨ ਲਈ ਵਾਪਸ ਲੈ ਕੇ ਜਾਣਾ ਇਹ ਸਾਰਾ ਪ੍ਰੋਸੈਸ ਮੈਨੂੰ ਮੁਸ਼ਕਲ ਲੱਗਦਾ ਸੀਗਾ ਮੇਰਾ ਜਿਹੜਾ ਗੱਲ ਕਰਨ ਦਾ ਉਦੇਸ਼ ਹੈ ਹਾਂਜੀ ਕਿ ਸਾਇੰਸ ਵਿਸ਼ੇ ਤੋਂ ਕਲਾ ਵੱਲ ਨੂੰ ਆਣਾ ਤੇ ਕਲਾ ਦੇ ਵਿੱਚ ਕਲਾ ਇਤਿਹਾਸ ਦੇ ਨਾਲ ਜੁੜਨਾ ਤੇ ਫਿਰ ਕਲਾ ਇਤਿਹਾਸ ਦੇ ਵਿੱਚ ਜਿਹੜਾ ਖੋਜ ਕਰਨੇ ਦਾ ਸਿਲਸਿਲਾ ਹੈ ਹਾਂਜੀ ਉਹ ਕਿਸ ਤਰ੍ਹਾਂ ਸ਼ੁਰੂ ਹੋਇਆ ਇਹ ਕੋਈ ਪਲਾਨਡ ਨਹੀਂ ਸੀ ਜੀ ਇਹ ਤਾਂ ਪਾਣੀ ਜਿਸ ਤਰ੍ਹਾਂ ਵਗਦਾ ਹੈ ਨਾ ਆਪਣੇ ਆਪ ਜਿੱਧਰ ਰਾਹ ਮਿਲਦਾ ਜਾਂਦਾ ਹੈ ਜੀ ਤੇ ਉਧਰ ਨੂੰ ਤੇ ਰਹਿ ਜਾਂਦਾ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਮੋਗਲ ਆਰਕੀਟੈਕਚਰ ਤੇ ਕੰਮ ਕਰਾਂਗਾ ਮੈਂ ਤਾਂ ਜਸਟ ਉਹ ਤੁਸੀਂ ਮੈਂ ਪੀ ਐਚ ਡੀ ਕਰਨੀ ਹੈ ਤੇ ਮੈਂ ਡਾਕਟਰ ਗੋਸਵਾਮੀ ਨੂੰ ਪੁੱਛਿਆ ਡਾਕਟਰ ਬੀ ਐਨ ਗੋਸਵਾਮੀ ਜੀ ਸਾਡੇ ਗੁਰੂ ਜੀ ਨੇ ਤੇ ਇਹ ਵੀ ਇਸ ਤਰ੍ਹਾਂ ਮੈਂ ਪੀ ਐਚ ਡੀ ਕਰਨੀ ਹੈ ਜੀ ਤੇ ਉਹਨਾਂ ਦਾ ਜਵਾਬ ਬਹੁਤ ਇੰਟਰਸਟਿੰਗ ਸੀ ਉਹ ਕਹਿੰਦੇ ਸੁਭਾਸ਼ ਜੋ ਵੀ ਐਮ ਐ ਕਰਦਾ ਨਾ ਉਹਨੂੰ ਇੱਕ ਵਾਰੀ ਇਹ ਲੱਗਦਾ ਹੀ ਹੈ ਵੀ ਆਉਂਦਾ ਹੀ ਹੈ ਵੀ ਪੀ ਐਚ ਡੀ ਕਰਾਂ ਪਰ ਸਾਨੂੰ ਕੁਝ ਕਰਕੇ ਵਿਖਾ ਜਿਸse ਹਮੇ ਪਤਾ ਚਲੇ ਕੇ ਆਪਕੋ ਮਾਲੂਮ ਹੈ ਵੀ ਕਿ ਨਹੀਂ ਕਿ ਰਿਸਰਚ ਕਿਸ ਜੜੀਆ ਦਾ ਨਾਮ ਹੈ ਤਾਂ ਉਹਨਾਂ ਨੇ ਫਿਰ ਮੈਨੂੰ ਟਾਪਿਕ ਦਿੱਤਾ ਆਮ ਖਾਸ ਬਗਸਰ ਹੰਦ ਦਾ ਜੀ ਉਹ ਬੱਚੀ ਮਹੀਨੇ ਆਪਣੇ ਵਿੱਚ ਕੰਮ ਕਰਕੇ ਪੇਪਰ ਉਹਨਾਂ ਨੂੰ ਸਬਮਿਟ ਕਰਾਇਆ ਫਿਰ ਉਹਨੂੰ ਲੱਗਿਆ ਕਿ ਹਾਂ ਠੀਕ ਹੈ ਤਾਂ ਇਹ ਇੱਕ ਇਤਫਾਕ ਹੀ ਸੀ ਕੋਈ ਬਹੁਤ ਪਲਾਨਡ ਨਹੀਂ ਸੀ ਲੇਕਿਨ ਉਹ ਇਤਫਾਕ ਐ ਇੰਨਾ ਵਧੀਆ ਹੋਇਆ ਮੈਨੂੰ ਸਹੀ ਲਾਈਨ ਮਿਲ ਗਈ ਜਿਹੜੀ ਕਿ ਅੱਜ ਤੱਕ ਮੈਂ ਸਰਵਿਸ ਤੋਂ ਰਿਟਾਇਰ ਵੀ ਹੋ ਚੁੱਕਿਆ ਹੁਣ ਵੀ ਮੇਰੀ ਪੜ੍ਹਾਈ ਵੀ ਉਸੇ ਤਰ੍ਹਾਂ ਹੀ ਜਾਰੀ ਹੈ ਰਿਸਰਚ ਵੀ ਉਸੇ ਤਰ੍ਹਾਂ ਹੀ ਜਾਰੀ ਹੈ ਬਸ ਇਤਫਾਕ ਹੀ ਸਮਝੋ ਇਹ ਜਿਹੜੀ ਖੋਜ ਦਾ ਵਿਸ਼ਾ ਹੈ ਇਹ ਫਿਰ ਪੰਜਾਬ ਯੂਨੀਵਰਸਿਟੀ ਆਣ ਦੇ ਨਾਲ ਹੀ ਚੱਲਦਾ ਰਿਹਾ ਜਾਂ ਕਿ ਮਤਲਬ ਤੁਹਾਡੇ ਆਪਣੇ ਪਿਛੋਕੜ ਦੇ ਵਿੱਚ ਹੀ ਇਹ ਗੱਲ ਘਰ ਕਰ ਗਈ ਕਿ ਮੈਂ ਮੁਗਲ ਜਿਹੜੀ ਕਲਾ ਹੈ ਜਾਂ ਵਾਸਤੂ ਕਲਾ ਹੈ ਇਹਦੇ ਤੇ ਕੰਮ ਕਰਨਾ ਹੈ ਅਹ ਨਹੀਂ ਇਹ ਇਹ ਵੀ ਅਚਨਚੇਤੀ ਨਾ ਮੈਂ ਕੁਛ ਰਿਸਿਪ ਮੈਂ ਕਿ ਕਿਹੜੇ ਕਿਹੜੇ ਟਾਪਿਕਸ ਤੇ ਪੀ ਐਚ ਡੀ ਹੋ ਸਕਦੀ ਹੈ ਤਾਂ ਉਹਨਾਂ ਨੇ ਕਿਹਾ ਇੱਕ ਸਿੱਖ ਪੋਰਟਰੇਟਸ ਤੇ ਹੋ ਸਕਦੀ ਹੈ ਇੱਕ 19th ਸੈਂਚਰੀ ਦੇ ਇੰਡਸਟਰੀਅਲ ਆਰਟਸ ਤੇ ਹੋ ਸਕਦੀ ਹੈ ਇੱਕ ਮੁਸਲਿਮ ਮਨੂਮੈਂਟਸ ਤੇ ਪੰਜਾਬ ਹਰਿਆਣੇ ਦੇ ਹੋ ਸਕਦੀ ਹੈ ਉਹ ਮੇਰੇ ਮੂੰਹ ਚੋਂ ਹੀ ਨਿਕਲ ਮੈਂ ਕਹੇ ਤੇ ਕਰ ਦੋ ਠੀਕ ਹੈ ਮਤਲਬ ਇਹ ਇੱਕ ਇਤਫਾਕ ਹੀ ਕਹਿ ਲੋ ਇਤਫਾਕਨ ਮਤਲਬ ਲੇਕਿਨ ਇੰਨਾ ਵਧੀਆ ਮਤਲਬ ਆਨੰਦ ਕੀਤਾ ਸਾਰੀ ਜ਼ਿੰਦਗੀ ਦਾ ਸਵਾਦ ਆ ਗਿਆ ਠੀਕ ਹੈ ਜੀ ਇਹ ਜਿਹੜਾ ਤੁਸੀਂ ਮੋਗਲ ਆਰਕੀਟੈਕਚਰ ਦਾ ਵਿਸ਼ਾ ਲਿਆ ਮੋਗਲ ਵਸਤੂ ਕਲਾ ਦਾ ਵਿਸ਼ਾ ਲਿਆ ਔਰ ਤੁਹਾਨੂੰ ਆਮ ਖਾਸ ਬਾਗ ਸਰਹੰਦ ਦੇ ਬਾਰੇ ਉਹਨਾਂ ਨੇ ਇੱਕ 10 ਪਾਤੀ ਹਾਂਜੀ ਜਦੋਂ ਸਰਹੰਦ ਗਏ ਤੁਸੀਂ ਉੱਥੇ ਦੇ ਜਿਹੜੇ ਵਿਸ਼ੇ ਹੈ ਜਾਂ ਉੱਥੇ ਦੀਆਂ ਜਿਹੜੀਆਂ ਮੋਗਲ ਇਮਾਰਤਾਂ ਨੇ ਉਹਨਾਂ ਦੇ ਬਾਰੇ ਤੁਸੀਂ ਖੋਜ ਕਰਨੇ ਦੇ ਲਈ ਉਹਨਾਂ ਦੀ ਪੜਤਾਲ ਕਰਨਾ ਸ਼ੁਰੂ ਕੀਤੀ ਹਾਂਜੀ ਤਾਂ ਇਸ ਸਮੇਂ ਦੇ ਦੌਰਾਨ ਤੁਹਾਨੂੰ ਸਰਹੰਦ ਅਤੇ ਉਸ ਦੇ ਜਿਹੜਾ ਆਲਾ ਦੁਆਲਾ ਹੈ ਉਸ ਦਾ वास्तुकला ਦੀ ਜਿਹੜੀ ਹੈ ਖੂਬਸੂਰਤੀ ਜਾਂ ਉਹਦਾ ਪਿਛੋਕੜ ਉਹ ਕਿੰਨਾਕ ਪ੍ਰਭਾਵਿਤ ਕੀਤਾ ਕਿ ਤੁਹਾਨੂੰ ਲੱਗਾ ਕਿ ਮੈਂ ਵਾਕਿਆચી ਇਹਨੂੰ ਪੂਰਾ ਕਰ ਸਕਦਾ ਜਿਸ ਤਰ੍ਹਾਂ ਤੁਸੀਂ ਪਹਿਲੇ ਕਿਹਾ ਐਕਚੁਅਲੀ ਪੰਜਾਬ ਦੇ ਵਿੱਚ ਸ਼ਾਇਦ ਹੋਰ ਕੋਈ ਸ਼ਹਿਰ ਨਹੀਂ ਜਿੱਥੇ ਇੰਨੇ ਮੋਨੂਮੈਂਟਸ ਹੋਣ ਸਰਹੰਦ ਦੇ ਵਿੱਚ ਤਕਰੀਬਨ 3 ਦਰਜਨ ਮੋਨੂਮੈਂਟਸ ਹੈਗੇ ਆ ਜਿਨ੍ਹਾਂ ਵਿੱਚੋਂ ਮੇਰੇ ਖਿਆਲ 30 ਹਲੇ ਵੀ ਐਗਜ਼ਿਸਟ ਕਰਦੇ ਆ ਤਾਂ ਉਹ ਇਹਨਾਂ ਇਹ ਕੰਮ ਕਰਦੇ ਕਰਦੇ ਹੀ ਲੱਗਿਆ ਕਿ ਵੀ ਇਕੱਲਾ ਆਮ ਖਾਸ ਵਾਕ ਤੇ ਤਾਂ ਕੰਮ ਕਰ ਲਿਆ ਉਹਦੋਂ ਔਰ ਉਹ ਮੇਰਾ ਪਬਲਿਸ਼ ਹੋ ਗਿਆ ਸੀ ਇੰਗਲੈਂਡ ਤੋਂ ਜਰਨਲ ਨਿਕਲਦਾ ਸੀ ओरिएंटਲ ਆਰਟ ਉਹਦੇ ਵਿੱਚ ਪਬਲਿਸ਼ ਹੋ ਗਿਆ ਉਸ ਤੋਂ ਬਾਅਦ ਮੈਂ ਇੱਕ ਕਿਤਾਬ ਵੀ ਲਿਖਤੀ ਪੰਜਾਬ ਦੇ ਮੋਨੂਮੈਂਟਸ ਬਾਰੇ ਲੇਕਿਨ ਮੈਨੂੰ ਉਹ ਕੰਮ ਕਰਤੇ ਕਰਤੇ ਲੱਗਿਆ ਕਿ ਵੀ ਸਰਹੰਦ ਦੇ ਵਿੱਚ ਤਾਂ ਇਕੱਲੇ ਚ ਇੰਨੇ ਮੋਨੂਮੈਂਟਸ ਐ ਜੀ ਵੀ ਇੰਨੇ ਤਾਂ ਬਹੁਤ ਡਿਟੇਲਡ ਵਰਕ ਹੋ ਸਕਦਾ ਉਦੋਂ ਮੈਂ ਫਿਰ ਹੋਮੀਪਾਪਾ ਫੈਲੋਸ਼ਿਪ ਲਈ ਅਪਲਾਈ ਕੀਤਾ ਬੰਬੇ ਤਾਂ ਉਹਨਾਂ ਨੇ ਮੈਨੂੰ ਫੈਲੋਸ਼ਿਪ ਦਿੱਤੀ ਤਾਂ ਫਿਰ ਮੈਂ ਕੰਪਲੀਟ ਇੱਕ ਫੁੱਲ ਫਲੇਸ਼ਡ ਬੁੱਕ ਸ਼ੁਰੂ ਕੀਤੀ ਔਰ ਜਦੋਂ ਅਸੀਂ ਬੁੱਕ ਸ਼ੁਰੂ ਕਰਦੇ ਆਂ ਇਹ ਹੋਰ ਮੇਰਾ ਐਕਸਪੀਰੀਅੰਸ ਹੈ ਕਿ ਸਾਨੂੰ ਪਹਿਲੇ ਉਹਨਾਂ ਨੂੰ ਪਤਾ ਲੱਗਦਾ ਇਹ ਰਿਸਰਚ ਦਾ ਪ੍ਰੋਸੈਸ ਹੈ ਜਿਹਦੇ ਵਿੱਚ ਜਾ ਕੇ ਅਸੀਂ ਸਿੱਖਦੇ ਹਾਂ ਜਦੋਂ ਸ਼ੁਰੂ ਕੀਤਾ ਉਦੋਂ ਸਿਰਫ ਮੋਨੂਮੈਂਟਸ ਦਾ ਸੋਚ ਕੇ ਕੀਤਾ ਸੀ ਲੇਕਿਨ ਉਹਦੀ ਸਰਹੰਦ ਦੀ ਹਿਸਟਰੀ ਇੰਨੀ ਰਿਚ ਹੈ ਲਿਟਰੇਰੀ ਹਿਸਟਰੀ ਇੰਨੀ ਰਿਚ ਹੈ ਵੀ ਉਸ ਤੇ ਫਿਰ ਮੈਨੂੰ ਲੱਗਦਾ ਸੀ ਮੈਂ 2 ਸਾਲ ਚ ਕਰ ਦਿਆਂਗਾ ਲੇਕਿਨ ਪੂਰੇ 4 ਸਾਲ ਲੱਗੇ ਉਹਦੇ ਹੋਰ ਐਸਪੈਕਟਸ ਵੀ ਜੋ ਸੀ ਸਰਹੰਦ ਦੇ ਤੁਹਾਡੇ ਸਾਹਮਣੇ ਆ ਆ ਸਾਹਮਣੇ ਆਏ ਤੇ ਉਹ ਵੀ ਮੈਂ ਫਿਰ ਪੂਰੇ ਹੰਦੇ ਵਿੱਚ ਜਿਵੇਂ ਉੱਥੇ ਪਰਸ਼ੀਅਨ ਪੋਇਟਰੀ ਦਾ ਬਹੁਤ ਵੱਡਾ ਸਕੂਲ ਰਿਹਾ ਜੀ ਸਰਹੰਦ ਦੇ ਵਿੱਚ ਫਿਰ ਇਥੇ ਸੂਫੀ ਪੋਏਟਸ ਜਿਹਨੇ ਸੌਰੀ ਸੂਫੀ ਸੈਂਟਸ ਵਗਰਾ ਬਹੁਤ ਹੋਏ ਨੇ ਉਹਨਾਂ ਸਾਰਿਆਂ ਦੀ ਹਿਸਟਰੀ ਵੀ ਲੱਭ ਕੇ ਨਾਲ ਤੁਸੀਂ ਸੁਮੇਲ ਕਰ ਦਿੱਤਾ ਉਹਨਾਂ ਨਾਲ ਸੁਮੇਲ ਕਰਤਾ ਤੇ ਉਹ ਸਰਹੰਦ ਤੇ ਔਰ ਆਮ ਤੌਰ ਤੇ ਇਹ ਹੁੰਦਾ ਕਿ ਤੁਸੀਂ ਜੇ ਕੰਮ ਸੀਰੀਅਸਲੀ ਕਰ ਰਹੇ ਹੋ ਨਾ ਤਾਂ ਇੱਕ ਬੁੱਕ ਕਰਦੇ ਕਰਦੇ ਤੁਹਾਡੇ ਸਾਹਮਣੇ ਨੈਕਸਟ ਰਸਤਾ ਆਪੇ ਖੁੱਲ ਜਾਂਦਾ ਜੀ ਵੀ ਇੱਕ ਕੰਮ ਐਸ ਤੇ ਵੀ ਹੋ ਸਕਦਾ ਹੈ ਜਦੋਂ ਮੈਂ ਸਰਹੰਦ ਦਾ ਕਰ ਰਿਹਾ ਸੀ ਉਦੋਂ ਮੈਨੂੰ ਇਹ ਵੀ ਲੱਗਿਆ ਵੀ ਸਰਹੰਦ ਐਕਚੁਅਲੀ ਨਾ ਦਿੱਲੀ ਤੋਂ ਆਗਰਾ ਜਿਹੜਾ ਰੂਟ ਸੀਗਾ ਉਸ ਦਾ ਮੇਨ ਸੌਰੀ ਦਿੱਲੀ ਤੋਂ ਲਾਹੌਰ ਲਾਹੌਰ ਦਾ ਜਿਹੜਾ ਮੁਗਲ ਰੂਟ ਸੀ ਇਹ ਉਸ ਦੇ ਬਿਲਕੁਲ ਵਿਚਾਲੇ ਪੈਂਦਾ ਹੈ ਜੀ ਵਿਚਾਲੇ ਹੋਣ ਕਰਕੇ ਉਹ ਜੀਓਗ੍ਰਾਫੀਕਲ ਸਥਿਤੀ ਐਸੀ ਹੈ ਕਿ ਬਹੁਤ ਡਿਵੈਲਪਡ ਸਿਟੀ ਸੀਗਾ ਤਾਂ ਉਸ ਤੋਂ ਫਿਰ ਮੈਨੂੰ ਇਹ ਉਹ ਕਰਦੇ ਕਰਦੇ ਮੈਨੂੰ ਲੱਗਿਆ ਵੀ ਜਿਹੜੇ ਆਪਾਂ ਉਹ ਸਾਰੇ ਰੂਟ ਤੇ ਹੀ ਕਿਉਂ ਨਾ ਕੰਮ ਕਰੀਏ ਆਗਰੇ ਤੋਂ ਸ਼ੁਰੂ ਕਰਕੇ ਲਾਹੌਰ ਤੱਕ ਤਾਂ ਮੈਂ ਵੀ ਕਿਹਾ ਵੀ ਆਗਰੇ ਤੋਂ ਲਾਹੌਰ ਤੱਕ ਬਹੁਤ ਟਰੈਵਲ ਨਾਲ ਰਿਲੇਟਡ ਬਨਵਮੈਂਟਸ ਬਚੇ ਹੋਏ ਨੇ ਜਿਨ੍ਹਾਂ ਵਿੱਚੋਂ ਮੇਨ ਨੇਸਰਾਵਾਂ ਜਿਹੜੀਆਂ ਟਰੈਵਲਰਸ ਦੇ ਠਹਿਰਨ ਵਾਸਤੇ ਬਣਾਈਆਂ ਜਾਂਦੀਆਂ ਸੀ ਐਨੀਆਂ ਖੂਬਸੂਰਤ ਸਰਾਵਾਂ ਬਾਕੀ ਇੰਡੀਆ ਵਿੱਚ ਕਿਤੇ ਨਹੀਂ ਬਚੀਆਂ ਹੋਈਆਂ ਜਿੰਨੀਆਂ ਪੰਜਾਬ ਦੇ ਵਿੱਚ ਨੇ ਔਰ ਕਈ ਤਾਂ ਬਿਲਕੁਲ ਕੰਪਲੀਟ ਬਚੀਆਂ ਹੋਈਆਂ ਜਿਸ ਤਰ੍ਹਾਂ ਸ਼ੰਭੂ ਹੈ ਸ਼ੰਭੂ ਬਾਰਡਰ ਦੇ ਉੱਤੇ ਪੰਜਾਬ ਦਾ ਬਾਰਡਰ ਉੱਥੇ ਪੂਰੀ ਸਰਾ ਹੈ ਕੰਪਲੀਟ ਫਿਰ ਨਕੂਦਰ ਦੇ ਨੇੜੇ ਹੈਗਾ ਦੱਖਣੀ ਸਰਾਏ ਉਹ ਬਿਲਕੁਲ ਕੰਪਲੀਟ ਹੈਗੀ ਹੈ ਤਾਂ ਇਹ ਇਹ ਕੋਸ ਮিনার ਜਿਹੜੇ ਉਹਨਾਂ ਦੋ ਇੱਕ ਇੱਕ ਕੋਦੇ ਫਾਸਲੇ ਦੇ ਉੱਤੇ ਬਣੇ ਹੋਏ ਸੀ ਉਹ ਹੈਗੇ ਆ ਬੌਲੀਆਂ ਹੈਗੀਆਂ ਤੇ ਜੋ ਪੁਰਾਣਾ ਪਾਣੀ ਦੇ ਵਹਿਣ ਸੀਗੇ ਉਹਨਾਂ ਦੇ ਉੱਤੇ ਪੁਲ ਹੈਗੇ ਆ ਪੁਲ ਹੈਗੇ ਆ ਬੌਲੀਆਂ ਪਾਣੀ ਦਾ ਪ੍ਰਬੰਧ ਲਈ ਤਾਂ ਇਹ ਸਾਰੀਆਂ ਫਿਰ ਮੈਂ ਆਗਰੇ ਤੋਂ ਸ਼ੁਰੂ ਕਰਕੇ ਉਹ ਲਾਹੌਰ ਤੱਕ ਦਾ ਇੱਕ ਇੱਕ ਮੋਨੂਮੈਂਟ ਇਹਦੇ ਨਾਲ ਰਿਲੇਟਡ ਉਹ ਨੈਕਸਟ ਬੁੱਕ ਬਣ ਗਈ ਉਹ ਤੁਹਾਡੀ ਨੈਕਸਟ ਬੁੱਕ ਬਣ ਗਈ ਇਸ ਬੁੱਕ ਦੇ ਵਿੱਚ ਜਿਹੜਾ ਤੁਸੀਂ ਇੱਕ ਕਿਸਮ ਦਾ आगरा ਤੋਂ ਲੈ ਕੇ ਜਾਂ ਫਤਿਹਪੁਰ ਸਿਕਰੀ ਤੋਂ ਮੰਨ ਲਈਏ ਲੈ ਕੇ ਲਾਹੌਰ ਤੱਕ ਦਾ ਜਿਹੜਾ ਰਸਤਾ ਹੈ ਉਸ ਰਸਤੇ ਦੀ ਜਿਹੜੀ ਡਾਕੂਮੈਂਟੇਸ਼ਨ ਕੀਤੀ ਇਹ ਡਾਕੂਮੈਂਟੇਸ਼ਨ ਦੇ ਲਈ ਵੀ ਤੁਹਾਨੂੰ ਕੋਈ ਫੈਲੋਸ਼ਿਪ ਮਿਲੀ ਹਾਂ ਮੈਨੂੰ ਥੋੜੀ ਜਿਹੀ ਇੱਕ ਹੈਲਪ ਮਿਲੀ ਸੀਗੀ ਲੰਡਨ ਤੋਂ ਬਰਕਤ ٹرسٹ ਹੈ ਜੀ ਤੇ ਉਹਨਾਂ ਨੇ ਥੋੜੀ ਜਿਹੀ ਹੈਲਪ ਕੀਤੀ ਸੀ ਵੀ ਅਸੀਂ ਤੁਹਾਨੂੰ ਵੈਸੇ ਤਾਂ ਜਿਹੜਾ ਸਾਡਾ ٹرسٹ ਹੈ ਇਹ ਸਿਰਫ ਮੁਸਲਿਮ ਸਕਾਲਰਸ ਦੀ ਮਦਦ ਕਰਦਾ ਕਿਉਂਕਿ ਇਹ ਪੈਸਾ ਜੋ ਆਉਂਦਾ ਹੈ ਇਹ ਜ਼ਕਾਤ ਦਾ ਹੈ ਮਤਲਬ ਮੁਸਲਮ ਜੁਰ ਡੋਨੇਟ ਕਰਦੇ ਆ ਦਸ ਕਰਕੇ ਉਹਨਾਂ ਤੇ ਲੇਕਿਨ ਅਸੀਂ ਤੁਹਾਨੂੰ 1000 ਪਾਉਂਡ ਓਕੇ-ਪੁਕੇ ਦੇ ਦੇਾਂਗੇ ਤੁਸੀਂ ਆਪਦਾ ਜਿਵੇਂ ਮਰਜ਼ੀ ਕਰ ਲਓ ਤਾਂ ਉਹ ਹੈਲਪਫੁਲ ਰਿਹਾ ਹੈਲਪਫੁਲ ਰਿਹਾ ਇਸ ਜਿਹੜੀ ਮੋਨੂਮੈਂਟ ਦੀ ਕਲੈਕਸ਼ਨ ਹੈ ਸਰਹੰਦ ਦੇ ਮੋਨੂਮੈਂਟਸ ਦੀ ਜਿਹੜੀ ਤੁਸੀਂ ਰਿਸਰਚ ਵਾਸਤੇ ਖੋਜ ਦੇ ਲਈ ਜਿੰਨਾ ਵੀ ਉਹਦੇ ਤੇ ਕੀਤਾ ਇਹ ਜਿਹੜੀ ਵਸਤੂ ਕਲਾ ਹੈ ਇਸ ਵਸਤੂ ਕਲਾ ਨੂੰ ਸਟੱਡੀ ਕਰਦੇ ਹੋਏ ਤੁਸੀਂ ਕਿਹੜਾ ਖਾਸ ਪੱਖ ਮਹਿਸੂਸ ਕੀਤਾ ਕਿ ਇਸ ਨੂੰ ਸਟੱਡੀ ਕਰਦੇ ਆ ਜਾਂ ਖੋਜ ਕਰਨ ਦੇ ਵਿੱਚ ਵੀ ਮੈਨੂੰ ਦੱਸਣ ਲੱਗੇਗਾ ਕਿ ਇਹ ਵਾਕਿਆ ਜਬਾ ਡੀ ਖੋਜ ਜਾਏ। ਮਤਲਬ ਇੱਕ ਤਾਂ ਪਹਿਲੇ ਸਾਰੇ ਜੋ ਵੀ ਨਵੇਂ ਰਿਸਰਚ ਕਰਦੇ ਆ ਨਾ ਮੁਸਲਮ ਪੀਰੀਅਡ ਦੇ ਖਾਸ ਕਰਕੇ ਜੀ ਉਹ ਆਪਣੇ ਆਪ ਨੂੰ ਮੇਜਰ ਸਿਟੀਜ਼ ਤੇ ਫੋਕਸ ਕਰ ਲੈਂਦੇ ਆ ਜੋ ਵੀ ਲਿਖਾ ਆਗਰੇ ਤੇ ਲਿਖ ਦੇਣਗੇ ਦਿੱਲੀ ਦੇ ਉੱਤੇ ਕਰ ਦੇਣਗੇ ਲੇਕਿਨ ਜਿਹੜੀ ਰਿਮੋਟ ਏਰੀਆਜ਼ ਦੇ ਵਿੱਚ ਹੈ ਇਹ ਬਿਲਕੁਲ ਇਗਨੋਰਡ ਸੀ। ਜੀ ਇਹਨਾਂ ਦੀ ਕੋਈ ਡਾਕੂਮੈਂਟੇਸ਼ਨ ਨਹੀਂ ਕੋਈ ਰਿਕਾਰਡ ਨਹੀਂ ਇੱਕ ਬਸ 19th ਸੈਂਚਰੀ ਦੇ ਵਿੱਚ ਉਹ ਇੱਕ ਦੋ ਥਾਵਾਂ ਤੇ ਸਾਰਾ ਅਲੈਗਜ਼ੈਂਡਰ ਕਨਿੰਗਮ ਗਿਆ ਨੂਰ ਮਹਿਲ ਜਾਂ ਨੂਰ ਨਕੋਦਰ ਤੇ ਜਾਂ ਇੱਕ ਹੋਰ ਰਫੀ ਰਿਪੋਰਟ ਹੈ ਉਹਦੇ ਵਿੱਚ ਕੁਝ ਟਾਉਨ ਉਹਨਾਂ ਨੇ ਥੋੜਾ ਥੋੜਾ ਬਰੀਫ ਦਿੱਤਾ ਤਾਂ ਇਹ ਮਤਲਬ ਇੱਕ ਤਰ੍ਹਾਂ ਨਾਲ ਪੱਕੀ ਡਾਕੂਮੈਂਟੇਸ਼ਨ ਮੈਂ ਇੱਕ ਇੱਕ ਮੋਨੂਮੈਂਟ ਦੀ ਠੀਕ ਹੈ 1206 ਤੋਂ ਲੱਗ ਕੇ ਜਦੋਂ ਇੰਡੀਆ ਦੇ ਉੱਤੇ ਗੁਲਾਮ ਬੰਸ਼ ਸ਼ੁਰੂ ਹੋ ਜਾਂਦਾ ਹੈ ਉੱਥੋਂ ਲੱਗ ਕੇ 1707 ਤੱਕ ਜਦੋਂ ਰੰਗਦੇਵ ਦੀ ਡੈਥ ਹੋ ਜਾਂਦੀ ਹੈ ਉਹ ਇਸ ਦੌਰਾਨ ਬਚਿਆ ਹੋਇਆ ਇੱਕ ਇੱਕ ਮੋਨੂਮੈਂਟ ਮੈਂ ਅਨਕੰਪਲੀਟ ਡਾਕੂਮੈਂਟੇਸ਼ਨ ਉਹਨਾਂ ਦੇ ਨਕਸ਼ੇ ਉਹਨਾਂ ਦਾ ਹਿਸਟਰੀ ਉਹਨਾਂ ਦਾ ਸਟਾਈਲ ਸਟਡੀ ਇਸ ਡੈਕੋਰੇਸ਼ਨ ਉਹ ਸਾਰਾ ਕੰਪਲੀਟ ਡਾਕੂਮੈਂਟ ਇੱਕ ਵਾਰੀ ਤਿਆਰ ਕਰਦਾ ਹੈ ਠੀਕ ਹੈ ਨਾ ਹੁਣ ਕਿਉਂਕਿ ਮੇਰੇ ਰਿਸਰਚ ਕਰਨ ਤੋਂ ਬਾਅਦ ਕਈ ਮੋਨੂਮੈਂਟਸ ਖਤਮ ਹੋ ਗਏ ਤਾਂ ਉਹ ਇੱਕ ਪਰਮਾਨੈਂਟ ਰਿਕਾਰਡ ਤੁਹਾਡੇ ਕੋਲ ਹੈ। ਅੱਛਾ ਇੱਕ ਬੜੀ ਖੂਬਸੂਰਤ ਗੱਲ ਹੁੰਦੀ ਹੈ ਕਿ ਜਿਹੜਾ ਵਸਤੂ ਕਲਾ ਹੈ। ਵਸਤੂ ਕਲਾ ਦੇ ਵਿੱਚ ਆਮ ਬਾਕੀ ਜਿਹੜੀਆਂ ਕਲਾਵੀਆਂ ਵਿਧਾਵਾਂ ਨੇ ਉਹਨਾਂ ਦੇ ਵਿੱਚ ਵੀ ਅਸੀਂ ਮੈਥਡ ਤੇ ਮਟੀਰੀਅਲ ਦਾ ਪ੍ਰਯੋਗ ਕਰਦੇ ਹਾਂ। ਇਹਦੇ ਲਈ ਵੀ ਤੁਸੀਂ ਖਾਸ ਕਿਸਮ ਦੇ ਮੈਥਡ ਮਟੀਰੀਅਲ ਦੇ ਸਹਾਰੇ ਸਾਰੇ ਮੋਨੂਮੈਂਟਸ ਨੂੰ ਰਿਕਾਰਡ ਕੀਤਾ ਜਾਂ ਕਿ ਮੈਥਮੈਟਿਕਸ ਵੀ ਆਰਟ ਪੱਖੋਂ ਵੀ ਅੱਠ ਪੱਖੋਂ ਅੱਠ ਪੱਖੋਂ ਵੀ ਕੀਤਾ ਹੈ ਕਿ ਜਿਸ ਤਰ੍ਹਾਂ ਮਤਲਬ ਕਿ वास्तुकला ਦੇ ਵਿੱਚ ਇੱਕ ਚੀਜ਼ ਆਂਦੀ ਹੈ ਕਿਸੇ ਨੂੰ ਕਹਿੰਦੇ ਸਾਈਡ ਐਲੀਵੇਸ਼ਨ ਤੇ ਪਲਾਨ ਇਹ ਜਿਹੜਾ ਤੁਹਾਡਾ ਡਰਾਇੰਗ ਦਾ ਪੱਖ ਹੈ ਇਹਨੂੰ ਤੁਸੀਂ ਕਿਸ ਤਰ੍ਹਾਂ ਉਜਾਗਰ ਕੀਤਾ ਇਹ ਅਸੀਂ ਜਦੋਂ ਮੈਨੂੰ ਆਮ ਖਾਸ ਭਾਗ ਤੇ ਕੰਮ ਮਿਲਿਆ ਨਾ ਜੀ ਤੇ ਡਾਕਟਰ ਸਾਹਿਬ ਨੇ ਕਿਹਾ ਸੀ ਵੀ ਮੈਨੂੰ ਗਰਾਉਂਡ ਪਲਾਨਸ ਤੇ ਹੋਰ ਸਾਰਾ ਚਾਹੀਦਾ ਹੁੰਦਾ ਤੇ ਮੈਂ ਉੱਥੇ ਪ੍ਰੋਫੈਸਰ ਸਾਹਿਬ ਸੀਗੇ ਸਾਡੇ ਚੰਡੀਗੜ੍ਹ ਉਹਨਾਂ ਕੋਲ ਗਿਆ ਉਹਨਾਂ ਨੂੰ ਜਾ ਕੇ ਮੈਂ ਕਿਹਾ ਜੀ ਇਹ ਦੱਸ ਦਿਓ ਵੀ ਕਿਵੇਂ ਡਰਾ ਕਰੀਦੀ ਹੈ ਉਹਨਾਂ ਦਾ ਜਵਾਬ ਜਿਵੇਂ ਦੇ ਲਾ ਐਥ ਰਿਡਿਜੈਂਟ ਇਹ 2 ਸਾਲ ਦਾ ਕੋਰਸ ਹੈ ਮੈਂ ਕਿਹਾ ਚਲੋ ਜੀ ਠੀਕ ਹੈ ਨਹੀਂ ਆਂਦਾ ਤਾਂ ਮੈਂ ਮੈਥਮੈਟਿਕਸ ਸਟੱਡੀ ਕੀਤਾ ਸੀ ਮੈਨੂੰ ਇੰਨਾ ਕੁ ਤਾਂ ਹੋ ਗਿਆ ਵੀ ਹੈ ਤਾਂ ਸਕੇਲ ਰਿਡਕਸ਼ਨ ਹੀ ਜਿੰਨਾ 1 ਮੀਟਰ ਨੂੰ 1 ਸੈਂਟੀਮੀਟਰ ਲੈ ਲੋ ਇਹ ਹੋਰ ਤੇ ਉਹ ਮੈਂ ਸਰਪਸ ਇਸ ਤਰ੍ਹਾਂ ਹੀ ਫਿਰ ਹੌਲੇ ਪਹਿਲੇ ਹੱਥ ਨਾਲ ਕਰਦੇ ਸੀ ਫਿਰ ਕੰਪਿਊਟਰ ਦਾ ਆਟੋਕੈਡ ਪ੍ਰੋਗਰਾਮ ਆ ਗਿਆ ਉਹਦੇ ਚ ਕੰਮ ਦੀ ਕੁਆਲਿਟੀ ਵੀ ਬਹੁਤ ਵਧੀਆ ਹੋ ਗਈ ਐਲੀਵੇਸ਼ਨ ਮੈਨੂੰ ਨਹੀਂ ਬਣਾਉਣਾ ਆਂਦਾ ਐਲੀਵੇਸ਼ਨ ਜਿਹੜੇ ਉਹਦੇ ਵਿੱਚ ਬਣੇ ਹੋਏ ਆ ਸਰਹੰਦ ਵਾਲੀ ਬੁੱਕ ਵਿੱਚ ਉਹ ਮੈਂ ਪ੍ਰੋਫੈਸ਼ਨਲ ਆਰਕੀਟੈਕਟ ਤੋਂ ਬਣਵਾਏ ਸੀਗੇ ਉਹ ਮੈਂ ਜ਼ਿਕਰ ਵੀ ਉਹਨਾਂ ਦਾ ਕੀਤਾ ਹੈਗਾ ਠੀਕ ਉਹਨਾਂ ਦਾ ਥੈਂਕਸ ਤੁਸੀਂ ਉਹਦੇ ਵਿੱਚ ਕੀਤਾ ਹੈ ਜਿਹੜੇ ਪਲਾਨ ਹੈ ਹਾਂਜੀ ਪਲਾਨ ਨੂੰ ਸਟਡੀ ਕਰਨੇ ਦੇ ਲਈ ਕਿਉਂਕਿ ਜਦ ਬਿਲਡਿੰਗ ਬਣ ਚੁੱਕੀ ਹੈ ਹਾਂਜੀ ਮੋਨੂਮੈਂਟ ਬਣ ਚੁੱਕਾ ਹੈ ਤੇ ਉਹ ਸਾਬਿਤ ਵੀ ਹੈ ਤੇ ਫਿਰ ਉਹਦੀ ਜਿਹੜੀ ਪਲਾਨ ਹੈ ਉਹਨੂੰ ਤੁਸੀਂ ਕਿਵੇਂ ਚਾਕ ਆਊਟ ਕਰਦੇ ਸੀਗੇ ਜੇ ਕੋਈ ਮੈਜ਼ਰਮੈਂਟਸ ਲੈਂਦੇ ਸੀ ਕਿ ਕਿਵੇਂ ਕਰਦੇ ਮੈਜ਼ਰਮੈਂਟਸ ਓਨ ਦੀ ਸਪਾਟ ਜਾ ਕੇ ਸਾਰਾ ਮੈਂ ਨਾਲ ਲੈ ਕੇ ਜਾਂਦਾ ਉੱਥੇ ਇੱਕ ਇੱਕ ਕੋਨਾ ਕੋਨਾ ਮੈਜ਼ਰ ਕਰਕੇ ਓਨ ਦੀ ਸਪਾਟ ਤੇ ਡਰਾਇੰਗ ਬਣਾ ਕੇ ਕਰ ਲੈਂਦਾ ਸੀ ਫਿਰ ਉਸ ਨੂੰ ਉਹਦੇ ਕੰਪਿਊਟਰ ਦੇ ਉੱਤੇ ਡਰਾ ਕਰ ਲੈਂਦੇ ਸੀ ਔਰ ਇਸ ਤਰੀਕੇ ਦੇ ਨਾਲ ਤੁਸੀਂ ਉਹ ਜਿਹੜੇ ਮੋਨੂਮੈਂਟ ਹੈਗੇ ਆ ਉਹਨਾਂ ਦੀ ਜਿਹੜੀ ਪਲਾਨ ਹੈ ਉਸ ਨੂੰ ਤੁਸੀਂ ਕੀਤਾ ਅੱਛਾ ਇੱਕ ਚੀਜ਼ ਬੜੀ ਵੱਡੀ ਹੈ ਕਿ ਮੁਗਲ ਜਿਹੜੀ ਕਲਾ ਹੈ ਇਹਦੇ ਅੰਦਰ ਜਾਂ वास्तुकला ਹੈ ਇਹਦੇ ਅੰਦਰ ਮਨੁੱਖੀ ਰੂਪਾਂ ਨੂੰ ਬਹੁਤ ਘੱਟ ਤਰਜੀਹ ਦਿੱਤੀ ਜਾਂਦੀ ਜੀ ਬਲਕਿ ਦਿੱਤੀ ਹੀ ਨਹੀਂ ਜਾਂਦੀ ਆਪ ਜੀ ਨੂੰ ਰਿਸਰਚ ਕਰਦਿਆਂ ਹੋਇਆ ਜਾਂ ਮੋਨੂਮੈਂਟ ਨੂੰ ਪ੍ਰਿਜ਼ਰਵ ਕਰਦਿਆਂ ਹੋਇਆ ਇਹੋ ਜਿਹਾ ਕੁਛ ਐਕਸਪੀਰੀਅੰਸ ਹੋਇਆ ਹਾਂਜੀ ਮਤਲਬ ਉਹ ਜਿਹੜਾ ਅਵਾਇਡ ਕਰਦੇ ਸੀ ਉਹ ਰਿਲੀਜੀਅਸ ਬਿਲਡਿੰਗਸ ਤੇ ਜ਼ਿਆਦਾ ਅਵਾਇਡ ਕਰਦੇ ਸੀਗੇ ਕਿਉਂਕਿ ਇਹ ਇੱਕ ਨਾ ਕੁਰਾਨ ਸ਼ਰੀਫ ਚ ਕਿਤੇ ਨਹੀਂ ਲਿਖਿਆ ਹੋਇਆ ਇਹ ਇੱਕ ਹਦੀਸ ਹੈ ਇਸਲਾਮਿਕ ਜਿਹਦੇ ਵਿੱਚ ਉਹ ਕਹਿੰਦੇ ਕਿ ਜੋ ਇਹ ਜਿਉਂਦੀ ਮੂਰਤੀ ਬਣਾਏਗਾ ਬੰਦੇ ਦੀ ਜਾਂ ਪਸ਼ੂ ਪੰਛੀ ਦੀ ਉਹ ਕਿਆਮਤ ਦੇ ਦਿਨ ਨੂੰ ਕਿਹਾ ਜਾਏਗਾ ਕਿ ਤੂੰ ਹੁਣ ਇਹਦੇ ਚ ਜਾਨ ਪਾ ਤੇ ਜਾਨ ਰੱਬ ਹੀ ਪਾ ਸਕਦਾ ਐਸ ਕਰਕੇ ਫਿਰ ਉਹਨੂੰ ਦੋਜ਼ਖਤ ਦੇ ਵਿੱਚ ਸਿੱਟਣਗੇ ਪਰਪਸ ਉਹਨਾਂ ਦਾ ਉਦੋਂ ਇਹ ਸੀ ਕਿ ਕਿਸੇ ਤਰ੍ਹਾਂ ਮੂਰਤੀ ਪੂਜਾ ਵੱਲ ਨਾ ਹੋ ਜਾਣਾ ਧਿਆਨ ਨਾ ਜਾਵੇ ਲੇਕਿਨ ਜੋ ਪਾਵਰਫੁਲ ਹੈਗੇ ਆ ਦੇ ਡੈਮ ਬਾਦਰ ਅਬਾਊਟ ਰੈਨ ਜਿਹੜੇ ਰੈਸਟ੍ਰਿਕਸ਼ਨਸ ਹੁਣ ਮੁਗਲਾਂ ਨੇ ਵੈਸੇ ਪੇਂਟਿੰਗ ਦਾ ਦੇਖ ਲਓ ਵੀ ਵਰਲਡ ਸਕੂਲ ਹੈਗਾ ਉਸਦੇ ਮੁਗਲ ਪੇਂਟਿੰਗ ਦਾ ਠੀਕ ਹੈ ਜੀ ਬਿਲਡਿੰਗਾਂ ਤੇ ਥੋੜੀ ਜਿਹੀ ਵਾਈਡ ਜਰੂਰ ਕਰਦੇ ਸੀਗੇ ਔਰ ਖਾਸ ਕਰਕੇ ਧਾਰਮਿਕ ਬਿਲਡਿੰਗਾਂ ਤੇ ਮਸਜਿਦ ਤੇ ਦਰਵਾਜ਼ੇ ਨਹੀਂ ਬਣਨਗੇ ਕਿਹਨਾ ਮਕਬਰੇ ਤੇ ਨਹੀਂ ਬਣਨਗੇ ਲੇਕਿਨ ਸਰਾਏ ਨੂਰ ਮਹਿਲ ਦਾ ਦਰਵਾਜ਼ਾ ਹੈ ਵੈਸਟਰਨ ਗੇਟਵੇ ਸਾਰੇ ਇੰਡੀਆ ਵਿੱਚ ਕੋਈ ਐਸਾ ਮੋਨੂਮੈਂਟ ਨਹੀਂ ਜਿਸ ਦੇ ਉੱਤੇ ਇੰਨੀਆਂ ਖੂਬਸੂਰਤ ਔਰ ਇੰਨੀਆਂ ਤਸਵੀਰ ਇਹ ਰਿਲੀਫ ਵਿੱਚ ਨੇ ਜਾਂ ਕਿ ਮੂਜ਼ੇਰ ਬਾਸ ਬਾਹਰ ਰਿਲੀਫ ਬਾਸ ਰਿਲੀਫ ਰੈਡ ਸੈਂਡ ਸਟੋਨ ਨੂੰ ਬਾਸ ਰਿਲੀਫ ਕਾਫੀ ਹੈ ਇੱਕ ਚੀਜ਼ ਹੋਰ ਬੜੀ ਤੁਹਾਡੀ ਗੱਲ ਤੋਂ ਹੀ ਇੰਟਰਸਟਿੰਗ ਪੱਖ ਸਾਹਮਣੇ ਆਇਆ ਹੈ ਕਿਉਂਕਿ ਪੰਜਾਬ ਵਿੱਚ ਇਸ ਪੱਥਰ ਦੀ ਪ੍ਰਾਪਤੀ ਨਹੀਂ ਹੈ ਤੇ ਤੁਸੀਂ ਰਿਸਰਚ ਵਿੱਚ ਇਸ ਗੱਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਸਰਹੰਦ ਦੇ ਵਿੱਚ ਕੁਝ ਜਗ੍ਹਾ ਤੋਂ ਸਾਨੂੰ ਇਸ ਲਾਲ ਪੱਥਰ ਦੇ ਰੂਪ ਮਿਲਦੀ ਹੈ ਆਪਨੇ ਆਪਣ ਉਹਨਾਂ ਦੀਆਂ ਤਸਵੀਰਾਂ ਵੀ ਆਪਣੀਆਂ ਪੁਸਤਕਾਂ 'ਚ ਛਾਪੀਆਂ ਨੇ। ਇਸੇ ਤਰੀਕੇ ਨਾਲ ਨੂਰ ਮਹਿਲ ਦੇ ਵਿੱਚ ਵੀ ਜਿਹੜਾ ਦਰਵਾਜ਼ਾ ਹੈ ਉਹ ਬੜੀ ਹੀ ਖੂਬਸੂਰਤੀ ਨਾਲ ਬਣਿਆ ਹੈ। ਕੀ ਮਤਲਬ ਮਹਿਸੂਸ ਕਰਦੇ ਹੋ ਕਿ ਇਹ ਪੱਥਰ ਫਿਰ ਬਾਹਰੋਂ ਲਿਆਂਦਾ ਗਿਆ? ਪੱਥਰ ਬਾਹਰੋਂ ਆਇਆ ਏ। ਔਰ ਇਹ ਕਿਉਂਕਿ ਬੜਾ ਮਹਿੰਗਾ ਕੰਮ ਸੀ ਤਾਂ ਇਹ ਜਿਹੜਾ ਲਾਲ ਪੱਥਰ ਵਰਤਿਆ ਨਾ ਉਹ ਸਿਰਫ ਰਾਇਲ ਮਨੂਮੈਂਟਸ ਹੈ। ਅੱਛਾ। ਡੀ ਰਾਇਲਟੀ ਐ ਕਿੰਗ ਓਹੀ ਅਫੋਰਡ ਕਰ ਸਕਦਾ ਐ ਇੰਨਾ ਖਰਚਾ। ਦੂਸਰੇ ਤਾਂ ਕਿਉਂਕਿ ਆਪਣਾ ਇਹ ਜਿਹੜਾ ਏਰੀਆ ਹੈਗਾ ਨਾ ਇਹ ਐਲੂਵੀਅਲ ਸੈਂਡ ਐ। ਇਸਦੀ ਇਕ ਤਾਂ ਬਣ ਸਕਦੀ ਹੈ ਵਧੀਆ ਇਸ ਕਰਕੇ ਜਿਹੜੀ ਬੇਸਿਕਲੀ ਸਾਰੀ ਆਰਕੀਟੈਕਚਰ ਡਵੈਲਪ ਹੋਈ ਉਹ ਸਾਡੇ ਬ੍ਰਿਕ ਆਰਕੀਟੈਕਚਰ ਹੀ ਹੈ ਤਾਂ ਕਿਤੇ ਕਿਤੇ ਜੋ ਰਾਇਲ ਮੋਨੂਮੈਂਟਸ ਹੈ ਉਹਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਇਹ ਕਿਹੜੀ ਜਗ੍ਹਾ ਤੋਂ ਪੱਥਰ ਪੰਜਾਬ ਚ ਲਿਆਂਦਾ ਗਿਆ ਇਹ ਉਧਰੋਂ ਆਂਦਾ ਹੈ ਫਤਿਹਪੁਰ 시ਕਰੀ ਵਗੈਰਾ ਤੋਂ ਫਤਿਹਪੁਰ 시크ਰੀ ਤੋਂ ਅੱਛਾ ਇੱਕ ਚੀਜ਼ ਹੋਰ ਬੜੀ ਹੈ ਕਿ ਜਦੋਂ ਇਹਨਾਂ ਮੋਨੂਮੈਂਟਸ ਨੂੰ ਡਿਜ਼ਾਈਨ ਕੀਤਾ ਗਿਆ ਨਾ ਮੋਨੂਮੈਂਟਸ ਦੇ ਵਿੱਚ ਜਿਹੜਾ ਖੂਬਸੂਰਤ ਪੱਖ ਹੈ ਉਹਨਾਂ ਦੀ ਆਰਕਸ ਨੇ ਹਾਂਜੀ ਕਰਵਜ ਨੇ ਹਾਂ ਤੇ ਉਹਨਾਂ ਨੂੰ ਜਦੋਂ ਤੁਸੀਂ ਸਟੱਡੀ ਕੀਤਾ ਤੇ ਇਹਦੇ ਵਿੱਚ ਇਸ ਗੱਲ ਦਾ ਪੱਖ ਲੱਭਣ ਦੀ ਵੀ ਕੋਸ਼ਿਸ਼ ਕੀਤੀ ਆ ਕਿ ਆਰਕਸ ਕਿਸ ਮੋਨੂਮੈਂਟ ਤੋਂ ਕਿਵੇਂ ਤੇ ਕਿਸ ਤਰ੍ਹਾਂ ਵੱਖਰੀਆਂ ਹਨ ਹਾਂਜੀ ਇਹ ਜਿਹੜੀ ਆਰਕ ਹੈ ਇਹ ਤਾਂ ਪੂਰਾ ਉਹਦਾ ਡੇਟਿੰਗ ਦਾ ਬੇਸ ਬਣ ਜਾਂਦੀ ਹੈ ਮੋਨੂਮੈਂਟ ਦਾ ਕਈ ਵਾਰ ਜੀ ਵੀ ਆਰਕ ਦੀ ਸ਼ੇਪ ਕੀ ਹੈ ਜੀ ਕਿਉਂਕਿ ਇਹਨਾਂ ਦੇ ਉੱਤੇ ਗਾਰੰਟੀਡ ਤਾਂ ਸਾਨੂੰ ਉਸ ਦੀ ਡੇਟ ਪਤਾ ਹੁੰਦਾ ਜਾਂ ਤਾਂ ਸਾਨੂੰ ਹਿਸਟੋਰੀਕਲ ਰੈਫਰੈਂਸ ਮਿਲ ਜੇ ਜੀ ਜਾਂ ਇਨਸਕ੍ਰਿਪਸ਼ਨ ਲੱਗੀ ਹੋਵੇ ਆਦਰਵਾਇਜ਼ ਤਾਂ ਉਹ ਬਿਲਡਿੰਗ ਖੜੀ ਹੈ ਤਾਂ ਸਾਨੂੰ ਸਟਾਈਲਿਸਟਿਕ ਉਹਦਾ ਸਟੱਡੀ ਕਰਨਾ ਪੈਂਦਾ ਉਹਦੇ ਵਿੱਚੋਂ ਸ਼ੇਪ ਆਫ ਆਰਕ ਤੇ ਸ਼ੇਪ ਆਫ ਡੋਮ ਇਹ ਦੋ ਐਲੀਮੈਂਟ ਐਸੇ ਆ ਜਿਨ੍ਹਾਂ ਤੋਂ ਸਾਨੂੰ ਡੇਟ ਪਤਾ ਲੱਗ ਜਾਂਦਾ ਵੀ ਅੱਛਾ ਇਹ ਸ਼ੇਪ ਐ ਕਿਉਂਕਿ ਜਿਹੜੀ ਆਰਕ ਹੈਗੀ ਐ ਉਹ ਪਹਿਲੇ ਪ੍ਰੀ ਮੁਗਲ ਪੀਰੀਅਡ ਚ ਨੈਰੋ ਸੀ ਉਹ ਨੈਰੋ ਤੋਂ ਵਾਈਡ ਹੁੰਦੀ ਜਾਂਦੀ ਐ ਤੇ ਮੁਗਲ ਪੀਰੀਅਡ ਚ ਆ ਕੇ ਉਸ ਨੂੰ ਅਸੀਂ ਕਹਿੰਦੇ ਫੋਰ ਸੈਂਟਰਡ ਆਰਕ ਹੋਰ ਚੋੜੀ ਹੋ ਗਈ ਹੂੰ ਹੂੰ ਔਰੰਗਜ਼ੇਬ ਚਾ ਕੇ ਹੋਰ ਉਹ ਇੰਨੀ ਜ਼ਿਆਦਾ ਤਕਰੀਬਨ ਫਲੈਟ ਜੀ ਕਰਦੀ ਕਿ ਉਹ ਬਾਅਦ ਚ ਕ੍ਰੈਕਸ ਡਿਵੈਲਪ ਹੋ ਗਏ ਤਾਂ ਉਹ ਜਿੰਨੀ ਉਸ ਦਾ ਕਰਮ ਹੈਗਾ ਉਸੇ ਹਿਸਾਬ ਨਾਲ ਸੀ ਉਹਦੀ ਡੇਟ ਫਿਕਸ ਕਰ ਦਿੰਨੇ ਆ ਵੀ ਇਹ 16th ਸੈਂਚਰੀ ਦਾ ਹੋ ਸਕਦਾ ਹੈ ਜਾਂ 17th ਸੈਂਚਰੀ ਦਾ ਹੋ ਸਕਦਾ ਹੈ ਸਿਮਿਲਰਲੀ ਸ਼ੇਪ ਆਫ ਦਿ ਡੋਮ ਹੈ ਠੀਕ ਸ਼ੁਰੂ ਚ ਜਿਹੜੇ ਡੋਮ ਸੀ ਉਹ ਹੈਮਿਸਫੇਰਿਕਲ ਸੀ ਹੈਮਿਸਫੇਰਿਕਲ ਤੋਂ ਬਲਬਸ ਸ਼ੇਪ ਆ ਗਈ ਫਿਰ ਥੱਲੋਂ ਭੀੜੇ ਹੋਣ ਲੱਗ ਪਏ ਤਾਂ ਉਸ ਤੋਂ ਪਤਾ ਲੱਗ ਜਾਂਦਾ ਵੀ ਜੇ ਉਹ ਸ਼ੇਪ ਉਹਦੀ ਬਲਬਸ ਹੈ ਥੱਲੇ ਆ ਕੇ ਫਿਰ ਭੀੜਾ ਹੁੰਦਾ ਇਟ ਮੀਨਸ ਕਿ ਉਹ ਸ਼ਾਹਜਹਾਨ ਦੇ ਪੀਰੀਅਡ ਤੋਂ ਪਹਿਲੇ ਦਾ ਨਹੀਂ ਬਣਿਆ ਹੋਇਆ ਤਾਂ ਇਹ ਬਰੀਕ ਜੀ ਜਿਹੜੇ ਚੀਜ਼ਾਂ ਵੇਖੇ ਇਸੇ ਤਰ੍ਹਾਂ ਇੱਕ ਹੋਰ ਚੀਜ਼ ਹੈ ਜਿਹੜੀ ਪੰਜਾਬ ਦੇ ਮਨੂਮੈਂਟਸ ਖਾਸ ਹੈ ਉਹ ਹੈਗੇ ਇਹਨਾਂ ਦੀ ਗਲੇਜ਼ਡ ਟਾਈਲ ਡੈਕੋਰੇਸ਼ਨ ਜੀ ਮੋਡ ਆਫ ਡੈਕੋਰੇਸ਼ਨ ਇੱਕ ਤਾਂ ਕਾਰਵਿੰਗ ਹੋ ਗਿਆ ਇੱਕ ਸੀ ਗਲੇਜ਼ ਟਾਈਲ ਡੈਕੋਰੇਸ਼ਨ ਜਿਹੜੇ ਗਲੇਜ਼ ਟਾਈਲਾਂ ਆਪਾਂ ਹੁਣ ਵੀ ਵਰਤਦੇ ਆਂ ਜੀ ਲੇਕਿਨ ਉਹਨਾਂ ਦਾ ਸਟਾਈਲ ਇੱਕ ਅਲੱਗ ਸੀ ਉਹ ਵੀ ਸਾਡੇ ਕੋਲ ਪੂਰਾ ਬੇਸ ਬਣਦਾ ਉਸ ਦਾ ਵੀ ਉਹ ਸਟਾਈਲ ਆਪ ਕਿਵੇਂ ਡਿਵੈਲਪ ਹੋਇਆ ਈਰਾਨ ਉਹ ਵਗੈਰਾ ਉੱਧਰਲੇ ਪਾਸਿਓਂ ਆਇਆ ਜੀ ਸ਼ੁਰੂ-ਸ਼ੁਰੂ ਦੇ ਵਿੱਚ ਜਿਹੜਾ ਪ੍ਰੀ ਮੁਗਲ ਪੀਰੀਅਡ ਵਿੱਚ ਸਿਰਫ ਟਰਕਵਾਇਜ਼ ਬਲੂ ਤੇ ਇੰਡੀਗੋ ਬਲੂ ਦੋ ਕਲਰ ਦੀਆਂ ਸਾਨੂੰ ਮਿਲਦੀਆਂ ਉਸ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਇਹ ਮੁਗਲ ਪੀਰੀਅਡ ਦੀ ਤਾਂ ਨਹੀਂ ਹੈ ਇਹ ਪ੍ਰੀ ਮੁਗਲ ਪੀਰੀਅਡ ਹੀ ਹੈਗਾ ਨਾ ਫਿਰ ਅਕਬਰ ਔਰ ਜਹਾਂਗੀਰ ਤੱਕ ਇਹ ਜਿਹੜਾ ਸਟਾਈਲ ਚੇਂਜ ਹੋ ਡਿਜ਼ਾਈਨ ਬਣਾਨੇ ਸ਼ੁਰੂ ਹੋ ਜਾਂਦੇ ਪਹਿਲੇ ਤੁਸੀਂ ਨਾ ਵੀ ਚੋਰਸ ਟਾਈਲ ਲਾਤੀ ਬਸ ਠੀਕ ਹੈ ਫਿਰ ਉਹ ਡਿਜ਼ਾਈਨ ਬਣਾਉਂਦੇ ਆ ਉਹਨਾਂ ਦੇ ਬ੍ਰਿਕਸ ਨਾਲ ਡਿਜ਼ਾਈਨ ਬਣਾ ਕੇ ਇਨਲੇ ਕਰਦੇ ਆ ਕੱਟ ਕੱਟ ਕੇ ਇਹ ਚੱਲਦਾ ਜਹਾਂਗੀਰ ਦੇ ਪੀਰੀਅਡ ਤੱਕ 17th ਸੈਂਚਰੀ ਦੇ ਫਰਸਟ ਕੁਆਰਟਰ ਤੱਕ ਜਦੋਂ ਸ਼ਾਹਜਹਾਂ ਦਾ ਪੀਰੀਅਡ ਆ ਜਾਂਦਾ ਫਿਰ ਉਹ ਸਟਾਈਲ ਵੀ ਚੇਂਜ ਹੋ ਜਾਂਦਾ ਉਸ ਦੇ ਵਿੱਚ ਫਿਰ ਜਿਵੇਂ ਆਪਾਂ ਮੂਜ਼ੇਕ ਕਹਿੰਦੇ ਆ ਵੀ ਛੋਟੇ ਛੋਟੇ ਟੋਟੇ ਕੱਟ ਕੇ ਹਰੇਕ ਫੁੱਲ ਦੀ ਇੱਕ ਇੱਕ ਪੱਤੀ ਅਲੱਗ ਅਲੱਗ ਰੰਗ ਦੀ ਟਾਈਲਾਂ ਦਾ ਕਲਰ ਕਿਹੜਾ ਆ ਗਿਆ ਕਲਰ ਚੇਂਜ ਹੁੰਦਾ ਜਾਂਦਾ ਕਲਰ ਰਿਚ ਹੁੰਦਾ ਜਾਂਦਾ ਹੈ ਨਾ ਸ਼ਾਹਜਹਾਂ ਵੇਲੇ ਬੈਸਟ ਜੋ ਮਤਲਬ ਮਲਟੀ ਕਲਰ ਜਿਹੜੇ ਆਂਦੇ ਆ ਤੇ ਉਹ ਇਸ ਤਰ੍ਹਾਂ ਸਾਨੂੰ ਉਸ ਦੀ ਡੇਟ ਉਸ ਤੋਂ ਹੀ ਪਤਾ ਲੱਗ ਜਾਂਦੀ ਹੈ ਇਦਾਂ ਦੀ ਡੈਕੋਰੇਸ਼ਨ ਹੈ ਤਾਂ ਇਹ ਵੀ ਉਸ ਤੋਂ ਪਹਿਲੇ ਦਰ ਆਪਾਂ ਜਿਹੜੀ ਬਲੂ ਟਾਈਲਸ ਦੀ ਜਾਂ ਕੋਬਾਲਟ ਬਲੂ ਟਾਈਲਸ ਦਾ ਜਿਕਰ ਕਰਦੇ ਆ ਕਿਉਂਕਿ ਇਸ ਕਲਰ ਦੀ ਬੜੀ ਮਹੱਤਤਾ ਰਹੀ ਹੈ ਇਹ ਰੇਅਰ ਕਲਰ ਬਣਿਆ ਜਾਂਦਾ ਰਿਹਾ ਆਪਣੇ ਸਮੇਂ ਤੇ ਇਹ ਖਲੀਫਾ ਦੇ ਪੀਰੀਅਡ ਨਾਲ ਜੋੜ ਕੇ ਤੁਸੀਂ ਗੱਲ ਕਰਨਾ ਚਾਹੋਗੇ ਇਸ ਨੂੰ ਪ੍ਰੀ ਮੁਗਲ ਦੇ ਵਿੱਚ ਜਦੋਂ ਕਿ ਮੁਗਲ ਐਜ਼ ਅ ਰਿਲੀਜੀਅਨ ਸਪਰੈਡ ਹੋ ਰਿਹਾ ਸੀ ਕਿ ਇਸ ਤੋਂ ਵੱਖਰਾ ਮੰਨੋਗੇ ਨਹੀਂ ਇਹ ਮੈਨੂੰ ਤਾਂ ਇਹੀ ਹੁੰਦਾ ਕਿ ਜੀਓਗ੍ਰਾਫੀਕਲ ਰੀਜ਼ਨ ਹੀ ਹੁੰਦੇ ਆ ਕਿ ਕਿੱਥੇ ਕੀ ਚੀਜ਼ ਅਵੇਲੇਬਲ ਹੈ ਨਾ ਇਹ ਇਧਰਲੇ ਪਾਸਿਓਂ ਜ਼ਿਆਦਾ ਹੈ ਮਲਤਾਨ ਸਭ ਤੋਂ ਜ਼ਿਆਦਾ ਹੈ ਮਲਤਾਨ ਤੋਂ ਲਾਹੌਰ ਵੱਲ ਆਈ ਜਾਈਏ ਲਾਹੌਰ ਵੀ ਬਹੁਤ ਹੈ ਲੇਕਿਨ ਜੋ ਜੋ ਤੁਸੀਂ ਦਿੱਲੀ ਵੱਲੋਂ ਜਾਈ ਜਾਓਗੇ ਘਟੇ ਜਾਊਗਾ ਹੈ ਅੱਛਾ ਟਾਈਲਾਂ ਦਾ ਯੂਜ਼ ਤਾਂ ਉਹੀ ਆ ਵੀ ਉਸ ਤਰ੍ਹਾਂ ਦੇ ਕਾਰੀਗਰੀ ਐ ਮਿਸਤਰੀ ਨਹੀਂ ਮਿਲਦੇ ਆਰਟਿਸਟ ਨਹੀਂ ਮਿਲਦੇ ਤਾਂ ਉੱਥੇ ਨਹੀਂ ਹੋਏਗਾ ਤੇ ਜਿੱਥੇ ਉਹਦੇ ਨੇੜੇ ਇਧਰ ਅਵੇਲੇਬਿਲਿਟੀ ਜ਼ਿਆਦਾ ਸੀ ਤੇ ਮਤਲਬ ਇਲਾ ਇਸ ਤਰ੍ਹਾਂ ਤਾਂ ਨਹੀਂ ਆਪਾਂ ਮੰਨ ਸਕਦੇ ਕਿ ਜਿਹੜਾ ਬਲੂ ਕਲਰ ਹੈ ਇਹ ਏਜੀਪਟ ਵੱਲ ਦੀ ਸਾਈਡ ਤੋਂ ਮੰਨਿਆ ਜਾਂਦਾ ਵੀ ਨੀਲ ਤੋਂ ਚੱਲਿਆ ਤੇ ਲੈਪੀਸ ਲਜ਼ੁਲੀ ਹਾਂਜੀ ਲੈਪੀਸ ਲਜ਼ੁਲੀ ਹਾਂਜੀ ਹਾਉ ਜਿੱਥੇ ਅਵੇਲੇਬਲ ਹੋਗਾ ਜੇ ਹੋਰ ਕਿਸੇ ਥਾਂ ਤੇ ਲਾਵਾਂਗੇ ਮਹਿੰਗਾ ਬਹੁਤ ਪਏਗਾ ਤਾਂ ਇਹ ਵੀ ਡਿਪੈਂਡ ਕਰਦਾ ਵੀ ਉਹ ਜੋ ਪੈਟਰਨ ਹੈਗਾ ਵੈਦਰ ਫੋਲਡ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਔਰ ਇਹਦੇ ਨਾਲ ਨਾਲ ਜਿਹੜਾ ਕਿ ਇਹ ਤੇ ਬਾਹਰਲਾ ਪੱਖ ਸੀ ਹਾਂਜੀ ਵਸਤੂ ਕੁਲ ਦਾ ਇਹਨਾਂ ਜਿਹੜੇ ਮੋਨੂਮੈਂਟਸ ਨੇ ਇਹਨਾਂ ਤੇ ਜਿਹੜਾ ਅੰਦਰਲਾ ਪੱਖ ਹੈ ਉਹਦੇ ਵਿੱਚ ਆਪ ਜੀ ਨੂੰ ਕੁਝ ਚਿੱਤਰ ਵੀ ਦੇਖਣ ਨੂੰ ਮਿਲੇ ਜਾਂ ਕੁਝ ਐਸੇ ਰੂਪ ਮਿਲੇ ਜਿਦੇ ਨਾਲ ਥੋੜਾ ਉਸ ਸਮੇਂ ਦੀ ਕਲਾ ਦਾ ਪਤਾ ਚੱਲਦਾ ਹੋਵੇ ਹਾਂ ਜ਼ਿਆਦਾਤਰ ਮਤਲਬ ਇਹਨਾਂ ਦੇ ਹੁੰਦੇ ਸੀ ਇਹ ਤਾਂ ਫਲੋਰਲ ਡਿਜ਼ਾਈਨ ਜੀ ਉਹਨਾਂ ਨੂੰ ਅਰੇਬਸਕ ਜੁਸਲੀ ਕਹਿੰਦੇ ਆ ਤੇ ਜਾਂ ਸੀ ਕਿ ਕੈਲੀਗ੍ਰਾਫਿਕ ਡਿਜ਼ਾਈਨਸ ਵੀ ਉਹਨਾਂ ਨੇ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖਣੀਆਂ ਆ ਇਹ ਹਿਸਟੋਰੀਕਲ ਜੋ ਵੀ ਵੀ ਐਸਐਸ ਨੇ ਇਹ ਬਣਵਾਈ ਉਹ ਉਹਨਾਂ ਦਾ ਵੀ ਜਿਹੜਾ ਕੈਲੀਗ੍ਰਾਫੀ ਦਾ ਵੀ ਇੱਕ ਸਟਾਈਲ ਹੈ ਕਿ ਕਦੋਂ ਕਿਸ ਤਰ੍ਹਾਂ ਦੇ ਪਰਸ਼ੀਅਨ ਤੇ ਅਰੇਬਿਕ ਦੋਨੋਂ ਦੀ ਕੈਲੀਗ੍ਰਾਫੀ ਬਹੁਤ ਡਿਵੈਲਪਡ ਸੀ ਵੱਖ-ਵੱਖ ਤਰ੍ਹਾਂ ਦੇ ਸਟਾਈਲ ਵਰਤਦੇ ਸੀ ਉਹ ਲਿਖਣ ਵਾਸਤੇ ਉਸ ਤੋਂ ਵੀ ਸਾਨੂੰ ਜਜਮੈਂਟ ਹੋ ਜਾਂਦੀ ਹੈ ਕਿ ਜਿਵੇਂ ਨਸਤਾਲਿਕ ਤਾਲਿਕ ਨਸਖ ਇਹ ਅਲੱਗ-ਅਲੱਗ ਸਟਾਈਲ ਨੇ ਵੀ ਇਸ ਟਾਈਪ ਦੇ ਸ਼ਬਦ ਅੱਖਰ ਬਲਿਖੇ ਆ ਤਾਂ ਇਹ ਇਸ ਪੀਰੀਅਡ ਦੀ ਹੋ ਸਕਦੀ ਹੈ ਆਪਣੇ ਬਹੁਤ ਹੀ ਯੂਜ਼ ਹੋਇਆ ਪਰਸ਼ੀਅਨ ਪਰਸ਼ੀੰ ਦਾ ਪਰਸ਼ੀ ਜੇ ਅਰੇਬਿਕ ਦੀ ਇਨਸਕ੍ਰਿਪਸ਼ਨ ਹੈ ਤਾਂ ਉਹ ਮੋਸਟਲੀ ਕੁਰਾਨ ਸ਼ਰੀਫ ਦੀਆਂ ਆਇਤਾਂ ਜਾਂ ਹਦੀਸ ਹੈ ਕੋਈ ਉਸ ਤੋਂ ਇਲਾਵਾ ਨਹੀਂ ਉਸ ਤੋਂ ਇਲਾਵਾ ਨਹੀਂ ਉਸ ਤੋਂ ਇਲਾਵਾ ਨਹੀਂ ਬਾਕੀ ਤਾਂ ਪਰਸ਼ੀ ਨਹੀਂ ਇੱਕ ਚੀਜ਼ ਹੋਰ ਹੈ ਕਿ ਜਿਹੜਾ ਬ੍ਰਿਕ ਦਾ ਸਾਈਜ਼ ਹੈ ਕਿਉਂਕਿ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਆਪਣਾ ਜਿਹੜਾ ਸਾਰਾ ਏਰੀਆ ਹੈ ਇਹਦੇ ਵਿੱਚ ਇੱਟ ਦੀ ਬਣਨਰ ਵਾਸਤੇ ਮਿੱਟੀ ਦਾ ਬਹੁਤ ਵਧੀਆ ਹੈ ਤੇ ਜਿਹੜੀਆਂ ਇੱਟਾਂ ਦਾ ਪ੍ਰਯੋਗ ਹੋਇਆ ਹੈ ਇਹ ਜਿਸ ਤਰ੍ਹਾਂ ਕੁਸ਼ਾਨ ਪੀਰੀਅਡ ਦੇ ਵਿੱਚ ਇਟਾਂ ਦਾ ਇੱਕ ਵੱਖਰਾ ਰੰਗ ਰੂਪ ਹੈ ਇਸੇ ਤਰੀਕੇ ਨਾਲ ਇਨਾਂ ਇਟਾਂ ਦੇ ਸਾਈਜ਼ ਨੂੰ ਵੀ ਲੈ ਕੇ ਕੁਝ ਰਿਸਰਚ ਦੇ ਵਿੱਚ ਜਾਂ ਖੋਜ ਵਿੱਚ ਤੁਸੀਂ ਜਿੰਨੀ ਪੁਰਾਣੀ ਹੋਏਗੀ ਉਹਨੀ ਏਟ ਵੱਡੀ ਸੀ ਜਿਵੇਂ ਕੁਸ਼ਾਨ ਪੀਰੀਅਡ ਤੇ ਗੁਪਤ ਪੀਰੀਅਡ ਉਹਨਾਂ ਦੀ ਬ੍ਰਿਕ ਵੱਡੀ ਹੈ ਤੇ ਲੇਕਿਨ ਇਹਨਾਂ ਦੇ ਗਾਹਾਂ ਜਾਂਦੇ ਜਾਂਦੇ ਮੁਗਲ ਪੀਰੀਅਡ ਤੱਕ ਜਿਸ ਨੂੰ ਅਸੀਂ ਮੁਗਲ ਬ੍ਰਿਕ ਵੀ ਕਹਿ ਦਿੰਨੇ ਆ ਲਖੋਰੀ ਬ੍ਰਿਕ ਵੀ ਕਹਿ ਦਿੰਨੇ ਆ ਲਾਹੋਰੀ ਬ੍ਰਿਕ ਵੀ ਕਹਿ ਦਿੰਨੇ ਆ ਸਿੱਖ ਸੋਨੂੰ ਨਾਨਕਸ਼ਾਹੀ ਬ੍ਰਿਕ ਕਹਿ ਦਿੰਦੇ ਆ ਉਹ ਛੋਟਾ ਸਾਈਜ਼ ਹੈ ਉਹਦੀ ਸ਼ਾਇਦ ਇੱਕ ਤਾਂ ਇਹ ਸੀ ਕਿ ਚੰਗੀ ਤਰ੍ਹਾਂ ਪਕਾਉਣ ਵਾਸਤੇ ਹੋਰ ਕੋਈ ਬਾਲਣ ਐਨਾ ਡਿਵੈਲਪਡ ਹੈ ਨਹੀਂ ਸੀ ਤਾਂ ਛੋਟੇ ਸਾਈਜ਼ ਦੇ ਬ੍ਰਿਕ ਹੀ ਚੰਗੀ ਤਰ੍ਹਾਂ ਪੱਕ ਸਕਦੀ ਸੀ ਤਾਂ ਸ਼ਾਇਦ ਇੱਕ ਉਹ ਸਾਨੂੰ ਕਿਤੇ ਆਪਾਂ ਨੂੰ ਜਿਹੜੀਆਂ ਥੱਪੀਆਂ ਹੋਈਆਂ ਕੱਚੀਆਂ ਇੱਟਾਂ ਦੇ ਨਾਲ ਵੀ ਕੁਝ ਮੋਨੂਮੈਂਟ ਦਾ ਮਤਲਬ ਪ੍ਰਾਪਤੀ ਹੋਈ ਹੈ ਨਹੀਂ ਮੁਗਲ ਪੀਰੀਅਡ ਜਾਂ ਇਸਲਾਮਿਕ ਪੀਰੀਅਡ ਚ ਨਹੀਂ ਹੈ ਇਸ ਤਰ੍ਹਾਂ ਦੇ ਨਹੀਂ ਜੇ ਹੋਣਗੇ ਤਾਂ ਉਹ ਖਤਮ ਹੋ ਗਏ ਨੇ ਅੱਛਾ ਨਹੀਂ ਮੇਰੇ ਮੈਂ ਕਹਿੰਦਾ ਮਕਸਦ ਇਹ ਸੀਗਾ ਕਿ ਜਿਸ ਤਰ੍ਹਾਂ ਖੁਦਾਈ ਹੁੰਦੀ ਹੈ ਤਾਂ ਖੁਦਾਈ ਦੇ ਵਿੱਚ ਪਲਾਨਸ ਨਿਕਲਦੇ ਨੇ ਹਾਂਜੀ ਕੁਝ ਇਹੋ ਜਿਹਾ ਕਦੇ ਉਹ ਤਾਂ ਸਾਰੇ ਉਹ ਜਿਹੜੀ ਹੜੱਪਨ ਤੇ ਇੰਡਸ ਹੈ ਨਾ ਉਸ ਤੋਂ ਬਾਅਦ ਮਨ ਲਓ ਤੁਹਾਨੂੰ ਇਹ ਜੋ ਪੰਜਾਬ 'ਚ ਐਸਾ ਰੈਫਰੈਂਸ ਨਹੀਂ ਮਿਲਿਆ ਲਹਿੰਦੇ ਪੰਜਾਬ ਦੇ ਵਿੱਚ ਨਹੀਂ ਨਹੀਂ ਜੀ ਹੈ ਜੀ ਠੀਕ ਹੈ ਉਹ ਮੈਂ ਵੈਸੇ ਉਹ ਕੱਚੀਆਂ ਇੱਟਾਂ ਜਿਹੜੀਆਂ ਪੱਥੀਆਂ ਹੋਇਆਂ ਤੇ ਚਲਦੇ ਪੰਜਾਬ ਦਾ ਤੁਸੀਂ ਇੱਧਰ ਲਾ ਕੀ ਕਹਿਣਾ ਚਾਹੋਗੇ ਵੀ ਇੱਧਰ ਹੈ ਅਵੇਲੇਬਲ ਆਪਣਾ ਜਿਹੜਾ ਇੱਧਰ ਹਾਂ ਆਪਣੇ ਈਸਟ ਪੰਜਾਬ ਆ ਗਿਆ ਨਾ ਹਾਂਜੀ ਚੜ੍ਹਦਾ ਪੰਜਾਬ ਹਾਂ ਨਹੀਂ ਇੱਥੇ ਵੀ ਨਹੀਂ ਹੈ ਇੱਥੇ ਵੀ ਨਹੀਂ ਹੈ ਕਿਉਂਕਿ ਉਹ ਪੈਰੀਸ਼ੇਬਲ ਮਟੀਰੀਅਲ ਹੈ ਜੇ ਕੋਈ ਵਰਤਦਾ ਵੀ ਹੋਊਗਾ ਲੋਕ ਮਕਾਨ ਬਣਾਉਣ ਵਾਸਤੇ ਆਮ ਤਾ ਵਰਤਦੇ ਹੀ ਹੋਣਗੇ ਲੇਕਿਨ ਉਹ بارش ਨਾਲ ਤੇ ਹੋਰ ਖਤਮ ਹੋ ਜਾਂਦੀਆਂ ਲੇਕਿਨ ਉਹ ਬੱਚੀਆਂ ਨਹੀਂ ਬੱਚੀਆਂ ਸਾਨੂੰ ਪ੍ਰਾਪਤ ਨਹੀਂ ਹੋਈਆਂ ਨਹੀਂ ਇਹਦਾ ਰੀਜ਼ਨ ਮਤਲਬ ਸਾਡਾ ਜਿਹੜਾ ਮੌਸਮ ਤੇ ਮਾਹੌਲ ਹੈ ਇਹ ਵੀ ਇੱਕ ਕਾਰਨ ਰਿਹਾ ਹੋਇਆ ਹੈ ਹਾਂਜੀ ਬਿਲਕੁਲ ਬਿਲਕੁਲ ਕਾਰਨ ਰਿਹਾ ਹੈ ਇੱਕ ਹੋਰ ਜਿਹੜੀ ਗੱਲ ਹੈ ਜਿਸ ਨੂੰ ਆਪਾਂ ਵਿਚਾਰਨਾ ਚਾਹਵਾਂਗੇ ਕਿ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਜਿਹੜੇ 20 ਮੋਨੂਮੈਂਟ ਨੇ ਉਹਨਾਂ ਦੋਨੋਂ ਜਗ੍ਹਾ ਦੇ ਮੋਨੂਮੈਂਟਸ ਨੂੰ ਆਪ ਨੂੰ ਦੇਖਣ ਦਾ ਮੌਕਾ ਪ੍ਰਾਪਤ ਹੈ ਹਾਂਜੀ ਮੈਂ ਪਾਕਿਸਤਾਨ ਦੇ ਵੀ ਦੇਖੇ ਨੇ ਦੇਖੇ ਨੇ ਤੇ ਇੱਧਰਲੇ ਵੀ ਵੇਖੇ ਐਕਚੁਅਲੀ ਤਾਂ ਪੰਜਾਬ ਦਾ ਇੱਕੋ ਹੀ ਸਟਾਈਲ ਹੈ ਪੰਜਾਬ ਨੂੰ ਆਪਾਂ ਸਿੰਧ ਦਰਿਆ ਤੋਂ ਲੈ ਕੇ ਤੇ ਤਕਰੀਬਨ ਜੇ ਜਮਨਾ ਨਹੀਂ ਤਾਂ ਘੱਗਰ ਤੱਕ ਤਾਂ ਸਿਲੇ ਜਾ ਸਕਦੇ ਹਾਂ ਤੇ ਇਸ ਦੇ ਵਿੱਚ ਕਿਉਂਕਿ ਇੱਕੋ ਜਿਹੀ ਜੀਓਗ੍ਰਾਫੀ ਹੈ ਇੱਕੋ ਜਿਹਾ ਸਾਰ ਸਟਾਈਲ ਹੈ ਉਹੀ ਚੱਲਦਾ ਹੈ ਸਟਾਈਲ ਹੈ ਹਾਂਜੀ ਔਰ ਜਿਹੜਾ ਇੱਕ ਹੋਰ ਪੱਖ ਹੈ ਹਾਂ ਕੀ ਜਦੋਂ ਮਤਲਬ ਮੁਗਲ ਇਸ ਹਿੱਸੇ ਦੇ ਵਿੱਚ ਭੂਗੋਲਿਕ ਹਿੱਸੇ ਦੇ ਵਿੱਚ ਆਪਣੇ ਆਪ ਨੂੰ ਫੈਲਾ ਰਹੇ ਸੀ ਤੇ ਇਸ ਸਮੇਂ ਦੌਰਾਨ ਕੁਝ ਐਸਾ ਵੀ ਕੋਈ ਮੋਨੂਮੈਂਟ ਜਾਂ ਐਸੀ ਚੀਜ਼ ਵੀ ਪ੍ਰਾਪਤ ਹੋਈ ਹੈ ਜਿਹੜੀ ਕਿ ਦੂਸਰੇ ਵਾਸਤੂ ਕਲਾ ਦੇ ਪੱਖ ਨੂੰ ਦਰਸਾਉਂਦੀ ਹੋਵੇ ਨਹੀਂ ਇਸ ਤਰ੍ਹਾਂ ਦਾ ਨਹੀਂ ਇਸ ਤਰ੍ਹਾਂ ਦਾ ਵੀ ਨਹੀਂ ਹੈ ਮੁਗਲ ਦਾ ਮੁਗਲ ਟੋਟਲੀ ਮੁਗਲ ਹੈ ਹਾਂਜੀ ਉਹ ਕੁਝ ਪ੍ਰੀ ਮੁਗਲ ਇੱਕ ਦੋ ਮੋਨੂਮੈਂਟਸ ਹੈਗੇ ਆ ਜਿੰਦੇ ਵਿੱਚ ਉਹ ਹੈਗਾ ਪ੍ਰੂਫ ਵੀ ਪੁਰਾਣੀ ਸਟੋਨ ਬਿਲਡਿੰਗ ਸੀਗੀ ਉਹ ਢਾ ਕੇ ਇਹਨਾਂ ਨੂੰ ਇਹ ਵਰਤੀ ਹੈ ਕਿਉਂਕਿ ਉਹਦੇ ਉੱਤੇ ਹਿਊਮਨ ਫਿਗਰਜ਼ ਕਾਰਵ ਕੀਤੀ ਹੋਈਆਂ ਹਨ ਉਹਨਾਂ ਦੇ ਉੱਤੇ ਅੱਛਾ ਜੀ ਅੱਛਾ ਇੱਕ ਹੋਰ ਚੀਜ਼ ਹੈ ਹਾਂਜੀ ਕਿ ਇੱਟਾਂ ਨੂੰ ਹਾਂਜੀ ਕੱਟ ਕੇ ਰੂਪ ਦੇਣਾ ਜੀ ਇਹ ਮੁਗਲ ਕਲਾ ਦਾ ਜਾਂ ਇਸ वास्तुकला ਦਾ ਵੀ ਹਿੱਸਾ ਤੁਸੀਂ ਮਹਿਸੂਸ ਕੀਤਾ ਹੈ ਹਾਂਜੀ ਬਿਲਕੁਲ ਕੱਟ ਬ੍ਰਿਕ ਵਰਕ ਇਹ ਇੱਕ ਅਲੱਗ ਸ਼ੈਲੀ ਸੀ ਨਾ ਦੇ ਲੇਕਿਨ ਉਹ ਮੁਗਲਾਂ ਤੋਂ ਪਹਿਲੇ ਆ ਲਿਆ ਉਹ ਪ੍ਰੀ ਮੁਗਲ ਪੀਰੀਅਡ ਦਾ ਹੈਗਾ ਪ੍ਰੀ ਮੁਗਲ ਪ੍ਰੀ ਮੁਗਲ ਪੀਰੀਅਡ ਉਹਦੇ ਕਿੰਨੇ ਕੁ ਮੋਨੂਮੈਂਟ ਆਪਣੇ ਪੰਜਾਬ ਚ ਨੇ ਮੇਨ ਤਾਂ ਦੋ ਨੇ ਉਹਨਾਂ ਵਿੱਚੋਂ ਇੱਕ ਤਾਂ ਹੈਗਾ ਸਰਹੰਦ ਉਸ ਨੂੰ ਹਾਥੀ ਦਾ ਮਕਬਰਾ ਕਹਿ ਦਿੰਦੇ ਆ ਤੇ ਇੱਕ ਹਠੂਰ ਹੈ ਹਠੂਰ ਦੇ ਵਿੱਚ ਮਕਬਰਾ ਹੈਗਾ ਰਾਇ ਫਿਰੋਜ਼ ਦਾ ਮਕਬਰਾ ਉਹਨ ਦੇ ਚ ਉਹ ਰਾਇ ਫਿਰੋਜ਼ ਦੇ ਮਕਬਰੇ ਦਾ ਸਗੋ ਮੈਂ ਇੱਕ ਵਾਰ ਦੁਬਾਰਾ ਗਿਆ ਜਦੋਂ ਉੱਥੇ ਤਾਂ ਉਹ ਪਿੰਡ ਵਾਲੇ ਉਹ ਤੇ ਪਲਸਤਰ ਕਰ ਰਹੀ ਸੀ ਸਿਮਿੰਟ ਦਾ ਉਹਨਾਂ ਨੂੰ ਮੁਸ਼ਕਲ ਨਾਲ ਰੋਕਿਆ ਵੀ ਇਹਦੀ ਜਿਹੜੀ ਤੁਸੀਂ ਯੂਨੀਕਨੈਸ ਹੈ ਇਸ ਦੀ ਉਹ ਤਾਂ ਤੁਸੀਂ ਖਤਮ ਕਰ ਰਹੇ ਆ ਹੈਨਾ ਉਹ ਕਹਿੰਦੇ ਤਾਂ ਸੀ ਉਦੋਂ ਵੀ ਅਸੀਂ ਚਲੋ ਜਿੰਨਾ ਕਰਤਾ ਕਰਤਾ ਬਾਕੀ ਨਹੀਂ ਕਰਦੇ ਹੁਣ ਪਤਾ ਨਹੀਂ ਉਸ ਤੋਂ ਬਾਅਦ ਮੈਨੂੰ ਜਾਣ ਦਾ ਮੌਕਾ ਨਹੀਂ ਮਿਲਿਆ ਬਈਦਰੂ ਬਚਿਆ ਕਿ ਨਹੀਂ ਬਚਿਆ ਲੇਕਿਨ ਸਰਹੰਦ ਵਾਲਾ ਬਚਿਆ ਹੋਇਆ ਬਚਿਆ ਹਾਂ ਇਹਨਾਂ ਤੋਂ ਚਿੱਤਰ ਵੀ ਪ੍ਰਾਪਤ ਹੋਏ ਨੇ ਨਹੀਂ ਜੀ ਚਿੱਤਰ ਨਹੀਂ ਹੈ ਇਹਨਾਂ ਤੇ ਅੱਛਾ ਇਹਨਾਂ ਦੇ ਉੱਪਰ ਚਿੱਤਰਕਾਰੀ ਨਾ ਮਤਲਬ ਡੈਕੋਰੇਟਿਵ ਵੀ ਨਹੀਂ ਹੈ ਨਹੀਂ ਕੈਲੀਗ੍ਰਾਫਿਕ ਵੀ ਨਹੀਂ ਹੈ ਕਿਸੇ ਤਰ੍ਹਾਂ ਦੀ ਜੇ ਹੋਈ ਤਾਂ ਜੇ ਪੇਂਟਡ ਥੋੜੀ-ਮੋਟੀ ਹੋਈ ਤਾਂ ਲੱਗੇਗੀ ਲੱਗ ਗਈ ਹੈ ਨਾ ਕਿਉਂਕਿ ਉਹਨਾਂ ਦੇ ਜਿਹੜੇ ਉੱਤੇ ਪਲਸਤਰ ਕੀਤਾ ਹੁੰਦਾ ਹੈ ਨਾ ਉਹ ਉੱਤਰ ਗਿਆ ਜ਼ਿਆਦਾਤਰ ਅੱਛਾ ਇਹ ਕਿਸ ਤਰ੍ਹਾਂ ਦਾ ਪਲਸਤਰ ਪ੍ਰਯੋਗ ਕਰਦੇ ਸੀ ਕਿ ਤਾਂ ਕਿ ਉਹਦੀ ਜਿਹੜੀ ਬਿਲਡਿੰਗ ਹੈ ਜਾਂ ਮੋਨੂਮੈਂਟ ਦੀ ਸਭਾਲ ਹੁੰਦੀ ਰਹੇ ਪਲੱਸ ਪਹਿਲੇ ਤਾਂ ਕਈ ਮੋਨੂਮੈਂਟਸ ਦੇ ਵਿੱਚ ਤਾਂ ਇਹਨਾਂ ਨੇ ਮੱਡ ਵੀ ਵਰਤਿਆ ਹੈ ਹੈ ਨਾ ਜਿਵੇਂ ਆਹੀ ਆਸ ਆਪਣੇ ਹਾਥੀ ਦਾ ਮਕਬਰਾ ਜਿਸ ਨੂੰ ਸਰਹੰਦ ਕਹਿੰਦੇ ਆ ਇਹ ਮੱਡ ਉਹਨਾਂ ਨੇ ਉਹ ਇਸਤੇਮਾਲ ਕੀਤਾ ਹੈ ਬ੍ਰਿਕਸ ਦੇ ਨਾਲ ਲੇਕਿਨ ਬਾਅਦ ਦੇ ਵਿੱਚ ਤਾਂ ਇਹਨਾਂ ਨੇ ਫਿਰ ਇਹ ਚੂਨਾ ਤੇ ਜਿਹੜਾ ਸਿਮਿੰਟ ਹੈ ਇਹ ਇਸੇ ਦਾ ਥੋੜਾ ਜਿਹਾ ਰਿਫਾਈਨਡ ਰੂਪ ਫਾਰਮ ਹੈ ਹੈ ਹੀ ਉਹੀ ਹੈ ਬੇਸਿਕਲੀ ਲੇਕਿਨ ਇਹਨੂੰ ਬੜੇ ਹਾਈ ਹਾਈ ਟੈਂਪਰੇਚਰ ਤੇ ਲਿਜਾ ਕੇ ਤੇ ਇਹਨੂੰ ਕ੍ਰੈਸ਼ ਕਰਦੇ ਆ ਤਾਂ ਇਹ ਹੋ ਗਿਆ ਹੈ ਇਹ ਉਹੀ ਚੀਜ਼ ਨੇ ਉਹੀ ਚੀਜ਼ ਹੈ ਔਰ ਉਹ ਮਤਲਬ ਸਾਨੂੰ ਕੋਈ ਉਥੋਂ ਇਸ ਤਰ੍ਹਾਂ ਜੁੜੇ ਹੋਏ ਜਿੰਨ ਕੋਈ ਸਿੱਖ ਸਕਦੀ ਮਿਊਰਲ ਜਾਂ ਫਰੇਸਕੋ ਪ੍ਰਾਪਤ ਨਹੀਂ ਹੋਏ ਨਹੀਂ ਜੀ ਫਰੇਸਕੋ ਹੋਣਗੇ ਤਾਂ ਫਲੋਰਲ ਫਲੋਰਲ ਹੋਣਗੇ ਹਾਂ ਜੀ ਅੱਛਾ ਇੱਕ ਹੋਰ ਬੜੀ ਮਤਲਬ ਖੂਬਸੂਰਤ ਗੱਲ ਹੈ ਕਿ ਆਪ ਜੀ ਨੂੰ ਆਪ ਜੀ ਦੇ ਇਸ ਵਿਸ਼ੇ ਦੇ ਉੱਤੇ WGR ਚੈਰ ਸਨਮਾਨ ਵੀ ਪ੍ਰਾਪਤ ਹੋਇਆ ਹਾਂਜੀ ਇਹ ਸਨਮਾਨ ਤੋਂ ਬਾਅਦ ਕਿੰਨਾ ਕੰਮ ਆਪ ਜੀ ਨੇ ਹੋਰ ਕੀਤਾ ਮੈਂ ਸਾਰਾ ਹੀ ਉਸ ਤੋਂ ਬਾਅਦ ਕੀਤਾ ਹੈ ਸਾਰਾ ਹੀ ਉਸ ਤੋਂ ਬਾਅਦ ਉਹ ਤਾਂ ਮੇਰੀ ਪਹਿਲੀ ਕਿਤਾਬ ਸੀਗੀ 85 ਦੇ ਵਿੱਚ ਆਈ ਸੀ ਅੱਛਾ ਜੀ ਤੇ ਉਹ ਤਾਂ ਸਨਿਲਦੀ 35 ਸਾਲ ਹੋ ਗਏ ਠੀਕ ਤੇ ਉਸ ਤੋਂ ਬਾਅਦ ਤਾਂ 6 ਕਿਤਾਬਾਂ ਹੋ ਰਹੀਆਂ ਹੁਣ ਸਗੋਂ ਪਹਿਲੇ ਵਾਲੀਆਂ ਇੰਜ ਲੱਗਦੀਆਂ ਹਲਕੀਆਂ ਥੋੜੀਆਂ ਜਿਹੀਆਂ ਲੇਕਿਨ ਜਿਹੜਾ ਮੇਰਾ ਲੇਟੈਸਟ ਵਰਕ ਆਇਆ ਉਹ ਹੈ ਆਰਕੀਟੈਕਚਰ ਆਫ ਪੰਜਾਬ ਜੀ ਉਹ ਬਸ ਮੇਰਾ ਹੁਣ ਤੱਕ ਦੇ ਸਾਰੇ ਕੰਮ ਦਾ ਆਇਨ ਨਿਚੋੜ ਹੈ ਮਿਚੋ ਜਿਹਦੇ ਵਿੱਚ ਇੱਕ ਇੱਕ ਮੋਨੂਮੈਂਟ ਹੈ ਨਾ ਮੈਂ ਕਵਰ ਉਸ ਜਿਹੜੇ ਮਤਲਬ ਕਿ ਕਿਤਾਬ ਦੇ ਲਈ ਤੁਸੀਂ ਮੋਨੂਮੈਂਟ ਸਾਰੇ ਕਲੈਕਟ ਕੀਤੇ ਉਹਨਾਂ ਵਿੱਚ ਸਹਿਜ ਜੀ ਹੈ ਕਿ ਪੁਰਾਣੇ ਮੋਨੂਮੈਂਟ ਵੀ ਆਪ ਜੀ ਨੇ ਰੱਖੇ ਹੋਣਗੇ ਕੁਝ ਕੁੰਬਦਿਆਂ ਫਿਰਦਿਆਂ ਜਾਂ ਸ਼ਹਿਰਾਂ ਵਿੱਚ ਵਿਚਰਦੇ ਨਵੇਂ ਮੋਨੂਮੈਂਟਸ ਵੀ ਲੱਭ ਗਏ ਹਾਂਜੀ ਹਾਂ ਹਾਂ ਔਰ ਉਹਨਾਂ ਦਾ ਵੀ ਇਹਦੇ ਨਾਲ ਤੁਸੀਂ ਬਿਲਕੁਲ ਮੈਂ ਛੱਡਿਆ ਨਹੀਂ ਇੱਕ ਵੀ ਨਹੀਂ ਇੱਕ ਵੀ ਨਹੀਂ ਛੱਡਿਆ ਇਹਨਾਂ ਸਾਰੇ ਮੋਨੂਮੈਂਟਸ ਨੂੰ ਆਪ ਜੀ ਨੇ ਮਤਲਬ ਜਿਹੜੇ ਪਲਾਨ ਡਰਾਇੰਗਸ ਦੇ ਨਾਲ ਹੀ ਕੀਤਾ ਹੈ ਹਾਂ ਬਿਲਕੁਲ ਜੀ ਜੀ ਔਰ ਮਲਟੀਪਲ ਟਾਈਮਸ ਵਿਜ਼ਿਟ ਕੀਤਾ ਪੰਜ ਪੰਜ ਸੱਤ ਸੱਤ ਵਾਰੀ ਇੱਕ ਮਨਮੋਨਮੈਂਟ ਵਿਜ਼ਿਟ ਕਰਕੇ ਕਈ ਵਾਰ ਇੱਕ ਵਾਰੀ ਤੁਸੀਂ ਸਰਵੇ ਕਰਕੇ ਆੰਦੇ ਆ ਫਿਰ ਤੁਹਾਨੂੰ ਲੱਗਦਾ ਕਿ ਇਹ ਚੀਜ਼ ਰਹਿ ਗਈ ਇਹ ਚੀਜ਼ ਨੋਟ ਕਰਨੀ ਰਹਿ ਗਈ ਤਾਂ ਉਹ ਹਰ ਪੱਖੋਂ ਡਰਾਇੰਗ ਪਲੱਸ ਫੋਟੋਗ੍ਰਾਫੀ ਹੁੰਦੀ ਬਿਲਕੁਲ ਡਿਟੇਲਡ ਫੋਟੋਗ੍ਰਾਫੀ ਇੱਕ ਇੱਕ ਡਿਟੇਲ ਦੀ ਇਸ ਦਾ ਮਤਲਬ ਇਹ ਵੀ ਆਪ ਜੀ ਦੇ ਪਾਸ ਇੱਕ ਫੋਟੋਗ੍ਰਾਫਸ ਨੂੰ ਲੈ ਕੇ ਵੀ ਅੱਛੀ ਕਲੈਕਸ਼ਨ ਹੈ ਬਿਲਕੁਲ ਬਹੁਤ ਅੱਛਾ ਇੱਕ ਹੋਰ ਚੀਜ਼ ਹੈ ਕਿ ਜਿਹੜੇ ਮੋਨੂਮੈਂਟਸ ਨੇ ਇਹਨਾਂ ਦੇ ਨੀਚੇ ਇੱਕ ਖਾਸ ਕਿਸਮ ਦਾ ਪੈਡੇਸਟਲ ਸਾਨੂੰ ਦੇਖਣ ਨੂੰ ਮਿਲਦਾ ਹੈ ਇਹਦੇ ਬਾਰੇ ਆਪ ਜੀ ਕੀ ਵਿਚਾਰ ਦਿਓਗੇ ਉਹ ਤੋਂ ਬੇਸ ਫਾਰਮੇ ਕਰਨਾ ਹੈਗਾ ਵੀ ਤੇ ਬੇਸ ਦੀ ਨਹੀਂ ਕਿਉਂਕਿ ਉਦੋਂ ਕੰਧਾਂ ਇੰਨੀਆਂ ਮੋਟੀਆਂ ਸੀ ਕਿ ਜੇ ਤੁਸੀਂ ਉਹ ਬੇਸ ਫਾਰਮ ਨਹੀਂ ਕਰਦੇ ਤਾਂ ਬੈਠ ਜਾਏਗੀ ਐਸ ਕਰਕੇ ਉਹ ਨੀ ਹੈ ਜਿਹੜੀ ਕਾਫੀ ਨੀਵੀਂ ਲਜਾਣੀ ਪੈਂਦੀ ਸੀ। ਕੰਧਾਂ ਇਹਨਾਂ ਦੀਆਂ ਤਕਰੀਬਨ 6-6 ਫੁੱਟ ਮੋਟੀਆਂ ਨੇ। ਜੀ। ਠੀਕ ਹੈ ਨਾ ਉਹ ਵੀ ਜ਼ਰੂਰੀ ਇਹ ਸਾਰੀਆਂ ਟੈਕਨੀਕਲੀ ਜ਼ਰੂਰੀ ਹੈਗੀਆਂ। ਕਿਉਂਕਿ ਜੇ ਤੁਸੀਂ ਕੰਧ ਮੋਟੀ ਨਹੀਂ ਬਣਾਉਂਦੇ ਤਾਂ ਉੱਤੇ ਜੋ ਡੋਮ ਹੈ ਡੋਮ ਨੇ ਥਰਸਟ ਦੇਣਾ ਸਾਈਡਾਂ ਨੂੰ। ਤੇ ਜੇ ਕੰਧ ਪਤਲੀ ਹੈ ਤਾਂ ਉਹ ਫਟ ਜਾਣਾ। ਠੀਕ ਹੈ। ਇਸ ਲਈ ਉਹ ਜ਼ਰੂਰੀ ਹੈ। ਮੈਂ ਜ਼ਿਕਰ ਕਰ ਰਿਹਾ ਸੀਗਾ ਜਿਸ ਤਰ੍ਹਾਂ ਹਮਾਜੂ ਟਾਊਨ ਡਾਮ ਹੈ ਇਸ ਤਰ੍ਹਾਂ ਮਤਲਬ ਕਿ ਸਰਹੰਦ ਦੇ ਵਿੱਚ ਵੀ ਬਿਲਡਿੰਗ ਹੈ ਵੀ ਉਹਦੇ ਜਿਹੜਾ ਨਿਚਲਾ ਹਿੱਸਾ ਹੈ ਉਹਦੇ ਅੰਦਰ ਨਿਸ਼ਸ ਵੀ ਬਣੀਆਂ ਹੋਈਆਂ ਨੇ ਤੇ ਉਹਦੇ ਵਿੱਚੋਂ ਹੀ ਰਸਤਾ ਉੱਪਰ ਜਾਂਦਾ ਹੈ ਮੋਨੂਮੈਂਟ ਤੱਕ ਉਹ ਜਿਹੜਾ ਹਿੱਸਾ ਹੈ ਉਸ ਨੂੰ ਡਿਵੈਲਪ ਕਰਨ ਦਾ ਕੀ ਕਾਰਨ ਰਿਹਾ ਹੋਏਗਾ ਇੱਕ ਤਾਂ ਮੋਨੂਮੈਂਟੈਲਟੀ ਵੀ ਜਿੰਨਾ ਮੋਨੂਮੈਂਟ ਉੱਚਾ ਹੋਏਗਾ ਚੰਗਾ ਪ੍ਰਭਾਵਸ਼ਾਲੀ ਲੱਗੇਗਾ ਬਜਾਏ ਉਹੀ ਚੀਜ਼ ਥੱਲੇ ਹੋਵੇ ਜਿਹੜੇ ਆਪਾਂ ਤਾਜ ਮਹਿਲ ਦਾ ਨੋਟ ਕਰੀਏ ਤਾਂ ਮੇਰੇ ਖਿਆਲ 32 ਫੁੱਟ ਉੱਚਾ ਤਾਂ ਉਹਦਾ ਥੱਲੇ ਵਾਲਾ ਬੇਸਮੈਂਟ ਉਹ ਹੈ ਠੀਕ ਹੈ ਇੱਕ ਇਹ ਹੁੰਦਾ ਸੀਗਾ ਕਿ ਜੋ ਮਕਬਰੀ ਸੀ ਨਾ ਮਕਬਰਿਆਂ ਦੇ ਵਿੱਚ ਇਹ ਹੁੰਦਾ ਸੀ ਕਿ ਜਿਹੜੀ ਕਬਰ ਅਸਲੀ ਸੀ ਉਹ ਅੰਡਰਗਰਾਉਂਡ ਹੁੰਦੀ ਸੀ ਜਿਹੜੀ ਉੱਪਰ ਕਬਰ ਹੁੰਦੀ ਸੀ ਉਹ ਡੁਪਲੀਕੇਟ ਹੁੰਦੀ ਸੀ ਜਿਹੜੇ ਅੰਡਰਗਰਾਉਂਡ ਥੱਲੇ ਕ੍ਰਿਪਟ ਕਹਿੰਦੇ ਅਸੀਂ ਕ੍ਰਿਪਟ ਦੇ ਵਿੱਚ ਅਸਲ ਕਬਰ ਹੁੰਦੀ ਸੀਗੇ ਹੁਣ ਜੇ ਤੁਸੀਂ ਕਈ ਥਾਵਾਂ ਤੇ ਇਹ ਹੈ ਵੀ ਇੱਥੇ ਪਾਣੀ ਦਾ ਲੈਵਲ ਬੜਾ ਉੱਚਾ ਹੈ ਤਾਂ ਤੁਸੀਂ ਉਹ ਬੜਾ ਡੂੰਗੀ ਵੀ ਰਿਲੇ ਜਾ ਸਕਦੇ ਤਾਂ ਫਿਰ ਇਹੀ ਹੈ ਵੀ ਕ੍ਰਿਪਟ ਦੇ ਉੱਤੇ ਚਬੂਤਰਾ ਉੱਚਾ ਸਾਰਾ ਬਣਾ ਕੇ ਫਿਰ ਉਹਦੇ ਉੱਤੇ ਮੋਨੂਮੈਂਟ ਉਹਦੇ ਤੇ ਮੋਨੂਮੈਂਟ ਬਣਾਇਆ ਜਾਵੇ ਆਪ ਜੀ ਨੇ ਇੱਕ ਦੋ ਜਗ੍ਹਾ ਦੇ ਉੱਤੇ ਹੋਰ ਵੀ ਮੋਨੂਮੈਂਟਸ ਨੇ ਜਿਹੜਾ ਜਿਨ੍ਹਾਂ ਦੇ ਉੱਤੇ ਕੀ ਸ਼ਾਇਦ ਉਸ ਵੇਲੇ ਮੁਗਲ ਤੋਂ ਬਾਅਦ ਸਿੱਖ ਸਿੱਖੀ ਦਾ ਪ੍ਰਭਾਵ ਆ ਰਿਹਾ ਹੋਵੇ ਤੇ ਉਸ ਸਮੇਂ ਦੌਰਾਨ ਜਿਹੜੇ ਤੁਹਾਨੂੰ ਚਿੱਤਰ ਪ੍ਰਾਪਤ ਹੋਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਆ देखो 18 पंजाब ਦੇ ਵਿੱਚ 18ਵੀਂ ਸਦੀ ਤੱਕ ਟੋਟਲੀ ਬਲੈਂਕ ਹੈ ਕਿਉਂਕਿ ਸਾਰਾ ਇਹ ਉਸ ਦਾ ਗੜਬੜਦਾਈ ਟਾਈਮ ਪੋਲਿਟੀਕਲ ਟਰਮਾਇਲ ਦਾ ਪੀਰੀਅਡ ਹੀ ਰਿਹਾ ਹੈ ਇਸ ਕਰਕੇ 18ਵੀਂ ਸਦੀ ਦਾ ਸਾਨੂੰ ਕੁਝ ਨਹੀਂ ਮਿਲਦਾ ਹੈ ਕਿਤੇ ਹੈ ਨਾ ਫਿਰ ਆਉਂਦੀ ਹੈ 19th ਸੈਂਚਰੀ ਜਦੋਂ ਮਹਾਰਾਜਾ ਰਣਜੀਤ ਸਿੰਘ ਗੱਦੀ ਤੇ ਬੈਠ ਜਾਂਦੇ ਆ ਨੈਕਸਟ ਜਿਹੜੀ ਸਾਰੀ ਉਸ ਤੋਂ ਬਾਅਦ ਦੀ ਹੈ ਹੈ ਨਾ ਉਹ ਫਿਰ ਇੱਕ ਬਿਲਕੁਲ ਉਹਨਾਂ ਨੇ ਅਲੱਗ ਆ ਗਿਆ ਜੇ ਸਿੱਖ ਆਰਕੀਟੈਕਚਰ ਦੇ ਉੱਤੇ ਮੇਨ ਪ੍ਰਭਾਵ ਮੁਗਲ ਆਰਕੀਟੈਕਚਰ ਦਾ ਹੀ ਹੈ ਉਹੀ ਡੋਮ ਹੈ ਉਹੀ ਆਰਕਸ ਨੇ ਸਾਰੀਆਂ ਸਿਰਫ ਔਰ ਜੇ ਬੇਸਿਕਲੀ ਲਈਏ ਤਾਂ ਇਹਨਾਂ ਨੇ ਜੋ ਗੁਰਦੁਆਰਾ ਦਾ ਆਰਕੀਟੈਕਚਰ ਹੈ ਉਹ ਮੁਗਲ ਮਕਬਰਿਆਂ ਦਾ ਹੀ ਹੈ ਥੜੀ ਪਲਾਨ ਹੈ ਤਕਰੀਬਨ ਉਹ ਸੇਮ ਹੈ ਸੇਮ ਸੇਮ ਇਹਨਾਂ ਨੇ ਥੜੀ ਜਿ ਗੁੰਬਦ ਦੀ ਸ਼ੇਪ ਵੀ ਚੇਂਜ ਕਰ ਲਈ ਉਹ ਤਾਂ ਡਵੈਲਪ ਟਾਈਮ ਨਾਲ ਹੋਣਾ ਹੀ ਹੈ ਮੁਗਲਾਂ ਵੇਲੇ ਇੱਕ ਆ ਗਿਆ ਸੀ ਮੁਗਲਾਂ ਤੋਂ ਥੋੜਾ ਜਿਹਾ ਪਹਿਲੇ ਵੀ ਆ ਗਿਆ ਸੀ ਡਬਲ ਡੋਮ ਡੋਮ ਦੇ ਦੋ ਸ਼ੈਲ ਹੋਣੇ ਕਿਉਂਕਿ ਉਸਨੇ ਕਿਹਾ ਸੀ ਕਿ ਜੇ ਆਪਾਂ ਡੋਮ ਨੀਵਾ ਬਣਾਣੇ ਆ ਬਿਲਡਿੰਗ ਦਾ ਉਹ ਬਾਹਰੋਂ ਵੇਖਣ ਚ ਪ੍ਰਭਾਵਸ਼ਾਲੀ ਨਹੀਂ ਲੱਗਦਾ ਜੇ ਉੱਚਾ ਬਣਾਉਨੇ ਆ ਤਾਂ ਜਦੋਂ ਆਪਾਂ ਅੰਦਰਲੇ ਪਾਸੇ ਵੇਖਾਂਗੇ ਆਪ ਨੂੰ ਹਨੇਰਾ ਜਿਹਾ ਉਹ ਦਿਸੇਗਾ ਉਹਦਾ ਹੱਲ ਇਹਨਾਂ ਨੇ ਇਹ ਲੱਭਿਆ ਸੀ ਕਿ ਦੋ ਡੋਮ ਬਣਾਓ ਇੱਕ ਤਾਂ ਜਿਹੜੀ ਇਨਰ ਸੀਲਿੰਗ ਜਦੋਂ ਅੰਦਰੋਂ ਵੇਖਦੇ ਆ ਤਾਂ ਜਿਹੜਾ ਦਿਸ ਰਿਹਾ ਇੱਕ ਡੋਮ ਉਹ ਔਰ ਇੱਕ ਬਾਹਰੀ ਸ਼ੈੱਲ ਜਿਹੜਾ ਸਾਨੂੰ ਬਾਹਰੋਂ ਦਿਸਦਾ ਉਹ ਇਹ ਡਬਲ ਡੋਮ ਇਹਨਾਂ ਦਾ ਸਟਾਈਲ ਸੀਗਾ ਸੇਕਰ ਆਰਕੀਟੈਕਚਰ ਦੇ ਵਿੱਚ ਉਹਨਾਂ ਨੇ ਜਿਹੜੀ ਉਹ ਵਿਚਾਲੇ ਸਪੇਸ ਸੀ ਉਸ ਨੂੰ ਯੂਟਿਲਾਈਜ਼ ਕਰ ਲਿਆ ਸਿੱਖਾਂ ਨੇ بجائے ਮੁਗਲ ਮਾਰਨਮੈਂਟਸ ਦੇ ਵਿੱਚ ਉਹ ਖਾਲੀ ਪਈ ਰਹਿੰਦੀ ਸੀ ਲੇਕਿਨ ਇਹਨਾਂ ਨੇ ਉਸ ਨੂੰ ਇੱਕ ਪੈਵਿਲਿਅਨ ਦੇ ਰੂਪ ਚ ਡਿਵੈਲਪ ਕਰ ਦਿੱਤਾ ਵੀ ਉਹ ਪੂਰਾ ਕਮਰਾ ਜਿਹਾ ਹੀ ਉੱਤੇ ਬਣਾ ਕੇ ਤੇ ਗੁੰਬਦ ਉਹਦੇ ਉੱਤੇ ਕਰ ਦਿੱਤਾ ਉਹਦੇ ਉੱਪਰ ਕਰ ਦਿੱਤਾ ਤਾਂ ਇਹਦਾ ਮਤਲਬ ਵੀ ਇਹ ਵੀ ਜਿਹੜਾ ਗੁਰਦੁਆਰਾ ਵਾਸਤੂ ਕਲਾ ਹੈ ਗੁਰਦੁਆਰਾ ਵਾਸਤੂ ਕਲਾ ਦੇ ਵਿੱਚ ਆਹ ਜਿਹੜਾ ਪੱਖ ਹੁਣੇ ਆਪ ਜੀ ਨੇ ਰੌਸ਼ਨ ਕੀਤਾ ਹੈ ਕਿ ਵੀ ਉਹਨਾਂ ਨੇ ਡਬਲ ਡੋਮ ਨੂੰ ਇੱਕ ਚੈਂਬਰ ਦੇ ਰੂਪ ਦੇ ਵਿੱਚ ਉੱਪਰ ਚੱਕਿਆ ਹਾਂਜੀ ਤੇ ਇਸ ਤਰ੍ਹਾਂ ਦੇ ਪੁਰਾਣੇ ਵਕਤ ਦੇ ਕਿੰਨੇ ਕੁ ਮੋਨੂਮੈਂਟ ਆਪਣੇ ਪੰਜਾਬ 'ਚ ਅਵੇਲੇਬਲ ਨੇ ਡਬਲ ਡੋਮ ਦੇ ਹਾਂਜੀ ਬਹੁਤ ਨੇ ਬਹੁਤ ਬਹੁਤ ਹੈਗੇ ਆ ਇਹ ਇਹ ਨਿਸ਼ਾਨੀ ਹੁੰਦੀ ਸੀ ਤਕਰੀਬਨ ਵੈਸੇ ਵੀ ਜ਼ਿਆਦਾਤਰ ਮੁਗਲ ਪੀਰੀਅਡ ਮੁਗਲਾਂ ਤੋਂ ਪਹਿਲੇ ਨਹੀਂ ਸੀ ਡਬਲ ਡੋਮ ਇਸਤੇਮਾਲ ਹੁੰਦਾ ਹੈ ਨਾ ਉਹਦੇ ਵਿੱਚ ਫਿਰ ਤੁਹਾਨੂੰ ਐ ਹੀ ਲੱਗਦਾ ਵੀ ਅੰਦਰ ਹਨੇਰਾ ਜਾ ਤੇ ਉਹ ਅੱਛਾ ਨਹੀਂ ਸੀ ਲੱਗਦਾ ਤਾਂ ਇਹ ਮੁਗਲਾਂ ਨਹੀਂ ਉਹ ਜਿੰਨੀ ਵੱਧ ਸਪੇਸ ਹੋਏਗੀ ਉਹਨਾਂ ਅਸੀਂ ਪੀਰੀਅਡ ਦਾ ਲੇਟ ਮੰਨਦੇ ਹਾਂ ਦੋਹਾਂ ਸ਼ੈਲਸ ਦੇ ਵਿਚਾਲੇ ਜਿੰਨੀ ਸਪੇਸ ਹੈ ਜਿੰਨੀ ਜ਼ਿਆਦਾ ਉਹਨਾਂ ਉਹ ਬਾਅਦ ਦਾ ਪੀਰੀਅਡ ਹੈ ਬਾਅਦ ਦਾ ਇਹ ਇੱਕ ਟੈਕਨੀਕਲ ਅਸਪੈਕਟ ਇੱਕ ਚੀਜ਼ ਹੋ ਰਹੀ ਹੈ ਕਿ ਜਿਹੜੇ ਮੋਨੂਮੈਂਟ ਨੇ ਜਦੋਂ ਆਪਾਂ ਇਹਨਾਂ ਦੀ ਸਿਰਜਣਾ ਨੂੰ ਦੇਖਦੇ ਹਾਂ ਤੇ ਇਸ ਦੇ ਨਾਲ ਨਾਲ ਮੁਗਲਾਂ ਦੇ ਜਿਹੜਾ ਇੱਕ ਪੱਖ ਹੈ ਬਾਅਦ ਵਿੱਚ ਆਪਾਂ ਸਿੱਖ ਵੀ ਇਹਨਾਂ ਨੂੰ ਦੇਖਦੇ ਆਂ ਭੀ ਚਾਰ ਬੁਰਜੀਆਂ ਵਾਲਾ ਕਨਸੈਪਟ ਜਿਹੜਾ ਹੈ ਹਾਂਜੀ ਇਹ ਇੱਕ ਕਦੋਂ ਤੋਂ ਇਸ ਪੰਜਾਬ ਦੇ ਜੀਓਗ੍ਰਾਫੀ ਵਿੱਚ ਦੇਖਣ ਨੂੰ ਮਿਲਣ ਲੱਗ ਪਿਆ ਇਹ ਪਹਿਲੇ ਮੁਗਲਾਂ ਤੋਂ ਹੀ ਹੁੰਦਾ ਹੈ ਅੱਛਾ ਤੇ ਛੋਕੜ ਤੋਂ ਹੀ ਚੱਲਿਆ ਅੱਪੇ ਛੋਕੜ ਤੋਂ ਹੀ ਮੁਗਲਾਂ ਤੋਂ ਹੀ ਹੁੰਦਾ ਹੈਗਾ ਕਿਉਂਕਿ ਉਹ ਬੁਰਜੀਆਂ ਜਿਹੜੀਆਂ ਨਾ ਉਹ ਵੀ ਇੱਕ ਟੈਕਨੀਕਲੀ ਐਸਪੈਕਟ ਹੈ ਕਿ ਉਹਨਾਂ ਦੇ ਨਾਲ ਜਦੋਂ ਕਾਰਨਰ ਤੇ ਬੁਰਜੀਆਂ ਕਰ ਦਿੰਦੇ ਆ ਨਾ ਉਹ ਮਜ਼ਬੂਤੀ ਜ਼ਿਆਦਾ ਆ ਜਾਂਦੀ ਹੈ ਉੱਥੇ ਮਾਸ ਜਾਦਾ ਆ ਗਿਆ ਜਿਸ ਨਾਲ ਡੋਮ ਸੇਫ ਰਹਿੰਦਾ ਠੀਕ ਹੈ ਤੇ ਪਲੱਸ ਬਿਊਟੀ ਵੀ ਐਡ ਹੋ ਜਾਂਦੀ ਹੈ ਤਾਂ ਇਹ ਬੇਸਿਕ ਜਦੋਂ ਕੋਈ ਚੀਜ਼ ਨਵੀਂ ਆਂਦੀ ਹੈ ਨਾ ਉਹਦੇ ਹੰਦੀ ਤਾਂ ਲੋਡ ਹੈ ਉਹ ਜ਼ਰੂਰਤ ਵਿੱਚੋਂ ਫਿਰ ਐ ਵੀ ਆਪਾਂ ਇਹ ਬਣਾਉਣਾ ਤਾਂ ਹੈ ਹੀ ਕਿਉਂ ਨਾ ਆਪਾਂ ਇਹਨੂੰ ਖੂਬਸੂਰਤ ਬਣਾ ਲਈਏ ਬਿਊਟੀ ਦੇ ਕੇ ਤਾਂ ਉਹ ਫਿਰ ਉਸ ਤਰ੍ਹਾਂ ਇੱਕ ਮੈਨੂੰ ਲੱਗਦਾ ਆਪਾਂ ਪੰਜਾਬ ਦੇ ਵਿਸ਼ੇ ਤੇ ਗੱਲ ਕਰ ਰਹੇ ਹਾਂ ਲੇਕਿਨ ਇਸ ਤੋਂ ਹਟ ਕੇ ਮੈਂ ਇੱਕ ਛੋਟਾ ਜਿਹਾ ਜਾਣਕਾਰੀ ਦੇ ਲਈ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਗੋਲ ਗੁੰਬਜ ਹੈ ਹਾਂਜੀ ਗੋਲ ਗੁੰਬਜ ਔਰ ਡੈਕਨ ਦੇ ਜਿਹੜੇ ਕੁਝ ਹਿੱਸੇ ਦੇ ਮਕਬਰੇ ਨੇ ਉਹਨਾਂ ਦਾ ਤੇ ਆਪਣੇ ਪੰਜਾਬ ਦੇ ਹਾਂਜੀ ਜਿਹੜੇ ਗੁੰਬਜ ਨੇ ਇਹਨਾਂ ਦਾ ਕੀ ਅੰਤਰ ਮੈਸੂਸ ਕਰਦੇ ਐਕਚੁਅਲੀ ਜਿਹੜੇ ਉਧਰਲੇ ਸੀ ਨਾ ਡੈਕਨ ਦੇ ਉਹ ਜ਼ਿਆਦਾਤਰ ਪੀਰੀਅਡ ਰਿਹਾ ਉਹਨਾਂ ਦਾ ਜਿਹੜੀਆਂ ਕੀ ਕਿਨੇ ਆਪਾਂ ਇੰਡੀਪੈਂਡੈਂਟ ਸੁਲਤਾਨ ਸੀਗੇ ਉਹ ਉਹਨਾਂ ਦਾ ਪੀਜਾਪੋ ਰਹਿਮਦਾਬਾਦ ਇਹ ਸਟੇਟਸ ਔਰ ਇਹ ਸ਼ੀਆ ਸਟੇਟਸ ਸੀਗੀਆਂ ਜਦ ਕਿ ਮੁਗਲ ਸਟੇਟ ਜਿਹੜੀ ਹੈਗੀ ਹੈ ਇਹ ਸੁੰਨੀ ਸੀਗੇ ਸੁੰਨੀ ਸੀਗੇ ਤਾਂ ਉਹਨਾਂ ਦੇ ਉੱਤੇ ਜੋ ਵੀ ਅਸਰ ਆਂਦਾ ਸੀ ਸਿੱਧਾ ਈਰਾਨ ਤੋਂ ਈਰਾਨ ਸ਼ੀਆ ਕੰਟਰੀ ਹੈ ਈਰਾਨ ਨਾਲ ਉਹਨਾਂ ਦਾ ਡਾਇਰੈਕਟ ਕੰਟੈਕਟ ਸੀ ਤਾਂ ਈਰਾਨ ਦਾ ਅਸਰ ਤਾਂ ਹੈ ਮੁਗਲਾਂ ਤੇ ਵੀ ਬਹੁਤ ਹੈ ਲੇਕਿਨ ਉਹਨਾਂ ਤੇ ਕੁਝ ਜ਼ਿਆਦਾ ਹੀ ਕਿਉਂਕਿ ਉਹ ਸੇਮ ਅੱਗੇ ਜਿਹੜਾ ਕੀ ਕਹਿੰਦੇ ਆਪਾਂ ਮੁਸਲਮਾਨ ਮੁਸਲਮਾਨਾਂ ਦੀ ਅਗਲੀ ਬ੍ਰਾਂਚ ਜਿਹੜੀ ਵੀ ਸ਼ੀਆ ਸੁੰਨੀ ਉਹ ਵੀ ਰਲਦੇ ਆ ਨ ਤਾਂ ਉਹਨਾਂ ਦਾ ਉਜਾਦੇ ਮਤਲਬ ਉਸ ਜਿਹੜਾ ਵਸਤੂ ਕਲਾ ਪੱਖ ਦਾ ਰੁਝਾਨ ਆਪਣੇ ਇੱਧਰ ਨਹੀਂ ਹੈ ਹਾਂਜੀ ਉਸ ਤਰ੍ਹਾਂ ਦਾ ਨਹੀਂ ਹੈ ਅੱਛਾ ਇੱਕ ਹੋਰ ਚੀਜ਼ ਹੈ ਕਿ ਸਾਡੇ ਇੱਥੇ ਜਿਹੜੇ ਮੋਨੂਮੈਂਟਸ ਮਿਲੇ ਨੇ ਜਿਨ੍ਹਾਂ ਸਰਾਏ ਆ ਹਾਂਜੀ ਸਰਾਏ ਦੇ ਜਿਹੜਾ ਪੱਖ ਹੈ ਇਸ ਪੱਖ ਦੇ ਵਿੱਚ ਜਿਹੜੇ ਆਰਕਸ ਨੇ ਔਰ ਆਰਕਸ ਦੇ ਨਾਲ ਜੁੜਿਆ ਹੋਇਆ ਜਿਹੜਾ ਉਹਨਾਂ ਦਾ ਤੁਸੀਂ ਕਹਿ ਸਕਦੇ ਰੂਮ ਕਲਚਰ ਹਾਂਜੀ ਇਹਦੇ ਬਾਰੇ ਵਸਤੂ ਕਲਾ ਕੀ ਕਹਿੰਦੀ ਹੈ ਇਹ ਇੱਕ ਫਿਕਸਡ ਪਲਾਨ ਹੋ ਗਈ ਸੀ ਤਕਰੀਬਨ ਇਹ ਆਈ ਤਾਂ ਹੈਗੀ ਐ ਇਹ ਵੀ ਈਰਾਨ ਤੋਂ ਲੇ ਈਰਾਨ ਦੇ ਵਿੱਚ ਸਾਰੀਆਂ ਸਰਵਾਈਵ ਕਰਦੀਆਂ ਲੇਕਿਨ ਉੱਥੇ ਵੈਰਾਈਟੀ ਬਹੁਤ ਸੀ ਆਪਣੇ ਵੈਰਾਈਟੀ ਉਨੀ ਨਹੀਂ ਹੈਗੀ ਇਹਨਾਂ ਨੇ ਫਿਕਸ ਕਰ ਲਿਆ ਕਿ ਰੈਕਟੈਂਗੂਲਰ ਔਰ ਸਕੁਅਰ ਇਨਕਲੂਜ਼ਰ ਹੈ ਉਸ ਦੇ ਵਿੱਚ ਦੋ ਦਰਵਾਜ਼ੇ ਆ ਹਮਨੇ ਸਾਹਮਣੇ ਉਹ ਬੜੇ ਜਿੰਨੇ ਬਿਊਟੀ ਉਹਨਾਂ ਦੇ ਹੈਗੀ ਐ ਆਰਕੀਟੈਕਚਰ ਦੀ ਉਹ ਦਰਵਾਜ਼ਿਆਂ ਦੇ ਉੱਤੇ ਕਰ ਦਿੰਦੇ ਸੀ ਖਰਚ ਉਹਦੀ ਚਾਰ ਦੀਵਾਰੀ ਦੇ ਨਾਲ ਨਾਲ ਕਮਰੇ ਬੜੇ ਹੁੰਦੇ ਸੀ ਜੀ ਛੋਟੇ ਛੋਟੇ 10x10 ਦੇ ਕਮਰੇ ਤੇ ਮੂਰੇ ਬਰਾਂਡਾ ਉਹ ਹਰ ਸਰਾ ਵਿੱਚ ਤਕਰੀਬਨ 80 ਤੋਂ ਲੈ ਕੇ 100 ਤੱਕ ਉਹ ਹੁੰਦੇ ਸੀ ਕਾਰਨਰਸ ਵਿੱਚ ਤੇ ਬਾਕੀ ਦੋ ਸਾਈਡਾਂ ਦੇ ਵਿਚਾਲੇ ਵੱਡੇ ਕਮਰੇ ਹੁੰਦੇ ਸੀ ਔਰ ਉਹਦੇ ਵਿਹੜੇ ਦੇ ਵਿੱਚ ਇੱਕ ਮਸਜਿਦ ਹੁੰਦੀ ਸੀ ਜਿੱਥੇ ਜੋ ਠਹਿਰਨ ਵਾਲੇ ਹੈਗੇ ਆ ਉਹ ਨਮਾਜ਼ ਪੜਾ ਸਕਣ ਤੇ ਕਈਆਂ ਦੇ ਵਿੱਚ ਹਮਾਮ ਵੀ ਸੀ ਜੀ ਹਮਾਮ ਉਹ ਮਲਟੀ ਰੂਮਸ ਦਾ ਨਾ ਗਰਮ ਹਮਾਮ ਠੰਡਾ ਹਮਾਮ ਉਹ ਵੀ ਸੀ ਕਈਆਂ ਦੇ ਵਿੱਚ ਇਹ ਆਪਣੇ ਜੜ ਦੇ ਪੰਜਾਬ ਚ ਹਾਂਜੀ ਹਾਂ ਬਿਲਕੁਲ ਦਰਾਹੇ ਦੀ ਸਰਾਂ ਚ ਹੈਗਾ ਹਾਲੇ ਵੀ ਹਮਾਮ ਸਰਵਾਈਵ ਕਰਦਾ ਤੇ ਨਰਮਲ ਦੀ ਸਰਾਂ ਦੇ ਵਿੱਚ ਵੀ ਹੈਗਾ ਦੱਖਣੀ ਸਰਾਂ ਚ ਸੀਗਾ ਲੇਕਿਨ ਹੁਣ ਹੈ ਨਹੀਂਗਾ ਹੁਣ ਨਹੀਂ ਹੈ ਨਾ ਤਾਂ ਉਹ ਇਨਿਕ ਬਚੇ ਹੋਏ ਆ আচ্ছা ਇੱਕ ਚੀਜ਼ ਹੋ ਰਿਹਾ ਕਿ ਜਦੋਂ ਵਸਤੂ ਕਲਾ ਦੇ ਪੱਖ ਤੋਂ ਅਸੀਂ ਇਹਨਾਂ ਆਦਾਰਿਆਂ ਨੂੰ ਦੇਖਦੇ ਆ ਤੇ ਇਹਨਾਂ ਦੇ ਵਿੱਚ ਅੰਦਰਲੇ ਪਾਸੇ ਸਾਨੂੰ ਪਲਾਸਟਰਿੰਗ ਦੇਖਣ ਨੂੰ ਮਿਲਦੀ ਹੈ ਬਚੀ ਹੋਈ ਜਾਂ ਕਿ ਨਹੀਂ ਹੈ ਕੁਛ ਕੁ ਦੇ ਕੁਛ ਕੁਛ ਕਦੇ ਜਿਆਦਾ ਉੱਤਰ ਜਿਆਦਾ ਉੱਤਰ ਹੈ ਲੇਕਿਨ ਕੁਛ ਦੇ ਇੰਟੀਰੀਅਰ ਚ ਬਚੀ ਇੰਟੀਰੀਅਰਸ ਹੁੰਦੇ ਮਿਲਦੀ ਹੈ ਅੱਛਾ ਇਹਨਾਂ ਜਿਹੜੀਆਂ ਮੁਗਲ ਸਰਾਵਾਂ ਆ ਇਹਨਾਂ ਦਾ ਜਿਸ ਤਰ੍ਹਾਂ ਆਏ ਨੇ ਅਕਬਰੀ ਹੈ ਜਾਂ ਹੋਰ ਹੈ ਇਹਨਾਂ ਦੇ ਵਿੱਚ ਵੀ ਆਪਾਂ ਨੂੰ ਜ਼ਿਕਰ ਮਿਲਦਾ ਹੈ ਹਾਂ ਹਾਂ ਬਿਲਕੁਲ ਮਿਲਦਾ ਹੈ ਅੱਛਾ ਔਰ ਇਹ ਆਪਣੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਜੇ ਆਪਾਂ ਕਿਸੇ ਨੂੰ ਪੁੱਛੀਏ ਨਾ ਵੀ ਇਹ ਸਰਾ ਕੀ ਦੀ ਬਣਾਈ ਹੈ ਆਪਣੇ ਦਿਮਾਗ ਚ ਇਹ ਜੁੜਿਆ ਹੈ ਸ਼ੇਰ ਸ਼ਾਹ ਸੂਰੀ ਨੇ ਸ਼ੇਰ ਸ਼ਾਹ ਸੂਰੀ ਨੇ ਲੇਕਿਨ ਸ਼ੇਰ ਸ਼ਾਹ ਸੂਰੀ ਨੇ ਬਣਾਈ ਵੀ ਕੋਈ ਵੀ ਸਰਾ ਨਹੀਂ ਬਚੀ ਹੋਈ ਜੀ ਇਹ ਜਿਹੜੀਆਂ ਹੈਗੀਆਂ ਅਕਬਰ ਦੇ ਪੀਰੀਅਡ ਦੇ ਵੀ ਹੈ ਨਹੀਂ ਇਹ ਸਾਰੀਆਂ ਜਹਾਂਗੀਰ ਸ਼ਾਹਜਹਾਂ ਤੇ ਔਰੰਗਜ਼ੇਬ ਦੇ ਪੀਰੀਅਡ ਦੀਆਂ ਅੱਛਾ ਲੇਟਰ ਪੀਰੀਅਡ ਲੇਟਰ ਪੀਰੀਅਡ ਦੀਆਂ ਹੈਗੀਆਂ 17th ਸੈਂਚਰੀ ਦੀਆਂ ਇਹ ਠੀਕ ਤਕਰੀਬਨ ਜਦ ਕਿ ਇਤਿਹਾਸ ਦੇ ਵਿੱਚ ਬੜੀ ਖੂਬਸੂਰਤੀ ਨਾਲ ਜਿਕਰ ਆਂਦਾ ਹੈ ਕਿ ਕੋਸਮੀਨਾਰ ਜੀਟੀ ਰੋਡ ਹਾਂ ਤੇ ਉਸ ਦੇ ਆਲੇ ਦੁਆਲੇ ਖੂਹ ਤੇ ਸਰਾਵਾਂ ਜਿਹੜੀਆਂ ਨੇ ਉਹ ਸ਼ੇਖਸੂਰੀ ਦੇ ਸਮੇਂ ਦੇ ਉੱਤੇ ਰਚੀਆਂ ਗਈਆਂ ਉਹਦਾ ਇੱਕ ਰੀਜ਼ਨ ਹੈਗਾ ਮੈਂ ਤੁਹਾਨੂੰ ਦੱਸਦਾ ਉਹ ਹੋਇਆ ਇਹ ਕਿ ਜਦੋਂ ਇਹ ਨਾ ਸਾਨੂੰ ਇੱਕ ਇੰਗਲਿਸ਼ ਦੇ ਕੋਟੇਸ਼ਨ ਹੈ ਬਿਫੋਰ ਸਟੱਡਿੰਗ ਹਿਸਟਰੀ ਸਟੱਡੀ ਦਾ ਹਿਸਟੋਰੀਅਨ ਜਿਹੜਾ ਲਿਖਿਆ ਉਹ ਕੌਣ ਹੈ ਸ਼ੇਰ ਸ਼ਾ ਸੂਰੀ ਬਾਰੇ ਸਾਡੇ ਕੋਲ ਇੱਕੋ ਸੋਰਸ ਹੈ ਪੁਰਾਣਾ ਉਹ ਹੈਗਾ ਤਾਰੀਖੇ ਸ਼ੇਰ ਸ਼ਾਹੀ ਹਾਂਜੀ ਅਬਾਸ ਖਾਨ ਸਰਵਾਨੀ ਨੇ ਲਿਖੀ ਸੀ ਉਹ ਲਿਖੀ ਸ਼ੇਰ ਸ਼ਾ ਸੂਰੀ ਦੇ ਮਰਨ ਤੋਂ ਬਾਅਦ ਹੈ ਜੀ ਅਬਾਸ ਖਾਨ ਸਰਵਾਨੀ ਦੀ ਸ਼ੇਰ ਸ਼ਾ ਦੇ ਵੇਲੇ ਬੜੀ ਉਹ ਸਗੀ ਪੁੱਛਗਿਚ ਬਾਦ ਮੁਗਲ ਪੀਰੀਅਡ ਆ ਗਿਆ ਉਸ ਦਿਓ ਪੁੱਛਗਿਚ ਨਾ ਰਹੀ ਉਹ ਫਿਰ ਅਕਬਰ ਬਾਦਸ਼ਾਹ ਨੂੰ ਕਹਿੰਦਾ ਵੀ ਮੈਂ ਜੇ ਤੁਹਾਨੂੰ ਨਾ ਇੱਕ ਇਤਿਹਾਸ ਲਿਖ ਕੇ ਪੇਟ ਕਰਨਾ ਚਾਹੁੰਦਾ ਪੇਸ਼ ਕਰਨਾ ਚਾਹੁੰਦਾ ਉਹਨਾਂ ਨੇ ਤਰੀਖੇ ਸ਼ੇਰ ਸ਼ਾਹੀ ਦਾ ਨਾਮ ਲਿਖਿਆ ਰੱਖਿਆ ਸੀ ਤੁਹਫਾਤ-ਏ-ਅਕਬਰ ਸ਼ਾਹੀ ਇਹ ਤਾਂ ਆਪੇ ਰੱਖ ਲਿਆ ਨਾ ਇਹਦਾ ਤਰੀਖੇ ਸ਼ੇਰ ਸ਼ਾਹੀ ਅੱਛਾ ਹੁਣ ਉਹਦੇ ਕੋਲ ਅਕਬਰ ਉਹਦੀ ਬੰਦੇ ਦੀ ਇੱਜ਼ਤ ਨਹੀਂ ਕਰਦਾ ਵੀ ਉਹ ਹੈ ਮੈਂ ਕਹਿੰਦਾ ਉਹ ਹੁਣ ਨਾ ਥੋੜਾ ਜਿਹਾ ਉਹ ਆਪਦੀ ਤਰੀਖੇ ਸ਼ੇਰ ਸ਼ਾਹੀ ਵਿੱਚ ਸ਼ੇਰ ਸ਼ਾਹ ਦੀਆਂ ਗੱਲਾਂ ਨੂੰ ਵਧਾ ਚੜਾਵੇ ਪੇਸ਼ ਕਰਦਾ ਹੈ ਅਕਬਰ ਨੂੰ ਇਹ ਸ਼ੋਅ ਕਰਨ ਵਾਸਤੇ ਵੀ ਤੂੰ ਹੀ ਨਹੀਂ ਗ੍ਰੇਟ ਆ ਵੇਖ ਤੇਰੇ ਤੋਂ ਪਹਿਲੇ ਇਹ ਕੀਤਾ ਸੀ ਇਹ ਕੀਤਾ ਉਹ ਸਾਰੀਆਂ ਅਕਬਰ ਵਾਲੀਆਂ ਉਹ ਤੇ ਜੋੜੀ ਜਾਂਦਾ ਸਦਕੇ ਸ਼ੇਰ ਸ਼ਾਹ ਸੂਰੀ ਦੇ ਕੋਲ ਤਾਂ ਪੀਰੀਅਡ ਟਾਈਮ ਵੀ ਨਹੀਂ ਸੀ 5 ਸਾਲ ਦਾ ਟਾਈਮ ਸੀ ਅਚੋ ਹੁਣ ਉਹ ਸਾਡੀ ਪਹਿਲੀ ਜਦੋਂ ਦੀ ਵੀ ਕਿਤਾਬ ਹਿਸਟਰੀ ਦੀ ਚੱਲਦੀ ਹੈ ਸਰਾਵਾਂ ਦਾ ਜ਼ਿਕਰ ਕੱਲਾ ਸ਼ੇਰ ਸ਼ਾਹ ਸੂਰੀ ਨਾਲ ਹੁੰਦਾ ਜੀ ਹੋਰ ਕਿਸੇ ਨਾਲ ਨਹੀਂ ਲਿਖਦੇ ਵੀ ਕਿਦੇ ਇਹਨੇ ਸਰਾਵਾ ਬਣਾਈਆਂ ਜਦ ਕਿ ਉਹਦੀ ਬਣਾਈ ਹੋਈ ਕੋਈ ਸਰਾ ਨਹੀਂ ਬੱਚੀ ਹੋਈ ਠੀਕ ਹੈ ਹੈਨਾ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਜਿਹੜਾ ਮੋਗਲ ਐਟਲਸ ਹੈ ਮੋਗਲ ਐਟਲਸ ਦੇ ਵਿੱਚ ਵੀ ਰਾਹੋਂ ਰਾਹੋਂ ਤੋਂ ਬਾਅਦ ਇਸ ਤਰ੍ਹਾਂ ਅਸੀਂ ਚੱਲਦੇ ਆਂ ਉਹ ਰਸਤਾ ਇੱਕ ਜਾਂਦਾ ਹੈਗਾ ਆ ਫਿਰ that goes towards ਬਜਵਾੜਾ ਹਾਂਜੀ ਤੇ ਆਪਾਂ ਗੱਲ ਕਰ ਰਹੇ ਹੈਗੇ ਇਸ ਵੇਲੇ ਪੰਜਾਬ ਪ੍ਰੈਜ਼ੈਂਟ ਪੰਜਾਬ ਦੇ ਈਸਟ ਹਿੱਸੇ ਦੀ ਕਿ ਉੱਥੇ ਹੁਸ਼ਿਆਰਪੁਰ ਦਾ ਜ਼ਿਕਰ ਨਹੀਂ ਆਂਦਾ ਹਾਂਜੀ ਇਹ ਜਿਹੜੇ ਹਿੱਸੇ ਐ ਉੱਥੇ ਵੀ ਇੱਕ ਕਿਲੇ ਦਾ ਬ੍ਰਿਟਾਨੀਆ ਦਾ ਹਾਂ ਬੁਝਵਾੜੇ ਹੈਗੇ ਹੈਗੇ ਇਹ ਜਿਹੜੇ ਹਿੱਸੇ ਐ ਇਹਨਾਂ ਦੇ ਬਾਰੇ ਵੀ ਆਪ ਜੀ ਨੇ ਪੜਤਾਲ ਕੀਤੀ ਹੈ ਤੇ ਬਿਲਕੁਲ ਬਿਲਕੁਲ ਜੀ ਉਹ ਬਿਲਕੁਲ ਪਠਾਨਕੋਟ ਤੱਕ ਹਾਂਜੀ ਸੋ ਇੱਕ ਇੱਕ ਜੋ ਪ੍ਰੈਜ਼ੈਂਟ ਪੰਜਾਬ ਆ ਉਹ ਨਹੀਂ ਮੈਂ ਇਵਨ ਮੈਂ ਜਿਹੜਾ ਹਲੇ ਪਬਲਿਸ਼ ਨਹੀਂ ਹੋਇਆ ਮੈਂ ਟੋਟਲ ਹਰਿਆਣਾ ਵੀ ਕੀਤਾ ਹੋਇਆ ਜੀ ਹਰਿਆਣਾ ਦਾ ਉਹ ਨੂ ਤਾਉੜੂ ਤੱਕ ਮੈਂ ਕਵਰ ਕੀਤਾ ਹੋਇਆ ਸਾਰਾ ਲੇਕਿਨ ਉਹ ਹਲੇ ਪਬਲਿਸ਼ ਨਹੀਂ ਹੋਇਆ ਦੇ ਹਮੜਾ ਹੌਲੇ ਹੌਲੇ ਕਰਾਂਗੇ ਨਵੇਂ ਇੱਕ ਜਿਹੜਾ ਮਤਲਬ ਇਹ ਪੱਖ ਹੈ ਜਿਹੜੀ ਇਹ ਰੋਡ ਜਾ ਰਹੀ ਹੈ ਜਿਹਨੂੰ ਅਸੀਂ ਮੁਗਲ ਰੋਡ ਕਹਿ ਦਾਂਗੇ ਇਹ ਜਿਹੜੀ ਮੁਗਲ ਰੋਡ ਜਾ ਰਹੀ ਹੈ ਇਸ ਮੁਗਲ ਰੋਡ ਦਾ ਕੋਈ ਸਾਨੂੰ ਕਿਤੇ ਫਾਈਂਡਿੰਗਸ ਦੇਖਣ ਨੂੰ ਮਿਲੀਆਂ ਕਿ ਜਿੱਦਾਂ ਰਸਤਿਆਂ ਨੂੰ ਕੋਈ ਕਿਤੇ ਖੁਦਾਈ ਹੁੰਦੀ ਹੈ ਤੇ ਪਤਾ ਲੱਗਾ ਹੋਵੇ ਕਿ ਇੱਥੋਂ ਨਹੀਂ ਉਹ ਰਾ ਹੀ ਹੁੰਦੇ ਸੀ ਅੱਛਾ ਪਹਿਲੇ ਕੱਚੇ ਕੱਚੇ ਪਹਿਲੇ ਹੀ ਉਹ ਪੱਕੇ ਪੱਕੇ ਕੋਈ ਨਹੀਂ ਸੀ ਪੱਕੇ ਨਹੀਂ ਸੀ ਉਹ ਸਿਰਫ ਉੱਥੇ-ਉੱਥੇ ਹੁੰਦੇ ਜਿੱਥੇ ਪੁਲ ਬਣਿਆ ਠੀਕ ਉਹ ਥੋੜਾ ਜਿਹਾ ਕੋ ਨੱਕ ਕੰਕਰ ਨਾਲ ਉਹ ਕੀਤਾ ਤਾਂ ਬਾਕੀ ਕੱਚੇ ਰਹੀ ਸੀਗੇ ਅੱਛਾ ਆਪ ਜੀ ਨੇ ਹੁਣੇ ਪੁਲਾਂ ਦਾ ਜ਼ਿਕਰ ਕੀਤਾ ਵੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਫਿਲੌਰ ਹੈ ਹੋਰ ਇਸ ਤਰ੍ਹਾਂ ਕਈ ਜਗ੍ਹਾ ਦੇ ਉੱਤੇ ਹਾਲੇ ਵੀ ਪੁਲ ਜਿਹੜੇ ਨੇ ਇਹ ਦਿੱਲੀ ਤੋਂ ਲਾਹੌਰ ਤੱਕ ਦੇ ਰੂਟ ਤੇ ਸਰਵਾਈਵ ਕਰਦੇ ਆ ਇਹਨਾਂ ਪੁਲਾਂ ਦੀ ਜਿਹੜੀ ਬਣਤਰ ਹੈ ਤੇ ਇਹਨਾਂ ਦੀਆਂ ਜਿਹੜੀਆਂ ਆਰਕਸ ਨੇ ਇਹਨਾਂ ਬਾਰੇ ਆਪ ਜੀ ਕੀ ਇਹ ਮੁਗਲ ਪੀਰੀਅਡ ਦੇ ਆ ਇਹ ਸਾਰਾ ਸੈਂਟਰਡ ਆਰਕ ਹੈਗੀ ਬ੍ਰੌਡ ਆਰਕ ਹੈ ਇਹ ਸਾਰੇ ਮੁਗਲ ਪੀਰੀਅਡ ਦੇ ਬਚੇ ਹੋਏ ਹੈ ਜਿੰਨੇ ਵੀ ਹੈ ਔਰ ਇੱਕ ਹੋਰ ਚੀਜ਼ ਨੋਟ ਕਰਨ ਵਾਲੀ ਕਿ ਜਦੋਂ ਵੱਡਾ ਦਰਿਆ ਸੀ ਨਾ ਕੋਈ ਜਦੋਂ ਸਤਲੁਜ ਹੈ ਰਾਵੀ ਉਹਨਾਂ ਉੱਤੇ ਨਹੀਂ ਬ੍ਰਿਜ ਬਣਾਉਂਦੇ ਸੀ ਕਿਉਂਕਿ ਉਹਨੂੰ ਤਾਂ ਕਵਰ ਕਰਨਾ ਬਹੁਤ ਔਖਾ ਸੀ ਇਹ ਛੋਟਾ ਮੋਟਾ ਜੋ ਸੀਗਾ ਨਾ ਵੀ ਪੰਜ ਆਰਕਸ ਦਾ ਆਰਕਸ ਨਾਲ ਜਿਹੜਾ ਕਵਰ ਹੋ ਸਕਦਾ ਹੋਵੇ ਉਹਦੇ ਉੱਤੇ ਹੀ ਬਣਾਉਂਦੇ ਸੀ ਦਰਿਆ ਦੇ ਉੱਤੇ ਨਹੀਂ ਬਣਾਉਂਦੇ ਸੀ ਨਾ ਰਾਵੀ ਤੇ ਹੈ ਨਾ ਵਿਆਸ ਦੇ ਉੱਤੇ ਹੈ ਨਾ ਸਤਲੁਜ ਤੇ ਹੈ ਇਹਨਾਂ ਦੇ ਉੱਤੇ ਕੋਈ ਪੁਲ ਨਹੀਂ ਹੈ ਇਹਨਾਂ ਉਹ ਫਿਰ ਇਹਦਾ ਜਿਆਦਾ ਟੈਂਪਰੇਰੀ ਬ੍ਰਿਜ ਆਫ ਬੋਟਸ ਬਣਾ ਲੈਂਦੇ ਸੀ ਜਾਂ ਇਹ ਕ੍ਰੋਸ ਹੀ ਉੱਥੋਂ ਕਰਦੇ ਸੀ ਪੱਤਨ ਅਸੀਂ ਉੱਥੇ ਨੂੰ ਕਹਿੰਨੇ ਆ ਜਿੱਥੇ ਬ੍ਰਿਜ ਜਿੱਥੇ ਲੈਫਟ ਘਟ ਹੈ ਹੈਨਾ ਉੱਥੇ ਉਸੇ ਨੂੰ ਅਸੀਂ ਪੱਤਨ ਕਹਿੰਨੇ ਆ ਹੈਨਾ ਉਹ ਖਾਸ ਥਾਂ ਫਿਕਸ ਹੋ ਜਾਂਦਾ ਭਾਈ ਉੱਥੋਂ ਦਰਿਆ ਘਟ ਡੂਗਾ ਉਹ ਕ੍ਰੋਸ ਕਰ ਲੋ ਤੁਸੀਂ ਜਿੰਨਾ ਸ਼ਹਿਰਾਂ ਦੇ ਨਾਂ ਨਾਲ ਪੱਤਨ ਲੱਗਿਆ ਹੈ ਨਾ ਪੱਤ ਸੋਨੀ ਪੱਤ ਪਾਣੀ ਪੱਤ ਇਹ ਸਾਰੇ ਉਹ ਥਾਂ ਮੰਨਦੇ ਆ ਹਾਂ ਪੱਤਨ ਏਰੀਆ ਹਰੀਕੇ ਪੱਤਨ ਇਹ ਸਾਰੇ ਉਹ ਨੇ ਅੱਛਾ ਇੱਕ ਚੀਜ਼ ਹੋਰ ਹੈ ਕਿ ਇਸ ਜਿਹੜਾ ਰਸਤਾ ਹੈ ਇਸ ਰਸਤੇ ਦੇ ਨਾਲ ਅੱਜ ਦੇ ਸਮੇਂ ਦੇ ਅੰਦਰ ਕੁਝ ਹੋਰ ਫਾਈਂਡਿੰਗਸ ਐਸੀਆਂ ਨਜ਼ਰ ਆਈਆਂ ਕਿ ਜਿਹੜੀਆਂ ਪਹਿਲਾਂ ਨਹੀਂ ਆਈਆਂ ਹੁਣ ਜਾਂ ਨੋਟਿਸ ਵਿੱਚ ਹੀ ਨਹੀਂ ਆਈਆਂ ਹੁਣ ਵੀ ਇਹ ਮੁਗਲ ਪੀਰੀਅਡ ਦੀਆਂ ਨੇ ਪੁਲਾਂ ਦੇ ਲਾਗੇ ਜਾਂ ਪੁਲਾਂ ਤੋਂ ਅੱਗੇ ਪਿੱਛੇ ਜਾਂ ਕੋਈ ਐਸਾ ਰੂਟ ਜਿਹੜਾ ਕਿ ਪਹਿਲਾਂ ਜਿਹਨੂੰ ਅਸੀਂ ਫਿਕਸ ਮੰਨਦੇ ਹਾਂ ਉਸ ਤੋਂ ਹਟ ਕੇ ਵੀ ਜਿਹੜੇ ਰੂਟ ਨੇ ਜਿਸ ਤਰ੍ਹਾਂ ਆਪਾਂ ਅਲਿਕਰ ਕੀਤਾ ਕਿ ਰਾਹ ਹੋਂ ਹੈ ਇਹ ਜਿਹੜਾ ਰਾਹ ਹ ਵਾਲਾ ਸੀ ਨਾ ਇਹ ਫਟ ਜਾਂਦਾ ਹੈ ਦਰਾਹੇ ਤੋਂ ਇਦ ਨਾਲੇ ਤੇ ਇਧਰ ਮਾਛੀਵਾੜੇ ਹੋ ਕੇ ਮਾਛੀਵਾੜੇ ਰਾਹੋਂ ਹੋ ਕੇ ਫਲੋਰ ਜਾ ਰਲਦਾ ਸੀ ਫਿਰ ਉਹ ਦੂਸਰੇ ਮੇਨ ਨਾਲ ਅਦਰਵਾਈਜ਼ ਇਹ ਦਰਾਹਾ ਤੇ ਇਧਰ ਦੀ ਹੋ ਕੇ ਇਹ ਚਲਾ ਜਾਂਦਾ ਸੀ ਇਧਰ ਲੁਧਿਆਣਾ ਤੇ ਫਲੋਰ ਐ ਨਿਕਲ ਜਾਂਦਾ ਸੀ ਤੇ ਨਹੀਂ ਤਾਂ ਫਿਰ ਫਲੋਰ ਤੋਂ ਜਿਹਨੂੰ ਅਸੀਂ ਹੁਣ ਜੀਟੀ ਰੋਡ ਕਹਿੰਦੇ ਆ ਉਹ ਨਹੀਂ ਹੈਗੀ ਇਹ ਜਿਹੜੀ ਹੁਣ ਜੀਟੀ ਰੋਡ ਹੈ ਅਸੀਂ ਫਲੋਰ ਤੋਂ ਅੰਮ੍ਰਿਤਸਰ ਭੇਜਦੇ ਆ ਇਹ ਉਹ ਸੜਕ ਨਹੀਂ ਹੈ ਫਲੋਰ ਤੋਂ ਇਹ ਹੋ ਜਾਂਦੀ ਸੀ ਨੂਰਮੈਲ ਨਕੋਦਰ ਸੁਲਤਾਨਪੁਰ ਲੋਧੀ ਤਰਨਤਾਰਨ ਸਰਾਇ ਅਮਾਨਤਖਾਂ ਰਾਜਾ ਤਾਲ ਤੋਂ ਲਾਹੌਰ ਲਾਹੌਰ ਲੇਕਿਨ ਉਹ ਸਾਰਾ ਤਕਰੀਬਨ ਹੁਣ ਉੱਜੜ ਗਿਆ ਹੈ ਨਾ ਕਿਉਂਕਿ ਟਰੈਕ ਚੇਂਜ ਹੋ ਗਿਆ ਕਿਉਂਕਿ ਲਾਹੌਰ ਤੱਕ ਪਹੁੰਚਣਾ ਨਹੀਂ ਕਿਸੇ ਨੇ ਇਸ ਕਰਕੇ ਉਹ ਸਾਰਾ ਡੀਫੰਕਟ ਹੋ ਗਿਆ ਮੇਨ ਸੜਕ ਅੰਮ੍ਰਿਤਸਰ ਕਿਉਂਕਿ ਮੇਜਰ ਸੈਂਟਰ ਹੈ ਉਹ ਅੱਛਾ ਮੰਨ ਲਓ ਆਪ ਜੀ ਇਹ ਗੱਲ ਮੰਨਦੇ ਹੋ ਕਿ ਜਿਹੜਾ ਰਾਹੋਂ ਰਾਹੋਂ ਤੋਂ ਅਸੀਂ ਬਜਵਾੜਾ ਬਜਵਾੜੇ ਤੋਂ ਅੱਗੇ ਜਿਹੜਾ ਇਹ ਆਪਸ਼ਨ ਇੱਕ ਹਿਸਟੋਰੀਕਲ ਸਾਹਮਣੇ ਆ ਰਹੀ ਹੈ ਕੁਝ ਰਿਸਰਚ ਕਰਨ ਵਾਲਿਆਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਸ ਏਰੀਆ ਦੇ ਜਿਹੜੇ ਬਾਅਦ ਦੇ ਵਿੱਚ ਮੋਨੂਮੈਂਟ ਸੀ ਕਿ ਉਹ ਮੁਗਲ ਰੂਲਰਜ਼ ਨੇ ਡਿਸਟਰੋਏ ਕਰ ਦਿੱਤੇ ਉਸ ਰੂਟ ਤੇ ਨਹੀਂ 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 ਉਥੋਂ ਰੂਟ ਨਹੀਂ ਮੰਨ ਤੁਸੀਂ ਨਹੀਂ ਮੰਨ ਮਾਈਨਰ ਰੂਟਸ ਸੀਗੇ ਮਾਈਨਰ ਰੂਟ ਹੈ ਉਥੋਂ ਮਲ ਅੱਗੇ ਨਹੀਂ ਰੂਟ ਕਿਉਂਕਿ ਸਾਨੂੰ ਨਾ ਇਹਨਾਂ ਦੇ ਰੂਟਸ ਦੇ ਕੰਟੈਂਪਰੇਰੀ ਸਮਕਾਲੀ ਅਕਾਊਂਟਸ ਮਿਲਦੇ ਆ ਉਦੋਂ ਜਿੰਨੇ ਵੀ ਯੂਰੋਪੀਅਨਸ ਆਂਦੇ ਸੀ ਖਾਸ ਕਰਕੇ ਤਾਂ ਉਹ ਜਿਹੜਾ ਰੂਟ ਟਰੈਵਲ ਕਰਦੇ ਉਹ ਡਾਇਰੀ ਮੇਨਟੇਨ ਕਰਦੇ ਸੀ ਨਾਲ ਅੱਜ ਅਸੀਂ ਇੱਥੇ ਪਹੁੰਚ ਗਏ ਅੱਜ ਅਸੀਂ ਇੱਥੇ ਪਹੁੰਚ ਗਏ ਐਨੀ ਤਾਰੀਖ ਨੂੰ ਇੱਥੇ ਪਹੁੰਚ ਗਏ ਉਹ ਇਸ ਲਈ ਇੱਕ ਇੱਕ ਸਟੇਜ ਮਾਰਕ ਕੀਤੀ ਹੋਈ ਹੈ ਅੱਛਾ ਇਸ ਮਾਮਲੇ ਦੇ ਵਿੱਚ ਭਾਸ਼ਾ ਵਿਭਾਗ ਨੇ ਕੁਝ ਟਰੈਵਲ ਲੌਗ ਬ੍ਰਿਟਿਸ਼ ਲੋਕਾਂ ਦੇ ਰਿਕਾਰਡ ਕੀਤੇ ਹੋਏ ਨੇ ਉਹਨਾਂ ਨੇ ਆਪ ਜੀ ਨੂੰ ਕਿੰਨਾ ਸਹਿਯੋਗ ਦਿੱਤਾ ਇਹਨਾਂ ਮਨੂਮੈਂਟਸ ਦੇ ਉਹ ਜਿਹੜੇ ਭਾਸ਼ਾ ਵਿਭਾਗ ਨੇ ਕੀਤੇ ਹਨ ਪਾ ਰਿਪਬਲਿਸ਼ ਉਹਨਾਂ ਮਹਾਰਾਜਾ ਲੇਖ ਦੇ ਪੀਰੀਅਡ ਦੇ ਹੈ ਉਹਨਾਂ ਦਾ ਪਰਪਸ ਬੇਸਿਕਲੀ ਉਹ ਉਹ ਟਰੈਵਲਰ ਰੱਖੇ ਹੈ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਅਕਾਊਂਟ ਦਿੱਤਾ ਹੈ। ਹੈ ਨਾ ਜਿਹੜੇ ਪਹਿਲੇ ਸੀਗੇ ਉਹਨਾਂ ਵਿੱਚ ਸੀ ਵਿਲੀਅਮ ਫਿੰਚ, ਟੈਵਰਨੀਏ ਇਸ ਤਰ੍ਹਾਂ ਦੇ ਕੁਝ ਟਰੈਵਲਰਸ ਸੀਗੇ ਪਹਿਲੇ ਉਹਨਾਂ ਡਾਇਲਾਈਟ ਤਾਂ ਇਹਨਾਂ ਨੇ ਜੋ ਟਰੈਵਲ ਅਕਾਊਂਟਸ ਹੈ ਨਾ ਉਹ ਬਿਲਕੁਲ ਸਮ 깔 ਲਈ ਹੈ। ਔਰ ਇੰਟਰਸਟਿੰਗਲੀ ਜਿਹੜੀ ਦੱਖਣੀ ਸਰਾਏ ਹੈ ਜੀ ਨਕੌਦਰ ਕੋਲ ਉਸ ਦਾ ਸਾਨੂੰ ਮੈਂ ਉਹ ਦੀ ਡੇਟ ਮੈਂ ਹੀ ਲੱਭੀ ਹੈ। ਤਾਂ ਪੁਰਾਣੇ ਅਕਾਊਂਟਸ ਤੇ ਉਹ ਕਹਿ ਦਿੰਦੇ ਸੀ ਵੀ ਇਹ ਫਲਾਣੇ ਪੀਰੀਅਡ ਦੀ ਆ ਕੋਈ ਸੋਲਿਡ ਕੋਈ ਪ੍ਰੂਫ ਨਹੀਂ ਸੀਗਾ ਔਰ ਉਹ ਇਹੋ ਜਿਹੀ ਤੇ ਲੱਭਿਆ ਉਦੋਂ ਬਹਾਦਰ ਜਹਾਂਦਰ ਸ਼ਾ ਇਹ ਦੇ ਰੰਗਜੀਤ ਜੀ ਦੇ ਦਤ ਤੋਂ ਬਾਅਦ ਲਾਹੌਰ ਤੋਂ ਦਿੱਲੀ ਨੂੰ ਜਾ ਰਿਹਾ ਹੈ ਉਹ ਹੁਣ ਕੱਲੀ ਦੱਖਣੀ ਸਰਾਹ ਤੋਂ ਤਾਂ ਇਹ ਨਹੀਂ ਪਤਾ ਲੱਗਦਾ ਵੀ ਇਹ ਕੌਣ ਦੱਖਣੀ ਵੀ ਵੈਦਰ ਇਹ ਸਾਊਥ ਵਿੱਚ ਸੀ ਤਾਂ ਇਹਨੂੰ ਦੱਖਣੀ ਸਰਾਹ ਕਹਿੰਦੇ ਸੀ ਜਾਂ ਹੋਰ ਡੇਟ ਕਿਸੇ ਨੂੰ ਪਤਾ ਕੋਈ ਨਹੀਂ ਸੀ ਉਹ ਫਿਰ ਇੱਕ ਇੱਕ ਸਟੇਜ ਕਰਦੇ ਕਰਦੇ ਇੱਕ ਸਟੇਜ ਤੇ ਆ ਕੇ ਉਹ ਲਿਖਦਾ ਵੀ ਸੁਲਤਾਨਪੁਰ ਲੋਧੀ ਆਗੇ ਸੁਲਤਾਨਪੁਰ ਲੋਧੀ ਤੋਂ ਅੱਗੇ ਅਸੀਂ ਆਏ ਸਰਾਈ ਰੁਸਤਮ ਖਾਨ ਦਖਣੀ ਓ ਐਨੀ ਤਰੇਖ ਨੂੰ ਫੇਰ ਮੈਨੂੰ ਪਤਾ ਲੱਗਿਆ ਵੀ ਮੈਂ ਕਿਹਾ ਅੱਛਾ ਇਹਦਾ ਮੀਨਸ ਕਿ ਪੂਰਾ ਨਾ ਸਰਾਈ ਰੁਸਤਮ ਖਾਨ ਦਖਣੀ ਸੀ ਜਿਹੜਾ ਬਾਅਦ ਵਿੱਚ ਰੁਸਤਮ ਖਾਨ ਘਟ ਗਿਆ ਇਕੱਲਾ ਦਖਣੀ ਇੱਧਰ ਖੜਾ ਰਹਿ ਗਈ ਇਹ ਖੋਰ ਚੀਜ਼ ਹੈ ਕਿ ਕਪੂਰਥਲਾ ਦੇ ਵਿੱਚ ਵੀ ਇੱਕ ਮੁਗਲ ਮੋਨੂਮੈਂਟ ਹੈ ਨਹੀਂ ਉਹ ਮੁਗਲ ਨਹੀਂ ਹੈ ਅੱਛਾ ਜੀ ਉਹ ਜਿਹੜੇ ਇਹਨਾਂ ਦੇ ਕਪੂਰਥਲਾ ਸਟੇਟ ਦੇ ਬਣਾਇਆ ਉਹ ਸਟੇਟ ਦਾ ਹੈ ਸਟੇਟ ਉਹਦਾ ਕੁਝ ਪਿਛੋਕੜ ਦੇ ਨਾਲ ਤਾਲਮੇਲ ਹੈ ਜਾਂ ਕੀ ਉਹ ਟੋਟਲੀ ਉਹਨੂੰ ਮੂਰਿਸ਼ ਮੌਸਾ ਕਹਿੰਦੇ ਆ ਉਹ ਸਪੇਨ ਤੋਂ ਲਿਆ ਆਇਆ ਟੋਟਲ ਦਾ ਟੋਟਲ ਅੱਛਾ ਅੱਛਾ ਉਹਦਾ ਆਪਣੇ ਪੰਜਾਬ ਦੇ ਪਿਛੋਕੜ ਨਾਲ ਕੋਈ ਸੰਬੰਧ ਨਹੀਂ ਇਹ ਬਿਲਕੁਲ ਡਿਫਰੈਂਟ ਜੀ ਹਾਂ ਕੋਈ ਐਸੀ ਹੋਰ ਚੀਜ਼ ਜਿਹੜੀ ਕਿ ਆਪਾਂ ਵਿਚਾਰ ਕਰਦੇ ਆ ਸਾਡੇ ਨਹੀਂ ਗੱਲ ਚਾਂਦੀ ਤੇ ਤੁਹਾਨੂੰ ਲੱਗਦਾ ਕਿ ਮੈਂ ਇਸ ਵਿਸ਼ੇ ਤੇ ਹੋਰ ਕੰਮ ਕਰ ਸਕਦਾ ਸੀ ਤੇ ਤੁਹਾਡੀ ਖੋਜ ਜਿਹੜੇ ਪੱਤਰ ਲਿਖੇ ਨੇ ਵੀ ਇਹ ਮੇਰੇ ਇਹਦੇ ਵਿੱਚ ਅਗਰ ਆ ਚੀਜ਼ ਹੁੰਦੀ ਤਾਂ ਮੈਂ ਇਹਨੂੰ ਕਰ ਸਕਦਾ ਤੇ ਇਸ ਤਰ੍ਹਾਂ ਦਾ ਕੋਈ ਟਾਪਿਕ ਹੋਵੇ ਜਿਹੜਾ ਪੰਜਾਬ ਦਾ ਤਾਂ ਮੈਂ ਆਪਣੇ ਵੱਲੋਂ ਕੰਪਲੀਟ ਜਿੰਨਾ ਕੁ ਮੇਰੀ ਉਹਦੇ ਵਿੱਚ ਸੀਗਾ ਕਰ ਤਾਂ ਇਹ ਸਮਝ ਲਓ ਮੇਰਾ 40 ਸਾਲ ਦਾ ਕੰਮ ਹੈ ਜੀ ਤਾਂ ਆਪਦੀ ਤਾਂ ਕੋਸ਼ਿਸ਼ ਇਹੀ ਕੀਤੀ ਹੈ ਵੀ ਕੁਝ ਨਾ ਰਵੇ ਇੱਕ ਇੱਕ ਟਰੈਵਲ ਅਕਾਊਂਟ ਜਿਹੜਾ ਇੰਡੀਆ ਚ ਨਹੀਂ ਮਿਲਦਾ ਸੀ ਬਾਹਰੋਂ ਮਗਾ ਉਹਨਾਂ ਦੀ ਸਾਰਾ ਟੁੱਟ ਲਏ ਕੀਤਾ ਹੈਗਾ ਠੀਕ ਮੰਨ ਲਿਆ ਯੂ ਯੂਜ਼ਡ ਅ ਬਿਗ ਲਾਇਬਰੀ ਬਿਲਕੁਲ ਬਿਲਕੁਲ ਅੱਛਾ ਇੱਕ ਚੀਜ਼ ਹੋ ਰਹੀ ਹੈ ਕਿ ਅਗਰ ਆਪਾਂ ਇਹ ਜਿਹੜੇ ਮੋਨੂਮੈਂਟਸ ਐ ਨਾ ਸਾਰਿਆਂ ਦਾ ਤੱਥਸਰਾ ਕਰਦੇ ਐ ਤੇ ਇਸ ਕਾਲ ਦੇ ਵਿੱਚ ਖੋਜ ਕਰਦੇ ਕਰਦੇ ਆਪ ਜੀ ਨੂੰ ਕੁਝ ਜਿਹੜੇ ਪੁਰਾਣੇ ਸਿੱਖ ਮੋਨੂਮੈਂਟ ਮਿਲੇ ਹੋਣਗੇ ਉਹਨਾਂ ਦੇ ਚਿੱਤਰਾਂ ਬਾਰੇ ਕੁਝ ਦੱਸਣਾ ਚਾਹੋਗੇ ਹਾਂਜੀ ਉਹ ਬਹੁਤ ਗੱਲ ਮਤਲਬ ਮਹੱਤਵ ਰੱਖਦੀ ਹੈ ਉਹਦੇ ਵਿੱਚ ਇਹ ਹੈ ਕਿ ਸਿੰਧ ਸਵਾ ਲਹਿਰ ਤੋਂ ਪਹਿਲੇ ਹਿੰਦੂਇਜ਼ਮ ਤੇ ਸਿੱਖੀ ਜਮਤ ਕੋਈ ਉਹ ਹਾਰਡ ਲਾਈਨ ਫਾਸਟ ਲਾਈਨ ਨਹੀਂ ਹੈ ਨਹੀਂ ਨਹੀਂ ਹੈ ਇਸ ਕਰਕੇ ਤੁਹਾਨੂੰ ਪੁਰਾਣੇ ਸਿੱਖ ਮੋਨੂਮੈਂਟਸ ਜਿਹੜੇ ਆ ਉਹਨਾਂ ਦੇ ਉੱਤੇ ਤੁਹਾਨੂੰ ਜੋ ਤਸਵੀਰਾਂ ਵਾਲ ਪੇਂਟਿੰਗਸ ਹੋਈਆਂ ਸਾਰਿਆਂ ਦੇ ਉੱਤੇ ਉਹ ਵਾਲ ਪੇਂਟਿੰਗਸ ਜਿਹੜੇ ਥੀਮਸ ਹੈ ਉਹ ਬਹੁਤ ਵੈਰਾਈਟੀ ਹੈ ਉਹਦੇ ਵਿੱਚ ਉਹ ਇਕੱਲਾ ਇਹ ਨਹੀਂ ਹੈ ਕਿ ਇਕੱਲੇ ਸਿੱਖ ਗੁਰੂ ਸਾਹਿਬ ਆਂਦੇ ਹੋਣ ਸੋ ਹਿੰਦੂ ਡਾਈਟイズ ਸਾਰੇ ਵਿੱਚੇ ਹੀ ਮੁਸਲਮਨ ਡਾਈਟイズ ਵਿੱਚੇ ਮਹਾਰਾਜਾ ਰਣਜੀਤ ਸਿੰਘ ਵਿਚਲ ਐਲਾਮਾ ਜਨੂ ਹੀ ਰਾਜਾ ਸਭ ਕੁਝ ਵਿੱਚੇ ਥੀਮ ਉਹਨਾਂ ਦੇ ਤਾਂ ਉਸ ਤੋਂ ਇਹੀ ਪਤਾ ਲੱਗਦਾ ਕਿ ਵੀ ਕੋਈ ਹੈ ਨਹੀਂ ਸੀ ਵੰਡੀ ਇਹ ਜ਼ਿਆਦਾ ਵੰਡੀ ਜਿਹੜੀ ਕ੍ਰੀਏਟ ਕੀਤੀ ਹੈਗੀ ਹੈ ਇਹ ਦਸਵਾ ਲਹਿਰ ਦੀ ਕੀਤੀ ਹੈ ਜਿਸ ਦੇ ਉੱਤੇ ਬਹੁਤ ਖੂਬਸੂਰਤ ਥੀਸਿਸ ਹੈ ਹਰ ਜੋ ਪ੍ਰੋਫੈਸਰ ਹਰਜੋਤ ਉਹ ਬਰਾਏ ਦਾ ਕੰਸਟਰਕਸ਼ਨ ਆਫ ਰਿਲੀਜੀਅਸ ਬਾਉਂਡਰੀਜ਼ ਉਸ ਬੰਦੇ ਨੇ ਮਤਲਬ ਐਨਾ ਕਮਾਲ ਦਾ ਕੰਮ ਕੀਤਾ ਚਲੋ ਅਸੀਂ ਇਸ ਵਿਸ਼ੇ ਦੇ ਬਾਰੇ ਹੋਰ ਗੱਲ ਕਰਨੀ ਚਾਹੁੰਦੇ ਆ ਕਿ ਜਿਹੜੇ ਚਿੱਤਰ ਸਾਨੂੰ ਪ੍ਰਾਪਤ ਹੋਏ ਨੇ ਜੀ ਇਹਨਾਂ ਚਿੱਤਰਾਂ ਦੇ ਵਿੱਚ ਆਪ ਜੀ ਨੇ ਹੁਣੇ ਜ਼ਿਕਰ ਕੀਤਾ ਆਪਾਂ ਇਹਨਾਂ ਨੂੰ ਧਰਮ ਦੇ ਪੱਖ ਤੋਂ ਹਟਕੇ ਦੇਖਦੇ ਆ ਭੀ ਇਹਨਾਂ ਦੇ ਅੰਦਰ ਜਿਹੜੇ ਪੋਰਟਰੇਟਸ ਬਣਾਏ ਗਏ ਇਹ ਪੋਰਟਰੇਟਸ ਦੇ ਵਿੱਚ ਜਿਹੜੀ ਕਰੈਕਟਰ ਦੀ ਖੂਬਸੂਰਤੀ ਨੂੰ ਤੁਸੀਂ ਕਿਸ ਤਰ੍ਹਾਂ ਦਾ ਮੰਨਦੇ ਹੋ ਨੋ ਕਿ ਤੁਸੀਂ ਆਪ ਚਿੱਤਰਕਾਰ ਮਨਵੀਰ ਆਈਡੀਆਲਾਈਜ਼ ਨਹੀਂ ਉਹ ਆਈਡੀਆਲਾਈਜ਼ ਨਹੀਂ ਇਸ ਤਰ੍ਹਾਂ ਮਤਲਬ ਸਾਹਮਣੇ ਬਿਠਾ ਕੇ ਨਹੀਂ ਬਣਾਏ ਹੋਏ ਆ ਅੱਛਾ ਬੋਲੋ ਇਸ ਤਰ੍ਹਾਂ ਦਾ ਕੋਈ ਆਪਾਂ ਨਹੀਂ ਮੰਨ ਸਕਦੇ ਕਿ ਇਹ ਪਈ ਉਹ ਬਸ ਜਨਜੀਤ ਸਿੰਘ ਬਣਾਣਾ ਹੈ ਉਹ ਇੱਕ ਫਿਕਸ ਹੋ ਗਿਆ ਵੀ ਇੱਕ ਅੱਖ ਐ ਬਣਾ ਦਿਓ ਤੇ ਮੂਹੇ ਸਾਈ ਬਣਾ ਦਿਓ ਸਰ ਜਨਜੀਤ ਸਿੰਘ ਆ ਔਰ ਉਹ ਸ਼ੱਕ ਹਟਾਉਣ ਵਾਸਤੇ ਉਹ ਥੱਲੇ ਲਿਖ ਵੀ ਦਿੰਦੇ ਸੀ ਗੁਰਦੁਆਰੇ ਦੀ ਪੇਂਟਿੰਗ ਹੈ ਨਾ ਉਹਨਾਂ ਦਾ ਇਹ ਖਾਸियत ਹੈ ਹਰ ਟਰੈਕਟਰ ਦੇ ਥੱਲੇ ਲਿਖਿਆ ਹੈ ਜੀ ਬਾਬਾ ਟਾਹਲੀ ਦਾ ਪੇਂਟ ਦਿੰਦੇ ਹੈ ਬਈ ਤਾਂ ਆਡੈਂਟੀ ਹੋਈ ਨਹੀਂ ਉਹਨੇ ਆਡੈਂਟੀ ਹੋਈ ਨਹੀਂ ਉਹਨਾਂ ਦੀ ਪੇਂਟਿੰਗਾਂ 'ਚ ਜ਼ਿਕਰ ਹੈ ਹਾਂ ਇਹ ਉਹ ਫਿਰ ਸਾਰਾ ਥੱਲੇ ਲਿਖ ਦਿੰਦੇ ਸੀ ਵੀ ਇਹ ਠੀਕ ਹੈ ਇਸ ਤਰ੍ਹਾਂ ਦੀਆਂ ਪੇਂਟਿੰਗਾਂ ਆਪਣੇ ਮਾਲਵੇ ਦੇ ਏਰੀਆ 'ਚ ਕਿਤੇ ਮਿਲੀਆਂ ਅ ਕਿਉਂਕਿ ਦੁਆਬੇ ਵਿੱਚ ਤਾਂ ਨਹੀਂ ਹੈ ਇਹ ਮੱਝੇ 'ਚ ਹੈਗੀਆਂ ਨੇ ਮੱਝੇ 'ਚ ਹੈਗੀਆਂ ਹਾਂ ਮੱਝੇ 'ਚ ਖਾਸ ਕਰਕੇ ਮੈਂ ਤੁਹਾਨੂੰ ਜੇ ਦੱਸਾਂ ਤਾਂ ਨਹੀਂ ਮਾਲਵੇ 'ਚ ਵੀ ਹੈ ਮਾਲਵੇ ਦੇ ਵਿੱਚ ਗੁਰੂ ਹਰਸਾਏ ਗੁਰੂ ਹਰ ਸਹਾਇ ਜੀ ਗੁਰੂ ਹਰ ਸਾਇਕ ਗੁਰਦੁਆਰਾ ਜਿਸ ਨੂੰ ਇਹ ਪੋਥੀ ਮਾਲਾ ਕਹਿੰਦੇ ਆ ਤਾਂ ਉਹ ਉਸ ਦੇ ਵਿੱਚ ਤਕਰੀਬਨ 700 ਆਲ ਪੇਂਟਿੰਗਸ ਹੈ ਜੀ ਔਰ ਉਹ 700 ਤੋਂ 100 ਕੁ ਵਧੀਆ ਪ੍ਰੀਜ਼ਰਵਡ ਹੈ ਟੋਟਲ ਮਤਲਬ ਆਹੀ ਦੇਵੀ ਦੇਵਤਿਆਂ ਦੇ ਥੀਮ ਹੈਗੇ ਆ ਕ੍ਰਿਸ਼ਨ ਲੀਲਾ ਦੇ ਵਿਸ਼ਨੂ ਦੇ ਰਾਮ ਦਾ ਵਿਆਹ ਆ ਇੱਕ ਪਾਸੇ ਗੁਰੂ ਸਾਹਿਬਾਨ ਦੇ ਬਸ ਲੱਗੇ ਆ ਔਰ ਰਾਦਰੇ ਲੱਗਦਾ ਜਿਦਾ ਕਿ ਕਿਉਂਕਿ ਐਡੇ ਵੱਡੇ ਕੰਮ ਇੱਕ ਬੰਦੇ ਤੇ ਤਾਂ ਹੁੰਦੇ ਨਹੀਂ ਪੂਰਾ ਉਹ ਗਰੁੱਪ ਹੁੰਦਾ ਪਰਿਵਾਰ ਜਾਂ ਪਰਿਵਾਰ ਜਾਂ ਤਾਂ ਉਹ ਜਿਹੜੇ ਮੇਜਰ ਹੈਗੇ ਆ ਉਹ ਤਾਂ ਮਾਸਟਰ ਆਰਟਿਸਟ ਦੇ ਬਣਾਏ ਹੋਏ ਆ ਲੇਕਿਨ ਜਿਹੜੇ ਦੂਸਰੇ ਆ ਉਹ ਥੋੜਾ ਜਿਹਾ ਨੇ ਚੰਗੇ ਨਹੀਂ ਹੈਗੇ ਚਲੋ ਸੀ ਮਿਲਿਆ ਚੇਲਿਆਂ ਚੇਲਿਆਂ ਦਾ ਕੰਮ ਹੈ ਅੱਛਾ ਇੱਕ ਹੋਰ ਗੱਲ ਹੈ ਕਿ ਆਪ ਜੀ ਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਹੈ ਹਾਂਜੀ ਹੈਵ ਯੂ ਸੀਨ ਓਨ ਦੇ ਹਾਂਜੀ ਉਹਦੇ ਵਿੱਚ ਜਿਹੜੇ ਚਿੱਤਰ ਮਿਲੇ ਆ ਉਹਨਾਂ ਚਿੱਤਰਾਂ ਦਾ ਤੇ ਇਹ ਜਿਹੜੇ ਪੰਜਾਬ 'ਚ ਸਾਨੂੰ ਚਿੱਤਰ ਮਿਲਦੇ ਕਿੰਨਾ ਕੰਦ ਨਹੀਂ ਸੇਮ ਹੀ ਆ ਜੀ ਅੱਛਾ ਕੋਈ ਅੱਗੇ ਤੱਕ ਚੱਲਦਾ ਬੜਾ ਫਰਕ ਨਹੀਂ ਹੈ ਨਾ ਨਾ ਫਰਕ ਨਹੀਂ ਹੈ ਇਹ ਐਕਚੁਅਲੀ ਆਰਟਿਸਟ ਆਂਦੇ ਸੀ ਬਾਰੋਂ ਔਰ ਉਹ ट्रैवलिंग ਇਟਿਨਰੇਰੀ ਆਰਟਿਸਟ ਠੀਕ ਹੈ ਤੁਰਦੇ ਫਿਰਦੇ ਇੱਕ ਥਾਂ ਤੇ ਤਾਂ ਦੇਖੋ ਨਾ ਸਾਰੀ ਲਾਈਫ ਕੰਮ ਨਹੀਂ ਮਿਲਣਾ ਉਹ ਫਿਰ ਰਹੇ ਹੈਗੇ ਆ ਜ्यादातर ਪਹਾੜੀ ਪੇਂਟਰ ਤੁਸੀਂ ਉਹ ਸਰਦੀਆਂ ਚ ਆ ਜਾਂਦਾ ਸੀ ਥੱਲੇ ਵੀ ਭਾਈ ਕਿਸੇ ਨੇ ਜੇ ਕੁਰਬਾਨੀਆਂ ਕਰਾ ਲਓ ਤਾਂ ਸੇਮ ਸਟਾਈਲ ਹੀ ਚੱਲੀ ਜਾਂਦਾ ਸਾਰਿਆਂ ਦੇ ਵਿੱਚ ਇੱਕ ਹੋਰ ਲਾਹੌਰ ਨੌਨੇ ਹਾਲ ਸਿੰਘ ਦੀ ਹਵੇਲੀ ਜੀ ਉਹਦੇ ਬਹੁਤ ਕਮਾਲ ਦੀਆਂ ਪੇਂਟਿੰਗਸ ਹੈਗੀਆਂ ਉਹਨਾਂ ਨੂੰ ਕਿਹੜੇ ਪੀਰੀਅਡ ਦੇ ਵਿੱਚ ਆਪਾਂ ਕਾਊਂਟ ਕਰ ਸਕਦੇ ਆ ਇਹ ਸਾਰਾ ਨੌਨੇ ਹਾਲ ਸਿੰਘ ਦੀ ਸਮਝੋ ਥੋੜਾ ਜਿਹਾ ਲੇ ਮਹਾਰਾਜਾ ਨਜੀਦ ਸਿੰਘ ਤੋਂ ਬਾਅਦ ਦਾ ਬਾਅਦ ਦਾ ਕਾਲ ਹੈ لیکن سٹائل ਇਨਦਰ سیم ایک اور بہت ਵਧੀਆ ਬਿਲਡਿੰਗ ਹੈਗੀ ਹੈ ਕਰਨਤਾਰਨ ਤੋਂ ਸਾਈਡ ਤੇ ਨੁਰੰਗਾਬਾਦ ہاں جی ہاں جی ਨੁਰੰਗਾਬਾਦ ਦੇ ਵਿੱਚ ਪੁਰਾਣਾ ਗੁਰਦੁਆਰਾ ਗੁਰਦੁਆਰਾ ਤਾਂ ਛੋਟਾ ਜਿਹਾ ਹੈ ਲੇਕਿਨ ਉਹ ਜਿਆ ਨਿਆ ਖੂਬਸੂਰਤ ਵਾਲ ਪੇਂਟਿੰਗਸ ਹੈ ਬਹੁਤ ٹھیک ہے ਇੱਕ ਕਿਉਂਕਿ ਮੈਨੂੰ ਵੀ ਥੋੜਾ ਘੁੰਮਣ ਦਾ ਸ਼ੌਂਕ ਹੈ ਤੇ ਬਾਰਡਰ ਏਰੀਏ ਦੇ ਨਾਲ-ਨਾਲ ਕੁਝ ਮੁਗਲ ਜਗਾਵਾ ਮਿਲਦੀਆਂ ਨੇ ਉਹਨਾਂ ਦੇ ਡੋਮ ਅੰਦਰੋਂ ਚિત੍ਰਿਤ ਹੋਏ ਹੋ ਨੇ ਉਹ ਕਿਸ ਪੀਰੀਅਡ ਦੇ ਹੋ ਸਕਦੇ ਆ ਹਾਂ ਉਹ ਤਾਂ ਮੇਨ ਤਾਂ ਉਸ ਤੇ ਡਿਪੈਂਡ ਕਰਦਾ ਹੈਗਾ ਵੀ ਉਹ ਬਿਲਡਿੰਗ ਕਿਦੋਂ ਦੀ ਹੈ ਫਿਰ ਸੈਕੰਡਲੀ ਇਹ ਵੇਖਣਾ ਪੈਂਦਾ ਹੈ ਕਿ ਇਹ ਜੋ ਡੈਕੋਰੇਸ਼ਨ ਤੇ ਬਿਲਡਿੰਗ ਇਹ ਸੇਮ ਪੀਰੀਅਡ ਦੀ ਹੈਗੀ ਹੈ ਕਿ ਨਹੀਂ ਹੈਗੀ ਠੀਕ ਹੈ ਨਾ ਇਹ ਵੀ ਹੋ ਸਕਦਾ ਹੈ ਕਿ ਉਹ ਡੋਮ ਬਣਾਉਣ ਤੋਂ 100 ਸਾਲ ਬਾਅਦ ਕਿਸੇ ਹੋਰ ਨੇ ਉਹ ਕਰਵਾਤਾ ਹੋਵੇ ਹੈ ਨਾ ਜਿਸ ਤਰ੍ਹਾਂ ਇੱਕ ਆਮ ਇੱਕ ਮੈਂ ਪਿੱਛੇ ਵੇਖਿਆ ਹੈ ਉਦਾਹਰਨ ਡਾਕਟਰ ਗੰਡਾ ਸਿੰਘ ਤੱਕ ਵੀ ਇਹ ਕਹਿੰਦੇ ਵੀ ਜਦੋਂ ਸਰਹੰਦ ਇਹਨਾਂ ਨੇ ਕੀਤਾ ਬੰਦਾ ਬਹਾਦਰ ਨੇ ਯਾਹੋਰ ਹੱਕ ਹੋ ਜਾਣੇ ਵੀ ਦੇਖੋ ਜੀ ਉਹਨਾਂ ਨੇ ਨਾ ਸ਼ੇਖ ਐਮਦੁਰਹੰਦੀ ਦੀ ਦਰਗਾਹ ਨਹੀਂ ਢਾਈ ਉਹ ਉਹਨਾਂ ਨੇ ਉਹ ਇੰਨੀ ਸਟੱਡੀ ਨਹੀਂ ਕੀਤੀ ਸ਼ੇਖ ਐਮਦੁਰਹੰਦੀ ਦੀ ਸਰਹੰਦੀ ਦੀ ਸਰਗਾਹ ਤਾਂ ਬਣੀ 1925 ਦੀ ਹੋਈ ਹੈ ਉਹਦਾ ਰਾਮਪੁਰ ਦੇ ਵਾਬਾ ਨੇ ਬਣਵਾਈਏ ਉਹ ਕਿ ਜਦੋਂ ਹੈ ਹੀ ਨਹੀਂ ਸਿੱਧਾ ਨਹੀਂ ਕਿੱਥੋਂ ਢਾਣੀ ਕਿੱਥੋਂ ਸੀ ਹੈ ਨਾ ਅੱਛਾ ਇੱਕ ਆਪ ਜੀ ਨੇ ਹੁਣੇ ਜ਼ਿਕਰ ਕੀਤਾ ਸਰਹੰਦ ਦਾ ਸਰਹੰਦ ਜਿਹੜਾ ਹੈ ਇਸ ਦੇ ਵਿੱਚ ਜਿਹੜੇ ਮੁਗਲ ਮੋਨੂਮੈਂਟਸ ਹੈ ਕਿਉਂਕਿ ਮੁਗਲਾਂ ਦਾ ਸ਼ੌਕ ਬਾਗ ਨਾਲ ਵੀ ਰਿਹਾ ਬਾਗ ਨਾਲ ਵੀ ਜਿਹੜਾ ਕਹਿ ਲਈਏ ਤੇ ਉਹਦੇ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਹਾਂ ਇੱਥੋਂ ਦਾ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਗਾਰਡਨ ਬਚਿਆ ਹੋਇਆ ਹੈ ਮੁਗਲ ਪੀਰੀਅਡ ਦਾ ਉਹ ਤਾਂ ਇਹ ਹੀ ਹੈ ਆਮ ਖਾਸ ਬਾਗ ਉਹ ਰੇ ਆਮ ਖਾਸ ਬਾਗ ਦੀ ਇੱਕ ਖਾਸियत ਇਹ ਹੈ ਕਿ ਅਦਰਵਾਇਜ਼ ਜਿਹੜੇ ਮੁਗਲ ਗਾਰਡਨ ਸੀ ਨਾ ਉਹ ਇੱਕ ਰੂਲਰ ਜਾਂ ਇੱਕ ਪੀਰੀਅਡ ਦੌਰਾਨ ਉਹ ਬਣਾਤੇ ਫੁੱਲੀ ਪਲਾਨਡ ਇਹ ਜਿਹੜਾ ਹੈਗਾ ਗਾਰਡਨ ਇਹ ਇਵੋਲਵ ਹੋਇਆ ਇਹਦੀ ਨੀ ਰੱਖੀ ਆ ਸ਼ੁਰੂ ਕੀਤਾ ਸੀ ਅਕਬਰ ਦੇ ਵੇਲੇ ਹਫੀਜ਼ ਮੁਹੰਮਦ ਰਖਣਾ ਇਥੋਂ ਦਾ ਉਧੇਦਾਰ ਸੀ ਸ਼ਿਕਦਾਰ ਸੀ ਉਸ ਨੇ ਸ਼ੁਰੂ ਕੀਤਾ ਸੀ ਉਹਦੀ ਡੈਥ ਹੋ ਗਈ ਤਾਂ ਮੁਗਲ ਪੀਰੀਅਡ ਚ ਹੁੰਦਾ ਸੀ ਜੇ ਕੋਈ ਵੱਡਾ ਨੋਬਲ ਵਗੈਰਾ ਉਹਦੀ ਡੈਥ ਹੋ ਜਾਣਾ ਉਹਦੀ ਜਿਹੜੀ ਪ੍ਰਾਪਰਟੀ ਆ ਉਹ ਸਟੇਟ ਦੀ ਹੋ ਜਾਂਦੀ ਉਹ ਫਿਰ ਮੁਗਲ ਰੂਲ ਦੇ ਅੰਡਰ ਆ ਗਈ ਫਿਰ ਜਹਾਂਗੀਰ ਨੇ ਇਹਦੇ ਚ ਬਿਲਡਿੰਗ ਐਡ ਕੀਤੀਆਂ ਸ਼ਾਹਜਹਾਂ ਨੇ ਐਡ ਕੀਤੀਆਂ ਨਾ ਇਸ ਤਰ੍ਹਾਂ ਉਹ ਇਨ 스테जेस ਆ ਡਿਵੈਲਪ ਕਈ ਜਿਹੜੇ ਜਿੱਧਰ ਤਲਾ ਹੈਗਾ ਇਹ ਇਹ ਤਾਂ ਸ਼ਾਹਜਹਾਂ ਦੇ ਪੀਰੀਅਡ ਚ ਐਡ ਹੋਇਆ ਵਾ ਐਡ ਹੋਇਆ ਹੈ ਨਾ ਹਾਂ ਬਸ ਕਿਉਂਕਿ ਉਹਨਾਂ ਦੀ ਉਹ ਡਾਟਾ ਤੇ ਹੋਰ ਅੱਛਾ ਉਹ ਸ਼ਾਹਜਹਾਂ ਦੀ ਵੀ ਜਿਹੜੀ ਬਿਲਡਿੰਗ ਹੈ ਉਹਦੇ ਚ ਵੀ ਅੱਗੇ ਜਿਹੜੀ ਥੋੜੀ ਜਿਹੀ ਡਿਟੇਲ ਵੇਖੇ ਤਾਂ ਪਤਾ ਲੱਗਦਾ ਕਿ ਉਹ ਪਟਿਆਲਾ ਰੂਲਰਸ ਨਹੀਂ ਕੀਤਾ ਕਿਉਂਕਿ ਬਾਅਦ ਪਟਿਆਲਾ ਰੂਲਰ ਤੇ ਐਂਟਰ ਆ ਗਿਆ ਸੀ ਜੀ 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 ਹਨ ਤਾਂ ਉਹ ਜਿਹੜੀ ਡੈਕੋਰੇਸ਼ਨ ਚੁੰਨੇ ਨਾਲ ਜਾਂ ਹੋਰ ਹੋਈ ਹੈ ਉਹ ਪਟਿਆਲਾ ਰੂਲਰਸ ਦੀ ਨਹੀਂ ਉਹ ਬਹੁਤ ਹੀ ਲੇਟਰ ਪੀਰੀਅਡ ਹੈ ਹਾਂ ਜੀ ਬਹੁਤ ਲੇਟਰ ਪੀਰੀਅਡ ਦੀ ਕੋਈ ਹੋਰ ਵਿਚਾਰ ਜਿਹੜਾ ਆਪ ਜੀ ਨੇ ਇਸ ਰਿਸਰਚ ਦੇ ਵਿੱਚ ਅੱਗੇ ਤੋਂ ਅੱਗੇ ਲੈ ਕੇ ਜਾਣ ਦਾ ਮਨ ਬਣਾਇਆ ਹੋਵੇ ਕਿ ਪਈ ਅਗਰ ਇਸ ਤਰ੍ਹਾਂ ਕੀਤਾ ਜਾਏ ਤੇ ਇਹ ਜਿਹੜਾ ਵਿਸ਼ਾ ਹੈ ਹੋਰ ਵੀ ਜ਼ਿਆਦਾ ਹੋ ਸਕਦਾ ਹੈ ਨੈਕਸਟ ਮੈਂ ਥੋੜਾ ਜਿਹਾ ਪੇਂਟਿੰਗ ਤੇ ਕਰਨਾ ਚਾਹੁੰਦਾ ਸੀ ਕੰਮ ਹੈ ਨਾ ਪੇਂਟਿੰਗ ਪੇਪਰ ਕਰਨਾ ਚਾਹੁੰਦਾ ਮੇਰੀ ਜੋ ਇੱਕ ਤਾਂ ਬੁੱਕ ਇਸ ਵੇਲੇ ਐਡਿਟ ਕਰ ਰਿਹਾ ਮੈਂ ਉਹ ਇੱਕ ਦਰਗਾਹ ਸੀਗੀ ਬਠਿੰਡੇ ਹੈਗੀ ਵੇ ਹੈ ਹਾਜ਼ਿਰਤ ਦੇ ਦਰਗਾਹ ਕਹਿੰਦੇ ਅੱਛਾ ਜੀ ਉਸ ਬੰਦੇ ਦੀ ਬਹੁਤ ਉਹ ਹੈਗਾ ਚਰਚਾ ਸਾਰੇ ਇਸਲਾਮਿਕ ਜਗਤ ਚ ਕੱਲੇ ਬਠਿੰਡੇ ਨਹੀਂ ਉਹ ਅਪ ਟੂ ਅਰਬ ਕੰਟਰੀਜ਼ ਤੱਕ ਹੈਗਾ ਉਸ ਉਹ ਬੰਦਾ ਹਾਜ਼ਰਤ ਨੇ ਕਲੇਮ ਕਰਦਾ ਸੀ ਕਿ ਮੈਂ ਹਜ਼ਰਤ ਮੁਹੰਮਦ ਦੇ ਨਾਲ ਰਿਹਾ ਮੈਂ ਮਿਲਿਆ ਉਹਨਾਂ ਨੂੰ ਤਾਂ ਲੇਕਿਨ ਉਹ ਹੈ ਦਰਗਾਹ ਤਾਂ 13ਵੀਂ ਸਦੀ ਦੀ ਹੈ ਇਟ ਮੀਨਸ ਕਿ ਉਹਦੀ ਉਮਰ ਫਿਰ 600 650 ਸਾਲ ਹੋਈ ਐਸ ਕਰਕੇ ਕੰਟਰੋਵਰਸੀ ਥਰੂਆਊਟ ਹੀ ਰਹੀ ਕੁਝ ਕੁ ਲੋਕ ਤਾਂ ਮੰਨ ਲੈਂਦੇ ਸੀ ਜਿਹੜੇ ਧਾਰਮਿਕ ਸ਼ਰਦ ਵਾਲੇ ਹੁੰਦੇ ਵੀ ਠੀਕ ਹੈ ਜੀ ਰਹਿ ਹੈ ਇਟਸ ਓਕੇ ਲੇਕਿਨ ਕੋਈ ਸ਼ੱਕੇ ਦਿਮਾਗ ਵੀ ਨਹੀਂ ਲਾਇਆ ਐ ਕਿਵੇਂ 65 ਸਾਲ ਤੇ ਉਮਰ ਹੁੰਦੀ ਨਹੀਂ ਕਿਸੇ ਦੀ ਉਹਨਾਂ ਮੇਰੇ ਰਿਸਰਚ ਬਹੁਤ ਹੋਈ ਹੈ ਵਰਲਡ ਓਵਰ ਰਿਸਰਚ ਹੋਈ ਹੈ ਉਹ ਮੈਂ ਸਾਰੇ ਪੇਪਰ ਇਕੱਠੇ ਕਰਕੇ ਉਹਨਾਂ ਨੂੰ ਐਡਿਟ ਕਰਕੇ ਬੁੱਕ ਕਰ ਰਿਹਾ ਦਾ ਚੇਂਜਿੰਗ ਆਈਡੈਂਟੀਟੀ ਆਫ ਬਾਬਾ ਹਜੀ ਰਤਨ ਹਾਂ ਜੀ ਰਤਨ ਤੇ ਨੈਕਸਟ ਬੁੱਕ ਮੈਂ ਪੇਂਟਿੰਗਸ ਤੇ ਗੁਰੂ ਹਰਸਾਹਿਬ ਦੀਆਂ ਤੇ ਕਰਨਾ ਚਾਹੁੰਦਾ ਕਰਨਾ ਚਾਹੁੰਦਾ ਬਹੁਤ ਖੁਰ ਮੇਰੇ ਥੋੜੀ ਜੀ ਫਿਜ਼ੀਕਲ ਮੈਨੂੰ ਪ੍ਰੋਬਲਮ ਹੈ ਇਸ ਕਰਕੇ ਮੈਂ ਦੂਰ ਨਹੀਂ ਜਾ ਸਕਦਾ ਅੱਛਾ 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 ਉਹ ਸੋਚਿਆ ਤਾਂ ਮੈਂ ਹਰਿਆਣੇ ਦਾ ਵੀ ਕੁਝ ਮੋਨੂਮੈਂਟ ਆਈਡੈਂਟੀਫਾਈ ਕੀਤੇ ਆ ਵੀ ਮੈਂ ਹੁਣ ਜਾ ਕੇ ਆਉਂਗਾ ਤੇ ਜਿਹੜਾ ਉੱਥੇ ਸ਼ੇਖ ਚਿੱਲੀ ਦਾ ਮੋਨੂਮੈਂਟ ਹੈ ਉਹਨੂੰ ਵੀ ਆਪ ਜੀ ਨੇ ਕਵਰ ਕੀਤਾ ਹਾਂਜੀ ਬਿਲਕੁਲ ਉਸ ਦੇ ਬਾਰੇ ਮੇਰਾ ਰਿਸਰਚ ਪੇਪਰ ਨੀਦਰਲੈਂਡ ਤੋਂ ਛਪਿਆ ਸੀ ਜੀ ਮੁਕਰਨਸ ਮੈਂ ਜਰਨਲ ਨਿਕਲਦਾ ਸਾਲਾਨਾ ਇੱਕ ਤਾਂ ਉਹਦੇ ਵਿੱਚ ਮੇਰਾ ਪਬਲਿਸ਼ ਹੋਇਆ ਤੇ ਸ਼ੇਖ ਚਿੱਲੀ ਨਾਲ ਕੋਈ ਲੱਗਦਾ ਕਿ ਨਹੀਂ ਹੁੰਦਾ ਨਹੀਂ ਨਹੀਂ ਦੈਟ ਇਜ਼ ਅ ਇਮੇਜਿਨਰੀ ਪਾਤਰ ਹੈ ਸ਼ੇਖ ਚਿੱਲੀ ਕੋਈ ਹ ਤਾਂ ਲੇਕਿਨ ਉਹ ਸ਼ਾਹ ਜਹਾਂ ਦੇ ਪੀਰੀਅਡ ਦਾ ਮਿਡ 17th ਸੈਂਚਰੀ ਉਸ ਨੂੰ ਮੁਗਲ ਟ੍ਰੇਡ ਰੂਟ ਤੇ ਮੰਨ ਸਕਦੇ ਆ ਹਾਂ ਹਾਂ ਬਿਲਕੁਲ ਮੁਗਲ ਰੂਟ ਦੇ ਉੱਤੇ ਆ ਥਾਣੇਸਰ ਵਿੱਚ ਦੀ ਲੰਘਦੀ ਸੀ ਸਰ ਠੀਕ ਹੈ ਠੀਕ ਹੈ ਤੇ ਉਹ ਰੂਟ ਦੇ ਉੱਤੇ ਸੀਗਾ ਉਹਦੇ ਨੇੜੇ ਬ੍ਰਿਜ ਦਾ ਵੀ ਟੋਟਾ ਪਿਆ ਸਰਾਂ ਦਾ ਹਿੱਸਾ ਹੈਗਾ ਉਹ ਉਸ ਦੇ ਆਸੇ ਪਾਸੇ ਔਰ ਇਹ ਮਦਰਸੇ ਦੀ ਮਕਬਰਾ ਤੇ ਮਦਰਸਾ ਇਕੱਠਾ ਹੈ ਇਹ ਤੁਰਕਿਸ਼ ਸਟਾਈਲ ਸੀ ਬੇਸਿਕਲੀ ਵੀ ਕਿਸੇ ਸੰਤ ਦਾ ਮਕਬਰਾ ਨਾਲ ਮਦਰਸਾ ਟੀਚਿੰਗ ਵਾਸਤੇ ਸਾਰੇ ਪੰਜਾਬ ਵਿੱਚ ਇੱਕੋ ਇੱਕ ਉਦਾਹਰਣ ਇਹੀ ਵਜਦਾ ਪੰਜਾਬ ਚ ਲਾਹਨ ਉਹ ਕਿਉਂ ਚਲੋ ਹਰਿਆਣਾ ਹੋਇਆ ਉਹ ਪਾਰਟੀਸ਼ਨ ਤਬਾਦੀਆਂ ਗੱਲਾਂ ਨੇ ਤਬਾਦੀਆਂ ਗੱਲਾਂ ਲੇਕਿਨ ਪੰਜਾਬ ਚ ਕੋਈ ਇੱਕ ਹੋਰ ਬਹੁਤ ਹੀ ਖੂਬਸੂਰਤ ਹੋਰ ਮਾਰਬਲ ਦਾ ਬਣਿਆ ਹੋਇਆ ਇਟ ਮੀਨਸ ਦਾ ਰਾਇਲ ਪੈਟਰੋਨੇਜ ਉਸ ਨੂੰ ਸੀਗੀ ਦਿੱਲੀ ਪਛਿਆ ਹੋਇਆ ਇੱਕ ਜਿੱਥੇ ਦਿੱਲੀ ਕਾਲਜ ਹੈ ਨਾ ਹਣ ਇਹ ਵੀ ਪਹਿਲੇ ਅ ਮਦਰਸਾ ਸੀ ਗਾਜ਼ੀ ਉਦਦਿਨ ਖਾਨ ਦਾ ਮਕਬਰਾ ਸੀਗਾ ਮਦਰਸਾ ਲੇਕਿਨ ਇਹ ਲੇਟ ਪੀਰੀਅਡ ਦਾ ਸੀ ਇਹ ਸ਼ਾਹਜਹਾਂ ਦੇ ਪੀਰੀਅਡ ਦਾ ਆਪ ਜੀ ਨੇ ਰਿਸਰਚ ਕੀਤੀ ਰਿਸਰਚ ਕਰਦਿਆਂ ਹੋਇਆਂ ਕਾਫੀ ਜਗ੍ਹਾ ਘੁੰਮਿਆ ਘੁੰਮਦਿਆਂ ਹੋਇਆਂ ਪੰਜਾਬ ਜਿਹੜਾ ਹੈ ਹਿੱਸਾ ਹੈ ਹੁਣ ਦਾ ਪੰਜਾਬ ਹੈ ਇਹਦੇ ਅੰਦਰ ਕਿਸ-ਕਿਸ ਤਰ੍ਹਾਂ ਦੇ ਮਹਿਲ ਹੋਰ ਬਿਲਡਿੰਗਸ ਸਾਨੂੰ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਕੀ ਆਪ ਜੀ ਦੱਸਣਾ ਚਾਹੋਗੇ ਹਾਂ ਉਸ ਤਰ੍ਹਾਂ ਦੇ ਮਹਿਲ ਵਗੈਰਾ ਤਾਂ ਦੇਖੋ ਰਾਇਲ ਬਿਲਡਿੰਗਸ ਤਾਂ ਨਹੀਂ ਸੀ ਹੁੰਦੀਆਂ ਜੀ ਕਿਨ ਜਦੋਂ ਮੁਗਲ ਐਂਪੀਰਰ ਕਲਾ ਸਰਹੰਦ ਛੱਡਦੇ ਹੋ ਸਰਹੰਦ ਦੇ ਵਿੱਚ ਜੋ ਆਮ ਖਾਸ ਭਾਗ ਹੈ ਉਸ ਦੇ ਵਿੱਚ ਰਾਇਲ ਪੈਲੇਸ ਸੀਗੇ ਅਦਰਵਾਈਜ਼ ਇਹ ਤਾਂ ਆਪ ਦਾ ਟੈਂਟਰਨ ਦੇ ਵਿੱਚ ਹੀ ਠਹਿਰਦੇ ਸੀਗੇ ਜਿਵੇਂ ਬਠਿੰਡੇ ਦਾ ਕਿਲਾ ਹੈਗਾ ਲੇਕਿਨ ਉਹਦੇ ਵਿੱਚ ਜੇ ਆਪਾਂ ਬਠਿੰਡੇ ਦੇ ਕਿਲੇ ਨੂੰ ਐ ਵੇਖਣ ਜਾਈਏ ਵੀ ਇਹਦੇ ਵਿੱਚ ਉਹ ਦੀਵਾਨੇ ਖਾਸ ਦੀਵਾਨੇ ਆਉ ਹੋ ਇਟ ਵਾਸ ਜਸਟ ਅ ਮਿਲਟਰੀ ਪੋਸਟ ਲੇਕਿਨ ਉਹ ਉਧਰ ਬੈਠੀ ਹੈ ਤੁਹਾਡੀ ਤੰਬੂ ਲਾ ਕੇ ਬਸ ਠੀਕ ਹੈ ਉਹ ਉਧਰ ਲੰਘਣ ਨਹੀਂ ਦੇਣਾ ਉਹਨਾਂ ਨੇ ਕਿਸੇ ਨੂੰ ਤਾਂ ਉਸ ਤਰ੍ਹਾਂ ਦੇ ਮਹਿਲ ਵਗੈਰਾ ਨਹੀਂ ਹੈਗੇ ਇੱਥੇ ਉਹ ਮਹਿਲ ਸਾਨੂੰ ਮੇਨ ਜਿਹੜੇ ਕੈਪੀਟਲ ਸਿਟੀਜ਼ ਹੈ ਫਤਿਹਪੁਰਸੀ ਕੀ ਹੈ ਆਗਰਾ ਹੈ ਦਿੱਲੀ ਹੈ ਜਾਂ ਲਾਹੌਰ ਸੀ ਰਸਤੇ ਵਿੱਚ ਨਹੀਂ ਸੰਭੋਗ ਨਹੀਂ ਮਿਲਦੇ ਮੇਨ ਸਟੇਇੰਗ ਸਟੇਸ਼ਨ ਇਹਨਾਂ ਦਾ ਹੀ ਆਮ ਸਰਹੰਦੀ ਹੁੰਦਾ ਸੀਗਾ ਇੱਥੋਂ ਦੇ ਪੁਰਾਣੇ ਰਿਕਾਰਡ ਆਉਂਦਾ ਵੀ ਅੰਬ ਬਹੁਤ ਮਿੱਠੇ ਹੈਗੇ ਇੱਥਾਂ ਦੇ ਤੇ ਬਰਸਾਤ ਰੁੱਤ 'ਚ ਮੁਗਲ ਬਾਦਸ਼ਾਹ ਸਪੈਸ਼ਲੀ ਠਹਿਰਦੇ ਸੀ ਇੱਥੇ ਤੇ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਜੇ ਐਸ ਪੀਰੀਅਡ ਦੇ ਤਕਰੀਬਨ 130 ਮੋਨੂਮੈਂਟਸ ਬੱਝੇ ਹੋਏ ਬੱਝੇ ਹੋਏ ਹਾਂ ਕੋਈ ਥੋੜਾ ਉਹਨਾਂ ਦਾ ਵਰਤਾਂਤ ਕਰੋਗੇ ਹਾਂ ਇਹ ਫਾਰਮ ਨੇ ਉਹਨਾਂ ਦੀ ਸਭ ਤੋਂ ਮਹੱਤਵਪੂਰਨ ਸਰਾਵਾਂ ਨੇ ਫਿਰ ਮਕਬਰੇ ਮਕਬਰੇ ਮੇਰੇ ਖਤੇ 24 ਮਕਬਰੇ ਹੈਗੇ ਨੇ ਮਸਜਿਦਾਂ ਮਸਜਿਦਾਂ ਥੋੜੀਆਂ ਨੇ ਜੀ ਮਸਜਿਦਾਂ ਕਿਉਂਕਿ ਜ਼ਿਆਦਾਤਰ ਤਾਂ ਛੋਟੀਆਂ ਹੁੰਦੀਆਂ ਸੀ ਜੀਆਂ ਉਹ ਛੋਟੀਆਂ ਲੋਕਾਂ ਨੇ ਕਬਜ਼ੇ ਕਬਜ਼ੇ ਕਰਕੇ ਢਾਲੀਆਂ ਕਈਆਂ ਚ ਗੁਰਦੁਆਰੇ ਬਣ ਗਏ ਜਿਵੇਂ ਸਰਹੰਦ ਤਲਾਨੀਆਂ ਪਿੰਡ ਹੈ ਉਹਦੇ ਵਿੱਚ ਬਹੁਤ ਵੱਡੀ ਮਸਜਿਦ ਸੀ ਕਿ ਉਹ ਗੁਰਦੁਆਰਾ ਬਣਾ ਲਿਆ ਉਹਨਾਂ ਨੇ ਸੋ ਇਸ ਤਰ੍ਹਾਂ ਹੋ ਗਿਆ ਫਿਰ ਇਹਦੇ ਨਾਲ ਬ੍ਰਿਜਸ ਹੈਗੇ ਆ ਕੁਝਕ ਸਭ ਤੋਂ ਵੱਡਾ ਬ੍ਰਿਜ ਬਚਿਆ ਹੋਇਆ ਸਰਹੰਦ ਜੀ ਸਰਹੰਦ ਜੀ ਪੋਫਾ ਤੇ ਗੜ੍ਹ ਸਾਹਿਬ ਨੂੰ ਜਾਈਏ ਤਾਂ ਸੜਕ ਦੇ ਉੱਤੇ ਹੀ ਉਹ ਆਂਦਾ ਹੈਗਾ ਹੈ ਨਾ ਤੇ ਇਹ ਮੇਨ ਨੇ ਕਿਲੇ ਵਗੈਰਾ ਬਹੁਤੇ ਨਹੀਂ ਬਚੇ ਹੋਏ ਨਹੀਂ ਬਚੇ ਹਾਂਜੀ ਸਿਰਫ ਉਹੀ ਬਚੇ ਨੇ ਜਿੱਥੇ ਕਿ ਸਰਕਾਰ ਨੇ ਹੁਣ ਵੀ ਆਪਣਾ ਗੈਰੀਸਨ ਵਗੈਰਾ ਜਾਂ ਫੌਜਾਂ ਠਹਿਰਾਈਆਂ ਮੋਗਲ ਪੀਰੀਅਡ ਦੇ ਵਿੱਚ ਇਹ ਹੋ ਗਿਆ ਨਾ ਕਿ ਸਾਰਾ ਇਧਰੋਂ ਸੇਫ ਕਾਬਲ ਤੱਕ ਸੀ ਇਹਨਾਂ ਕੋਲ ਉਹਨਾਂ ਨੇ ਬੜੀ ਲੋੜ ਵੀ ਨਹੀਂ ਸਮਝੀ ਵੀ ਠੀਕ ਹੈ ਨਾ ਠੀਕ ਹੈ ਅਜਿਹਾ ਹਾਂਜੀ ਫੌਜ ਹੀ ਪਾਉਣੀ ਹੈ ਕਿਤੇ ਬਾਦੀ ਠੀਕ ਠੀਕ ਸੁਭਾਸ਼ ਜੀ ਅਸੀਂ ਮੋਗਲ ਮਨੂਮੈਂਟਸ ਤੇ ਗੱਲ ਕਰਦੇ ਆ ਆਪ ਜੀ ਨੇ ਇਸ ਵਿਸ਼ੇ ਨਾਲ ਜੁੜੀਆਂ ਹੋਈਆਂ ਪੁਸਤਕਾਂ ਰਚੀਆਂ ਨੇ ਇਹਨਾਂ ਪੁਸਤਕਾਂ ਦੇ ਨਾਮ ਦੱਸੋਗੇ ਹਾਂ ਜੀ ਮੇਰੀਆਂ 7 ਪੁਸਤਕਾਂ ਇੰਗਲਿਸ਼ ਦੇ ਵਿੱਚ ਨੇ ਜੀ ਸਭ ਤੋਂ ਪਹਿਲੀ ਮੇਰੀ 85 ਦੇ ਵਿੱਚ ਆਈ ਸੀ ਮੋਗਲ ਮੋਨੂਮੈਂਟਸ ਇਨ ਪੰਜਾਬ ਐਂਡ ਹਰਿਆਣਾ ਉਹ ਬੇਸਿਕ ਜਿਹਾ ਕੰਮ ਸੀ ਉਸੇ ਦਾ ਵਿੱਚੋਂ ਫਿਰ ਉਦੋਂ ਮੈਂ ਇੱਕ ਕੀਤੀ ਮੁਸਲਿਮ ਇਨਸਕ੍ਰਿਪਸ਼ਨਸ ਇਨ ਪੰਜਾਬ ਹਰਿਆਣਾ ਐਂਡ ਹਿਮਾਚਲ ਪ੍ਰਦੇਸ਼ ਫਿਰ ਮੈਂ ਕੁਝ ਕਾਫੀ ਸਾਲ 10-15 ਸਾਲ ਮੈਂ ਕੰਮ ਕਰਦਾ ਰਿਹਾ ਰਿਸਰਚ ਪੇਪਰ ਪਬਲਿਸ਼ ਹੁੰਦੇ ਰਹੇ ਉਹ ਮੈਂ 17 ਰਿਸਰਚ ਪੇਪਰ ਇਕੱਠੇ ਕਰਕੇ ਇੱਕ ਬੁੱਕ ਫਾਰਮ ਦਿੱਤੀ ਸਮ ਆਸਪੈਕਟਸ ਆਫ ਇੰਡੋ ਇਸਲਾਮਿਕ ਆਰਕੀਟੈਕਚਰ ਉਸ ਤੋਂ ਨੈਕਸਟ ਮੈਂ ਸਰਹੰਦ ਦੇ ਉੱਤੇ ਕੰਮ ਕੀਤਾ ਆਰਕੀਟੈਕਚਰ ਹਿਸਟਰੀ ਐਂਡ ਆਰਕੀਟੈਕਚਰ ਰਿਮੇਨਸ ਆਫ ਸਰਹੰਦ ਸਰਹੰਦ ਵਾਲੀ ਤੋਂ ਬਾਅਦ ਜਿਹੜਾ ਆਗਰਾ ਲਾਹੌਰ ਰੂਟ ਸੀਗਾ ਉਸ ਦੇ ਉੱਤੇ ਕੰਮ ਕੀਤਾ ਲੈਂਡ ਟਰਾਂਸਪੋਰਟ ਇਨ ਮੋਗਲ ਇੰਡੀਆ ਵਿੱਚ ਦੀ ਫਿਰ ਮੈਂ ਇੱਕ ਕੰਮ ਕੀਤਾ ਇਹਦੇ ਤੇ ਫਰੀਦਕੋਟ ਸਟੇਟ ਦੇ ਉੱਤੇ ਜੀ ਜਿਹੜਾ ਇਹਦਾ ਸਮਝ ਲਓ ਵੀ ਲੇਟ 19th ਤੇ अर्ਲੀ 20th ਸੈਂਚਰੀ ਦੌਰਾਨ ਮਾਲਵੇ ਦੇ ਵਿੱਚ 6 ਸਟੇਟਸ ਸੀਗੀਆਂ ਕਿਨ੍ਹੇ ਫਰੀਦਕੋਟ ਕਪੂਰ ਜ਼ਿਲ੍ਹਾ ਨਾਲ ਪਾ ਕਿਸ ਨੇ ਡਾਟ ਉਹ ਫਰੀਦਕੋਟ ਦੀ ਸਟੇਟ ਮੈਂ ਉੱਥੇ ਜੰਮਿਆ ਪੜਿਆ ਹੈ ਕਿਨ੍ਹੇ ਉਹਨਾਂ ਜਿਹੜੇ ਰਾਜਿਆਂ ਨੇ ਜੋ ਸਕੂਲ ਕਾਲਜ ਬਣਾਏ ਉਹਨਾਂ ਚ ਹੀ ਮੈਂ ਪੜਿਆ ਸੋ ਮੇਰੀ ਤਮੰਨਾ ਸੀ ਵੀ ਮੈਂ ਇਹਦਾ ਪੂਰਾ ਡਾਕੂਮੈਂਟ ਤਿਆਰ ਕਰਾਂ ਤਾਂ 4 ਸਾਲ ਲਾ ਕੇ ਮੈਂ ਫਿਰ ਉਸ ਦੇ ਉੱਤੇ ਕੀਤਾ ਤੇ ਉਸ ਤੋਂ ਬਾਅਦ ਫਿਰ ਮੈਂ ਆਪਦਾ ਸਾਰਾ ਵਰਕ ਜਿਹੜਾ ਕੰਸੋਲਿਡੇਟ ਕਰਕੇ ਉਹ ਮੈਂ ਮੈਂ ਆਪਣੇ ਇਸਲਾਮਿਕ ਆਰਕੀਟੈਕਚਰ ਆਫ ਪੰਜਾਬ 1206 ਤੋਂ 1707 ਤੱਕ 1707 ਮਲਿਕ ਲੰਬਾ ਕਾਲ ਜਿਹੜਾ ਹੈ ਉਸ ਨੂੰ ਤੁਸੀਂ ਉਸ ਬੁੱਕ ਦੇ ਵਿੱਚ ਸਮਾ। ਤੇ ਫਿਰ ਬਾਅਦ ਚ ਪੰਜਾਬੀ ਯੂਨੀਵਰਸਿਟੀ ਨੇ ਮੇਰੇ ਤੋਂ ਅਨਵਾਦ ਕਰਵਾਈ ਮੇਰੀ ਸਰਾਂਦ ਵਾਲੀ ਕਿਤਾਬ। ਜੀ। ਉਹ ਮੈਂ ਪੰਜਾਬੀ ਵਿੱਚ ਅਨਵਾਦ ਕਰਕੇ ਦੇ ਰੱਖੀ ਹੈ। ਪਬਲਿਸ਼ ਦਾ ਉਹਨੂੰ ਪਤਾ ਨਹੀਂ। ਤੇ ਦੋਸਤਾਂ ਦੇ ਕਹਿਣ ਤੇ ਫਿਰ ਮੇ ਜਿਹੜੀ ਫਰੀਦਕੋਟ ਵਾਲੀ ਕਿਤਾਬ ਸੀ। ਉਹ ਮੈਂ ਪੰਜਾਬੀ ਚ ਸਿੰਪਲੀਫਾਈ ਜੀ ਕਰਕੇ ਉਹ ਵੀ ਕਰਤੀ ਹੈ। ਤਾਂ ਉਹ ਪਬਲਿਸ਼ ਹੋ ਗਈ ਹੈ। ਤਾਂ ਹੁਣ ਸਮਝੋ 7 ਇੰਗਲਿਸ਼ ਦੇ ਵਿੱਚ ਤੇ ਇੱਕ ਪੰਜਾਬੀ ਵਿੱਚ ਮੇਰੇ ਕਿਤਾਬ ਆਈ ਹੋਈ। ਬਹੁਤ ਸ਼ੁਕਰੀਆ ਇੱਕ ਚੀਜ਼ ਹੋਰ ਹੈ ਕਿ ਜਿਸ ਤਰ੍ਹਾਂ ਮੋਗਲ ਮੋਨੂਮੈਂਟਸ ਦੇ ਬਾਰੇ ਪਤਾ ਕਰਨਾ ਰਸਤਿਆਂ ਨੂੰ ਜਾਣਨਾ ਔਰ ਉਸ ਮੋਨੂਮੈਂਟ ਤੱਕ ਪਹੁੰਚਣਾ ਇਸ ਸਮੇਂ ਦੌਰਾਨ ਇੱਕ ਚੀਜ਼ ਹੁੰਦੀ ਹੈ ਕਿ ਜਿਹੜਾ ਇੱਕ ਮਨੁੱਖੀ ਪ੍ਰਵਿਰਤੀ ਹੈ ਕਿ ਖਾਲੀ ਥਾਂ ਦੇਖ ਕੇ ਬੈਠ ਜਾਣਾ ਯਾਨੀ ਕਿ ਕਬਜ਼ਾ ਕਰ ਲੈਣਾ ਇਸ ਤਰ੍ਹਾਂ ਦੇ ਵੀ ਕਿਤੇ ਤੁਹਾਨੂੰ ਲੱਗੇ ਆ ਪਈ ਆਭਾਸ ਹੋਇਆ ਪਈ ਇਹ ਜਿਹੜੀ ਜਗ੍ਹਾ ਹੈਗੀ ਹੈ ਕਿ ਇਹਦਾ ਆਪ ਪਾਕਿਸਤਾਨ ਲਈ ਖਰਾਬ ਹੋ ਗਿਆ ਕਿਉਂਕਿ ਇਹਨੂੰ ਬਿਲਕੁਲ ਕਬਜ਼ੇ ਕਰ ਲੇ ਜੀ ਇੱਕ ਤਾਂ ਪਾਰਟੀਸ਼ਨ ਦਾ ਇੱਕ ਤਾਂ 18th ਸੈਂਚਰੀ ਵਿੱਚ ਜਦੋਂ ਸਾਰਾ ਨਾ ਟਰਮਾਇਲ ਦਾ ਪੀਰੀਅਡ ਰਿਹਾ ਲੁੱਟਮਾਰ ਹੋ ਰਹੀ ਹੈ ਚਾਰੇ ਪਾਸੇ ਉਹ ਕੋਈ ਧਾਤ ਕੋਈ ਕੋ ਉਦੋਂ ਖਰਾਬ ਹੋ ਗਏ ਫਿਰ ਪਾਰਟੀਸ਼ਨ ਤੋਂ ਬਾਅਦ ਪਾਰਟੀਸ਼ਨ ਦੇ ਵਿੱਚ ਜਿਹੜੇ ਉਧਰੋਂ ਰਿਫਿਊਜੀਸ ਆਏ ਉਹਨਾਂ ਨੇ ਕਬਜ਼ੇ ਕਰ ਲਏ ਆਮ ਤੌਰ ਤੇ ਕੋਈ ਮਸਜਿਦਾਂ ਵਿੱਚ ਰਹਿ ਗਿਆ ਕੋਈ ਮਕਬਰੇ ਦੇ ਵਿੱਚ ਰਹਿ ਗਿਆ ਸਰਾਵਾਂ ਕਬਜ਼ੇ ਕਰ ਲਏ ਦਰਾਹੇ ਦੀ ਸਰਾਹ ਤੇ ਕਬਜ਼ਾ ਕਰ ਲਿਆ ਸੀ ਉਹ ਬਾਅਦ ਦੇ ਵਿੱਚ ਖਾਲੀ ਕਰਵਾਈ ਹੈ ਫਿਰ ਜਿਹੜੀ ਦੱਖਣੀ ਸਰਾਹ ਸੀ ਇਹ ਤੇ ਵੀ ਕਬਜ਼ਾ ਹੋ ਗਿਆ ਸੀ ਉਹ ਬਾਅਦ ਵਿੱਚ ਖਾਲੀ ਕਰਾਈ ਤੇ ਔਰ ਕਾਫੀ ਸਾਰੇ ਮੋਨੂਮੈਂਟਸ ਪਣੇ ਦੇ ਡਿਪਾਰਟਮੈਂਟ ਸੀਗੇ ਚੰਦਜੀ ਕਾਲ ਉਹਨਾਂ ਨੇ ਬਹੁਤ ਲਗਨ ਨਾਲ ਕੰਮ ਕੀਤਾ ਸਾਰੇ ਪੰਜਾਬ ਦੇ ਮੋਨੂਮੈਂਟਸ ਜਿੰਨੇ ਵੀ ਹੋ ਸਕਦੇ ਸੀ ਉਹਨਾਂ ਨੇ ਖਾਲੀ ਕਰਵਾਏ ਔਰ ਜੋ ਇੱਕ ਪੰਜਾਬ ਦਾ ਮੈਂ ਸੋਚਦਾ ਕਿ ਕੰਮ ਹੋਣ ਵਾਲਾ ਹੈ ਨਾ ਉਹ ਇਹਦੀ ਐਂਸ਼ੀਅੰਟ ਹਿਸਟਰੀ ਤੇ ਕੰਮ ਹੋਣ ਵਾਲਾ ਹੈ ਐਂਸ਼ੀਅੰਟ ਹਿਸਟਰੀ ਆ ਸਾਡੇ ਕੋਲ ਸੋਰਸਸ ਉਸ ਤਰ੍ਹਾਂ ਤਾਂ ਰਿਟਨ ਤਾਂ ਹੈ ਨਹੀਂ ਗੇ ਲੇਕਿਨ ਆਰਕੀਓਲੋਜੀਕਲ ਸੋਰਸਸ ਬਣਦੇ ਸੀ ਜੀ ਪੁਰਾਣੇ ਮਾਉਂਟਸ ਹੈਗੇ ਨੇ ਆਰਕੀਓਲੋਜੀਕਲ ਮਾਉਂਟਸ ਬਹੁਤ ਥਾਵਾਂ ਤੇ ਬਹੁਤ ਮਤਲਬ ਮੈਗਨੀਫੀਸੈਂਟ ਮਾਉਂਟ ਸੀ ਜੀ ਲੇਕਿਨ ਮੈਂ ਵੇਖ ਰਿਹਾ ਕਿ ਬਸ ਉਹਨਾਂ ਤੇ ਕਬਜ਼ੇ ਹਟਹੂਰ ਦੇ ਵਿੱਚ ਇੰਨਾ ਵੱਡਾ ਮੋਨੂਮੈਂਟ ਸੀਗਾ ਉਹ ਮਾਉਂਟ ਸੌਰੀ ਜਿਹਦੇ ਵਿੱਚੋਂ ਬਹੁਤ ਕੁਝ ਨਿਕਲਦਾ ਸੀ ਲੇਕਿਨ ਮੈਂ ਲਾਸਟ ਟਾਈਮ ਗਿਆ ਉਹਦੇ ਉੱਤੇ ਪਲਾਟ ਕੱਟ ਕੇ ਵੇਚੇ ਹੋਏ ਆ ਮਾਈ ਗੋਡਨੈਸ ਨਾ ਆ ਜਨੇਰਪਿੰਡ ਹੈ ਜਨੇਰਪਿੰਡ ਦੇ ਵਿੱਚ ਐਡਾ ਵੱਡਾ ਲੁਧਿਆਣਾ ਦੇ ਕੋਲ ਸੁਨੇਤ ਹੈ ਉਹ ਤੇ ਕਲੋਨੀ ਬਣ ਗਈ ਸੋ ਲੋਕੀ ਕਬਜ਼ਾ ਕਰੀ ਜਾਂਦੇ ਸਰਕਾਰ ਨੂੰ ਇੰਟਰਸਟ ਕੋਈ ਨਹੀਂ ਹੈਗਾ ਇੱਕ ਚੀਜ਼ ਹੋ ਰਿਹਾ ਕਿ ਆਪਾਂ ਨੂੰ ਇਸ ਮੁਗਲ ਮੋਨੂਮੈਂਟ ਰੂਟ ਉੱਪਰ ਕਿੰਨੇ ਕ ਮਤਲਬ ਸਰਾਏ ਮਿਲੀਆਂ ਨੇ ਮੈਂ ਤੁਹਾਨੂੰ ਸਟੇਜ ਵਾਈਜ਼ ਦੱਸ ਦਿੰਦਾ ਜਿਹੜਾ ਪ੍ਰੈਜ਼ੈਂਟ ਪੰਜਾਬ ਹੈ ਇਹਦੇ ਵਿੱਚ ਐਂਟਰੀ ਹੁੰਦੀ ਸੀ ਸ਼ੰਭੂ ਤੋਂ ਸ਼ੰਭੂ ਸਰਾਏ ਪੂਰੀ ਬਚੀ ਹੋਈ ਹੈ ਉਸ ਤੋਂ ਅੱਗੇ ਅੱਗੇ ਰਾਜਪੁਰਾ ਰਾਜਪੁਰੇ ਬੱਸ ਸਟੈਂਡ ਦੇ ਪਿਛਲੇ ਪਾਸੇ ਸਰਾਈ ਹੈਗੀ ਐ ਉਹ ਬੱਚੀ ਐ ਨੈਕਸਟ ਉਸ ਤੋਂ ਬਾਅਦ ਆ ਗਿਆ ਸਰਾਈ ਬੰਜਾਰਾ ਉਹਦਾ ਥੋੜਾ ਪੋਰਸ਼ਨ ਬਚਿਆ ਹੋਇਆ ਹੈ ਪਿੰਡ ਹੈ ਉਹ ਫਿਰ ਸਰਾਂਦਾ ਗਿਆ ਸਰਾਂਦ ਸਰਾਂ ਨਹੀਂ ਬੱਚੀ ਹੋਈ ਕੋਈ ਨੈਕਸਟ ਸਰਾਂ ਸੀਗੀ ਖੰਨੇ ਉਹ ਵੀ ਨਹੀਂ ਬੱਚੀ ਖੰਨੇ ਤੋਂ ਅੱਗੇ ਜਾ ਕੇ ਨੈਕਸਟ ਸਰਾਂ ਬੱਚੀ ਹੋਈ ਹੈ ਸਰਾਈ ਲਸ਼ਕਰ ਖਾਨ ਜਿਹੜੀ ਪਿੱਛੇ ਜਿਆਦਾ ਮਸ਼ਹੂਰ ਹੋਈ ਕਿ ਉਹ ਰੰਗ ਦੇ ਬਸੰਤੀ ਦੀ ਸ਼ੂਟਿੰਗ ਉੱਥੇ ਹੋ ਗਈ ਸੀ ਹੋ ਗਈ ਸੀ ਇਸ ਕਰਕੇ ਉਹ ਸਰਾਂ ਹੈਗੀ ਉਸ ਤੋਂ ਨੈਕਸਟ ਦੁਰਾਹਾ ਬੱਚੀ ਹੋਈ ਹੈ ਦਰਾਹੇ ਤੋਂ ਅੱਗੇ ਨੈਕਸਟ ਜਾ ਕੇ ਫਿਰ ਬਚਦੀ ਹੈਗੀ ਜਿਹੜੀ ਫਲੋਰਦੀ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਕਿਲੇ 'ਚ ਕਨਵਰਟ ਕਰ ਲਿਆ ਸੀ ਜਿਹਦੇ ਵਿੱਚ ਹੁਣ ਪੁਲਿਸ ਟ੍ਰੇਨਿੰਗ ਸੈਂਟਰ ਹੈਗਾ ਫਿਰ ਆ ਗਈ ਨੁਰਮੈਲ ਦੀਸਰਾ ਨੁਰਮੈਲ ਦੀਸਰਾ ਤੋਂ ਬਾਅਦ ਦਖਣੀਸਰਾ ਫਿਰ ਸੁਲਤਾਨਪੁਰ ਲੋਧੀ ਉਹਦਾ ਵੀ ਗੇਟ ਹੀ ਬਚਿਆ ਹੋਇਆ ਬਾਕੀ ਤੇ ਪੁਰਸ਼ ਦਾ ਕਬਜ਼ਾ ਹੈਗਾ ਤੇ ਸੁਲਤਾਨਪੁਰ ਲੋਧੀ ਤੋਂ ਬਾਅਦ ਨੁਰੰਗਾਬਾਦ ਇੱਕ ਦੋ ਕਮਰੇ ਬਚੇ ਸੀਗੇ ਤੇ ਅੱਗੇ ਜੇ ਲੰਘ ਜਿਏ ਫਿਰ ਨੂਰਦੀ ਪਿੰਡ ਹੈਗਾ ਉੱਥੇ ਇੱਕ ਗੇਟ ਬਚਿਆ ਹੋਇਆ ਤੇ ਉਸ ਤੋਂ ਨੈਕਸਟ ਬਸਰਾ ਇਹ ਇਮਾਰਤ ਖਾਂ ਫਿਰ ਰਾਜਾ ਤਲ ਤੇ ਬੋਰਡ ਰਾਜੰਦਾ ਇਹ ਐਨੀਆਂ ਬਚੀਆਂ ਹੋਈਆਂ ਸਾਰੇ ਦਿਨ ਨਾਲ ਨਾਲ ਤਕਰੀਬਨ 100 ਕੋਸ ਵੀ ਨਾਲ ਬਚਿਆ ਹੋਇਆ ਜੀ ਤਾਂ ਉਹ ਸਾਰੇ ਰੂਟ ਦਾ 100 ਕਹਿੰਦਾ ਪੰਜਾਬ ਦੇ ਵਿੱਚ ਸਮਝੋ 40 50 ਤਾਂ ਹੋਣਗੇ ਇਹ ਇੱਕ ਇੱਕ ਕੋਦੇ ਫਾਸਲੇ ਤੇ ਬਣਾਏ ਹੋਏ ਸੀਗੇ ਜਿਹੜਾ ਕੋਸ ਹੈ ਉਸ ਵੇਲੇ ਜਿਹੜਾ ਆਪਾਂ ਕੋਹ ਕਹਿ ਦਿੰਦੇ ਆ ਇਹ ਤਕਰੀਬਨ 4.17 ਕਿਲੋਮੀਟਰ ਦਸੀ ਜੀ ਹੁਣ ਦਾ 4 ਕਿਲੋਮੀਟਰ 170 ਮੀਟਰ ਦੇ ਜੀ ਤਾਂ ਉਹ ਜੇ ਹਾਲੇ ਵੀ ਮੈજર ਕਰ ਲੋ ਉਹ ਨਹੀਂ ਅੱਛਾ ਇੱਕ ਚੀਜ਼ ਹੋਰ ਆਪ ਜੀ ਨੇ ਗੱਲ ਕੀਤੀ ਹੈ ਕਿ ਕੋਸ ਮੀਨਾਰ ਦਾ ਜੇਕਰ ਰੂਟ ਦਾ ਜੇਕਰ ਹੈ ਇਸ ਪੱਖ ਤੋਂ ਹੀ ਜਾਂ ਇਸ ਪੱਖੇ ਤੋਂ ਹੀ ਲੋਕ ਪੰਜਾਬ ਦੇ ਇਸ ਹਿੱਸੇ ਵਿੱਚ ਆਉਂਦੇ ਸੀ ਦਿੱਲੀ ਜਾਣ ਦੇ ਲਈ ਹਾਂ ਜੀ ਅਲਬਰੂਨੀ ਦੇ ਬਾਰੇ ਆਪ ਜੀ ਕੀ ਕਹਿਣਾ ਚਾਹੋਗੇ ਉਹ ਪੁਰਾਣਾ ਪੀਰੀਅਡ ਆ ਗਿਆ ਅਲਬਰੂਨੀ ਉਹ ਆ ਗਿਆ ਮਹਿਮੂਦ ਗਜ਼ਨੀ ਦੇ ਵੇਲੇ ਦਾ ਉਹ ਕੱਲਾ ਹਮਲਾਈ ਕਰਨ ਆਇਆ ਉਸ ਦਾ ਪਰਪਸ ਕੱਲਾ ਲੁੱਟਣ ਆਇਆ ਉਹ ਕੋਈ ਨਾ ਪੈਸਾਮ ਫਲਾਉਣ ਆਇਆ ਨਾ ਕੁਝ ਹੋਰ ਉਹ ਤੇ ਜਿੱਧਰ ਦੀ ਵੀ ਵੜ ਗਿਆ ਉਹ ਲੰਘ ਗਿਆ ਔਰ ਜਿਹੜਾ ਇਹ ਰੂਟ ਹੈ ਨਾ ਜਿਹੜਾ ਸਰਾਮਾ ਵਾਲਾ ਜੀ ਇਹ ਆਂਦਾ ਹੁੰਦ ਦੇ ਵਿੱਚ 14ਵੀਂ ਸਦੀ ਦੇ ਐਂਡ ਤੇ 15ਵੀਂ ਸਦੀ ਦੇ ਸ਼ੁਰੂ ਚ ਸ਼ੁਰੂ ਚ ਉਸ ਤੋਂ ਪਹਿਲਾਂ ਜਿਹੜਾ ਰੂਟ ਸੀ ਨਾ ਉਹ ਉਧਰ ਦੀ ਸੀ ਸਰਸਾ ਹਿਸਾਰ ਹਾਂਸੀ ਹਾਂਸੀ ਹੈ ਨਾ ਅਬੋਰ ਏ ਐਂਦੀ ਹੋ ਕੇ ਤੇ ਪਾਕਪੱਤਨ ਵਿੱਚ ਦੀ ਇਹ ਕ੍ਰੋਸ ਹੁੰਦਾ ਸੀ ਕ੍ਰੋਸ ਹੁੰਦਾ ਸੀਗਾ ਇਹ ਲਾਹੌਰ ਵਾਲਾ ਰੂਟ ਕਿਉਂਕਿ 12ਵੀਂ ਏਸੀ ਕਰਕੇ ਸੁਨਾਮ ਦਾ ਜ਼ਿਕਰ ਉਧਰ ਸੁਨਾਮ ਕੈਥਲ ਕੈਥਲ ਨਾ ਸਮਾਣਾ ਇਹ ਸਾਰੇ ਉਸ ਰੂਟ ਦੇ ਉਸ ਰੂਟ ਤੇ ਜ਼ਿਕਰ ਆਂਦਾ ਉਹ ਉਸ ਤਰ੍ਹਾਂ ਹੈਗਾ ਫਿਰ ਉਹ ਐਕਚੁਅਲੀ ਇੱਕ ਤਾਂ ਹੋ ਗਿਆ ਇਹ ਜਿਹੜਾ ਪੰਜਾਬ ਦਾ ਏਰੀਆ ਹੈ ਨਾ ਇਹ ਇੱਕ ਤਰ੍ਹਾਂ ਨਾਲ ਰਾਜਸਥਾਨ ਦੀ ਫਰਿੰਜ ਹੈ ਰੇਗਿਸਤਾਨ ਫੈਲਣ ਲੱਗ ਗਿਆ ਰੇਗਿਸਤਾਨ ਜਦੋਂ ਫੈਲਣ ਲੱਗਿਆ ਤਾਂ ਉਹ ਡੀਫੰਕਸ਼ਨ ਹੋ ਗਿਆ ਫਿਰ 1399 9899 ਦੇ ਵਿੱਚ ਤੈਮੂਰ ਨੇ ਅਟੈਕ ਕਰਤਾ ਉਸ ਰਸਤੇ ਦੇ ਸਾਰੇ ਸ਼ਹਿਰ ਦਵਾਂ ਕਰਦੇ ਇਹ ਰੂਟ ਹੀ ਫਿਰ ਖਤਮ ਜਾਈ ਹੋ ਗਿਆ ਤੇ ਆ ਨਵਾਂ ਰੂਟ ਜਿਹੜਾ ਸੀਗਾ ਸਰਹੰਦ ਵਾਲਾ ਇਹ ਹੁੰਦ ਦੇ ਵਿੱਚ ਹੈ ਇਹ ਹੁੰਦ ਵਿੱਚ ਹੈ ਤਕਰੀਬਨ ਹੈ ਇਹ ਸਾਰਾ ਕੰਮ ਕਰਦਿਆਂ ਹੋਇਆ ਕਦੇ ਆਪਣੇ ਮਨ ਦੀ ਅਵਸਥਾ ਚ ਆਇਆ ਕਿ ਭਈ ਮੈਂ ਇਹ ਜਿਹੜੀ ਚਿੱਤਰਕਾਰੀ ਦੇਖੀ ਹੈ ਜਾਂ ਕੁਝ ਹੈ ਕਿਉਂਕਿ ਆਪ ਚਿੱਤਰਕਾਰੀ ਕਰਨ ਦਾ ਵੀ ਸ਼ੌਕ ਰੱਖਦੇ ਹੋ ਭਈ ਮੈਂ ਆਪਣੇ ਚਿੱਤਰਾਂ 'ਚ ਇਹ ਚੀਜ਼ ਨੂੰ ਲੈ ਕੇ ਆਵਾਂ ਨਹੀਂ ਉਹ ਮੇਰਾ ਹੋ ਰਿਹਾ ਸਟਾਈਲ ਥੋੜਾ ਜਿਹਾ ਨਾ ਮੇਰਾ ਵਰਕ ਸਿਰਲੀਸਟਿਕ ਸਟਾਈਲ ਤੋਂ ਜ਼ਿਆਦਾ ਪ੍ਰਭਾਵਿਤ ਹੈ ਮਤਲਬ ਮੈਂ ਕੁਝ ਵੀ ਕਰਾਂ ਉਹ ਸਿਰਲੀਸਟਿਕ ਜਾਂ ਬਣ ਜਾਂਦਾ ਹੈ ਬਹੁਤ ਅੱਛਾ ਲੱਗਾ ਆਪ ਜੀ ਦੇ ਨਾਲ ਮੁਲਾਕਾਤ ਕਰਕੇ ਆਪ ਜੀ ਨੇ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਨਾਲ ਸਾਨੂੰ ਉਸ ਚੀਜ਼ ਦੇ ਨਾਲ ਰੂਪਰੂ ਕਰਾਇਆ ਜਿਹਦੇ ਬਾਰੇ ਕਿ ਸ਼ਾਇਦ ਬਹੁਤੇ ਪੰਜਾਬੀਆਂ ਨੂੰ ਵੀ ਨਹੀਂ ਪਤਾ ਮੈਂ ਦਿਲੋਂ ਤੇ ਪੰਜਾਬ ਲੇਲਿਤ ਕਲਾ ਅਕੈडमी ਵੱਲੋਂ ਧੰਨਵਾਦ ਕਰਦਾ ਹਾਂ ਕਿ ਆਪ ਨੇ ਆ ਕੇ ਕੋਟਕਪੂਰਾ ਤੋਂ ਸਾਡੇ ਪਾਸ ਮੁਗਲ ਵਾਸਤੂ ਕਲਾ ਦੇ ਬਾਰੇ ਬਹੁਤ ਅੱਛਾ ਵਰਣਨ ਕੀਤਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਪੰਜਾਬ ਲਾਲਿਤ ਕਲਾ ਅਕੈडमी ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਨਾਲ ਇਹ ਵੀ ਲੋਕਾਂ ਦੇ ਵਿੱਚ ਥੋੜੀ ਜਿਹੀ ਅਵੇਅਰਨੈਸ ਹੋਰ ਹੋਏਗੀ ਉਹਦੇ ਪ੍ਰਤੀ ਉਹਨਾਂ ਮੋਨੂਮੈਂਟਸ ਪ੍ਰਤੀ ਔਰ ਲੋਕਲ ਅਵੇਅਰਨੈਸ ਦੀ ਲੋੜ ਹੈ ਹੈ ਨਾ ਲੋਕ ਹੀ ਹੈ ਜਿਹੜੇ ਬਚਾ ਸਕਦੇ ਆ ਸੋ ਧੰਨਵਾਦ ਤੁਹਾਡਾ ਵੀ ਥੈਂਕ ਯੂ ਲਾਲਿਤ ਕਲਾਕਾ ਥੈਂਕ ਯੂ ਥੈਂਕ ਯੂ